SS ਟੈਲੀਵਿਜ਼ਨ ਅਤੇ ਸੁਰਸਾਗਰ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਭਾਕ ਦੇ ਮਸਲੇ ਪ੍ਰੋਗਰਾਮ ਵਿੱਚ ਰਵਿੰਦਰ ਸਿੰਘ ਪੰਨ ਵੱਲੋਂ ਸਤਿ ਸ਼੍ਰੀ ਅਕਾਲ ਅਤੇ ਲਓ ਠੀਕ 9:30 ਵਜੇ ਤੱਕ ਜਾਂ ਜੇਕਰ ਕੋਈ ਅਜਿਹਾ ਮਾਮਲਾ ਹੋਇਆ ਜਿਹੜਾ ਕਿ ਜ਼ਿਆਦਾ ਵਿਚਾਰ ਨੂੰ ਗੋਚਰ ਹੋਇਆ ਸਮਾਂ ਵਧਾ ਦਿੱਤਾ ਜਾਏਗਾ। ਸੋ ਹਰ ਐਤਵਾਰ ਨੂੰ ਭਾਕ ਦੇ ਮਸਲੇ ਪ੍ਰੋਗਰਾਮ ਪੇਸ਼ ਕਰਦੇ ਹਾਂ ਜਿਸ ਦੇ ਵਿੱਚ ਅਸੀਂ ਇੱਥੋਂ ਦੀ ਭਾਵ ਕਿ ਕੈਨੇਡਾ ਦੀ ਅਤੇ ਨਾਲ ਦੀ ਨਾਲ ਜਿੱਥੇ ਵੀ ਕਿਤੇ ਸਿੱਖ ਵਸੋਂ ਹੈ ਜੇਕਰ ਕੋਈ ਨਾ ਕੋਈ ਇਹੋ ਜਿਹੀ ਦਿੱਕਤ ਆਉਂਦੀ ਹੈ ਅਤੇ ਉੱਥੇ ਡਿਸਕਸ ਜ਼ਰੂਰ ਕਰਦੇ ਹਾਂ, ਚਾਹੇ ਉਹ ਭਾਰਤੀ ਮੂਲ ਦੇ ਲੋਕਾਂ ਦੇ ਨਾਲ ਸੰਬੰਧਿਤ ਕਿਉਂ ਨਾ ਹੋਵੇ। ਸਾਰੀਆਂ ਗੱਲਾਂ 'ਤੇ ਅਸੀਂ ਧਿਆਨ ਰੱਖਦੇ ਹਾਂ। ਸੋ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਭੈਣ ਭਾਈ, ਰਿਸ਼ਤੇਦਾਰ, ਸਾਕ ਸੰਬੰਧੀਆਂ ਨੂੰ ਜ਼ਰੂਰ ਫੋਨ ਕਰ ਦਿਓ, ਕਿਉਂਕਿ ਇਹ ਜੋ ਅੱਜ ਅਸੀਂ ਵਿਸ਼ਾ ਵਿਚਾਰਨ ਜਾ ਰਹੇ ਹਾਂ ਇਹ ਹਰ ਕਿਸੇ ਦੇ ਨਾਲ ਸੰਬੰਧ ਰੱਖਦਾ ਹੈ। ਸੋ ਅਤਿ ਜ਼ਰੂਰੀ ਹੈ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਬੜੇ ਧਿਆਨ ਨਾਲ ਸੁਣਨਾ, ਕਿਉਂਕਿ ਇਹ ਤੁਹਾਡੇ ਨਾਲ ਜਾਂ ਤੁਹਾਡੇ ਭੈਣ ਭਾਈਆਂ ਨਾਲ ਸੰਬੰਧਿਤ ਹੋ ਸਕਦਾ ਹੈ। ਇਸ ਤੋਂ ਇਲਾਵਾ ਸੁਰਸਾਗਰ ਰੇਡੀਓ ਜਿਹੜਾ ਕਿ ਹਫ਼ਤੇ ਦੇ 7 ਦਿਨ 24 ਘੰਟੇ ਚੱਲਦਾ ਹੈ, ਉਸ 'ਤੇ ਵੀ ਇਹ ਪ੍ਰੋਗਰਾਮ ਇਸ ਵੇਲੇ ਲਾਈਵ ਪੈਰਲਲ ਚੱਲ ਰਿਹਾ ਹੈ। ਅਤੇ ਇਸ ਤੋਂ ਇਲਾਵਾ 106.9 ਸਰੀ ਦੇ ਵਿੱਚ ਤੁਸੀਂ ਗੁਰਬਾਣੀ ਦਾ ਚੈਨਲ ਸੁਣ ਸਕਦੇ ਹੋ। ਇਸ ਤੋਂ ਇਲਾਵਾ ਅਸੀਂ 960 AM ਮੇਨ ਸਟ੍ਰੀਮ ਰੇਡੀਓ ਜਿਹੜਾ ਚੱਲਦਾ ਹੈ, ਜੇਕਰ ਤੁਸੀਂ ਸਮਝਦੇ ਹੋ ਕਿ ਤੁਸੀਂ ਜਾਂ ਤੁਹਾਡੇ ਬੱਚੇ ਉਸ ਦੇ ਵਿੱਚ ਯੋਗਦਾਨ ਪ੍ਰੋਗਰਾਮ ਦੇ ਵਿੱਚ ਪਾਉਣਾ ਚਾਹੁੰਦੇ ਹਨ ਤਾਂ ਜ਼ਰੂਰ ਅਵਸ਼ ਤੁਸੀਂ ਕਾਲ ਕਰ ਸਕਦੇ ਹੋ 647-501-1700। ਲਓ ਪ੍ਰੋਗਰਾਮ ਦੇ ਵਿੱਚ ਅਸੀਂ ਅੱਗੇ ਵੱਧਦੇ ਹਾਂ। ਸੋ ਜੋਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰਦਾਰ ਅਰਵਿੰਦ ਸਿੰਘ ਜੀ, ਪੰਨੂ ਸਾਰੇ ਸਰੋਤਿਆਂ ਦਰਸ਼ਕਾਂ ਦੇ ਨਾਲ ਨਾਲ ਬ੍ਰਿਗੇਡੀਅਰ ਨਵਾਬ ਸਿੰਘ ਜੀ ਹੀਰ ਅੱਜ ਇੱਕ ਵਾਰ ਫਿਰ ਪ੍ਰੋਗਰਾਮ 'ਚ ਆਏ ਨੇ। ਥੋੜ੍ਹਾ ਜਿਹਾ ਕਿਉਂਕਿ ਸਮਰ ਚੱਲ ਰਹੀ ਹੈ, ਸਮਰ ਦੇ ਵਿੱਚ ਹਰ ਇੱਕ ਵਿਅਕਤੀ ਦਾ ਹੁੰਦਾ ਜੀ ਸਮਰ ਹੈ ਜਿਹੜੀ ਸ਼ੋਰਟ ਟਰਮ ਦੇ ਲਈ ਹੋਣ ਕਰਕੇ, ਸੋ ਵੀ ਆਨੰਦ ਵੀ ਮਾਣਿਆ ਜਾਂਦਾ। ਪਰ ਅਸੀਂ ਸਾਡੇ ਸਰੋਤੇ ਦਰਸ਼ਕ ਹਰ ਵੀਕਐਂਡ ਅਤੇ ਹਰ ਸੰਡੇ ਦੀ ਸ਼ਾਮ ਨੂੰ ਜਦੋਂ ਇਹ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਤਾਂ ਜ਼ਰੂਰ ਬ੍ਰਿਗੇਡੀਅਰ ਸਾਹਿਬ ਦੇ ਨਾਂ ਹੋਣ 'ਤੇ ਉਹਨਾਂ ਨੂੰ ਮਿਸ ਕੀਤਾ ਜਾਂਦਾ। ਬ੍ਰਿਗੇਡੀਅਰ ਸਾਹਿਬ ਜੀ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ ਜੋਲ ਸਾਹਿਬ, ਔਰ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਬੜੀ ਪਿਆਰ ਭਰੇ ਸਤਿ ਸ਼੍ਰੀ ਅਕਾਲ। ਤੁਸੀਂ ਬਿਲਕੁਲ ਠੀਕ ਕਹਿੰਦੇ ਹੋ, ਨੋਰਮਲੀ ਜੋਲ ਸਾਹਿਬ ਜਦੋਂ ਇੱਥੇ ਪ੍ਰੋਗਰਾਮ 'ਤੇ ਬੈਠੇ ਹੁੰਦੇ ਹਾਂ ਉਦੋਂ ਨਹੀਂ ਪਤਾ ਲੱਗਦਾ ਕਿ ਕਿੰਨੇ ਲੋਕ ਸਾਨੂੰ ਸੁਣਦੇ ਆ। ਜਦੋਂ ਤੁਸੀਂ ਕਿਤੇ ਸੋਸ਼ਲ ਗੈਦਰਿੰਗ 'ਤੇ ਵਿਚਰਦੇ ਹੋ ਤਾਂ ਬਹੁਤ ਸਾਰੇ ਲੋਕ ਆ ਕੇ ਤੁਹਾਨੂੰ ਜਦੋਂ ਮਿਲਦੇ ਆ ਜਾਂ ਥੋੜ੍ਹੀ ਬਹੁਤੀ ਤਾਰੀਫ ਕਰਦੇ ਆ ਕਿ ਪਤਾ ਚਾਹੁੰਦਾ ਹੁੰਦਾ ਤਾਂ ਬੜਾ ਅੱਛਾ ਲੱਗਦਾ। ਤਾਂ ਉਦੋਂ ਪਤਾ ਲੱਗਦਾ ਕਿ ਬਹੁਤ ਲੋਕ ਸਾਡੇ ਨਾਲ ਜੁੜੇ ਹੋਏ ਨੇ ਔਰ ਬੜੇ ਪਲੈਜ਼ੈਂਟਲੀ ਜੁੜੇ ਹੋਏ ਨੇ ਕਿ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਹਾਂ, ਉਹ ਸਾਡੀ ਰਿਸਪੈਕਟ ਕਰਦੇ ਆ ਔਰ ਜਦੋਂ ਕਿਤੇ ਬਾਹਰ ਮਿਲਦੇ ਆ ਐਕਨੋਲੇਜ ਕਰਦੇ ਆ ਤਾਂ ਚੰਗਾ ਲੱਗਦਾ। ਬਿਲਕੁਲ ਜੀ, ਮੈਂ ਵੀ ਇਹ ਚੀਜ਼ ਦੇਖੀ ਆ ਬ੍ਰਿਗੇਡੀ ਸਾਹਿਬ, ਵੀ ਲੋਕ ਇਸ ਕੈਨੇਡਾ ਦੀ ਧਰਤੀ 'ਤੇ ਕੋਈ ਨਾ ਕੋਈ ਸੁਪਨਾ ਲੈ ਕੇ ਆਉਂਦੇ ਨੇ, ਉਹ ਸੁਪਨਾ ਸੱਚ ਕਰਨ ਦੇ ਲਈ ਉਹਨਾਂ ਨੂੰ ਕਈ ਵਾਰ ਫੂਕ ਫੂਕ ਕੇ ਕਦਮ ਰੱਖਣੇ ਪੈਂਦੇ ਨੇ। ਫੂਕ ਫੂਕ ਕੇ ਕਦਮ ਰੱਖਣ ਦੇ ਲਈ ਆਪਣੇ ਫਿਊਚਰ ਦੇ ਵਿੱਚ ਉਹਨਾਂ ਨੂੰ ਅੱਛੀ ਗਾਈਡੈਂਸ ਦੀ ਲੋੜ ਹੁੰਦੀ ਹੈ। ਅੱਛੀ ਗਾਈਡੈਂਸ ਦੇ ਲਈ ਫਿਰ ਉਹ ਪੋਜ਼ਿਟਿਵ ਅਤੇ ਕੰਸਟਰਕਟਿਵ ਮੀਡੀਆ ਵੱਲ ਨਜ਼ਰ ਰੱਖਦੇ ਨੇ। ਅਤੇ ਸੁਰਸਾਗਰ SS ਟੈਲੀਵਿਜ਼ਨ ਨੂੰ ਵੀ ਮਾਣ ਪ੍ਰਾਪਤ ਰਿਹਾ ਜੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਿ ਵੀ ਅਸੀਂ ਉਹ ਆਪਣੇ ਚਿੱਤੋਂ ਕੰਸਟਰਕਟਿਵ ਅਤੇ ਪੋਜ਼ਿਟਿਵ ਮੀਡੀਆ ਦਾ ਰੋਲ ਅਦਾ ਕਰਨ ਦੀ ਪੂਰੀ ਭਰਪੂਰ ਕੋਸ਼ਿਸ਼ ਕੀਤੀ ਹੈ। ਮੈਂ ਸਮਝਾਂਗਾ ਜੀ ਕਿ ਇਸ ਟੈਲੀਵਿਜ਼ਨ ਦੇ ਖਾਸ ਪ੍ਰੋਗਰਾਮਾਂ ਦਾ ਜਿਹੜਾ ਇਸ ਕਦਰ ਸਫਲ ਰਹਿਣਾ ਔਰ ਲੋਕਾਂ ਦਾ ਇੰਨੀ ਵੱਡੀ ਤਾਦਾਦ ਦੇ ਵਿੱਚ ਚੈਨਲਸ ਆ ਜਾਣ ਤੋਂ ਬਾਅਦ ਵੀ ਸੁਰਸਾਗਰ ਰੇਡੀਓ ਟੈਲੀਵਿਜ਼ਨ ਦੇ ਨਾਲ ਜੁੜੇ ਰਹਿਣਾ, ਉਸ ਦੇ ਵਿੱਚ ਇਸਦਾ ਵੱਡਾ ਰੋਲ ਹੈ ਜੀ। ਔਰ ਜੋਲ ਸਾਹਿਬ, ਮੈਂ ਸਮਝਦਾ ਕਿ ਲਗਭਗ ਜਿਹੜਾ ਆਪਣਾ ਪੁਰਾਣਾ ਸਫ਼ਰ 32 ਸਾਲ ਦਾ, ਹਾਂਜੀ, ਉਹ ਰੰਗ ਲਿਆ ਰਿਹਾ ਹੈ। ਬਹੁਤ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਬਹੁਤ ਸਾਰਾ ਮੀਡੀਆ ਨਵਾਂ ਹੋਣ ਦੇ ਵਿੱਚ ਆਇਆ ਹੈ, ਸਾਰੇ ਆਪੋ ਆਪਣੇ ਤੌਰ 'ਤੇ ਜਿੰਨਾ ਕੁ ਪ੍ਰੋਗਰਾਮ ਹੈ ਜਾਂ ਜਿੰਨੀ ਕੁ ਸੋਝੀ ਹੈ ਉਹਦੇ ਮੁਤਾਬਕ ਕੰਮ ਕਰ ਰਹੇ ਹਨ, ਲੇਕਿਨ ਸਾਨੂੰ ਥੋੜ੍ਹੇ ਜਿਹੇ ਚਕੰਨੇ ਹੋਣ ਦੀ ਲੋੜ ਹੈ। ਹਾਂਜੀ,
ਕਿਉਂਕਿ ਜਦੋਂ ਕੋਈ ਨਵਾਂ ਮੀਡੀਆ ਆਉਂਦਾ ਉਹ ਇੱਕਦਮ ਇਹੋ ਜਿਹੀ ਗੱਲ ਕਮਿਊਨਿਟੀ ਦੇ ਵਿੱਚ ਸੁੱਟਦਾ ਹੈ ਕਿ ਲੋਕਾਂ ਨੂੰ ਉਹ ਆਪਣੇ ਪਿੱਛੇ ਲਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਦੇ ਨਾਲ ਕਿਸੇ ਵੇਲੇ ਇਨਫੋਰਮੇਸ਼ਨ ਗਲਤ ਵੀ ਉਹ ਰਿਲੇ ਕਰ ਦਿੰਦੇ ਆ, ਬ੍ਰੌਡਕਾਸਟ ਕਰ ਦਿੰਦੇ ਆ ਕਿ ਸਾਨੂੰ ਜ਼ਿਆਦਾ ਲੋਕ ਸੁਣ। ਜਿਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਆਪਾਂ ਦੇਖਦੇ ਹਾਂ ਜਾਂ ਕੋਈ ਨਵਾਂ ਬਿਜ਼ਨਸ ਆਪਾਂ ਇੰਟਰੋਡਿਊਸ ਕਰਦੇ ਹਾਂ ਤਾਂ ਉਸ ਟਾਈਮ 'ਤੇ ਜੋ ਵੀ ਦਿਮਾਗ 'ਚ ਆਉਂਦਾ ਬੰਦੇ ਦੇ ਕਿ ਮੇਰੀ ਪਾਪੂਲੈਰਿਟੀ ਵੱਧ ਜੇ, ਲੇਕਿਨ ਉਹ ਲੌਂਗ ਟਰਮ 'ਚ ਕਿਸੇ ਵੇਲੇ ਨੁਕਸਾਨ ਵੀ ਕਰ ਜਾਂਦੀ ਹੈ। ਦੇਖੋ ਮੈਂ ਦੇਖਦਾ ਜੀ ਵੀ ਇਹ ਸ਼ੋਰਟ ਟਰਮ ਦੇ ਲਈ ਪਾਪੂਲੈਰਿਟੀ ਵਧਾਉਣ ਦੇ ਲਈ ਲੋਕ ਜਿਹੜੇ ਹੱਥਕੰਡੇ ਅਪਣਾ ਲੈਂਦੇ ਨੇ ਅਤੇ ਫਿਰ ਉਹ ਜਿੰਨੀ ਤੇਜ਼ੀ ਨਾਲ ਉੱਪਰ ਨੂੰ ਜਾਂਦੇ ਨੇ ਉਹ ਤੋਂ ਵੀ ਜ਼ਿਆਦਾ ਗਤੀ ਦੇ ਨਾਲ ਉਹ ਥੱਲੇ ਨੂੰ ਡਿੱਗਦੇ ਨੇ ਅਤੇ ਮੁੜ ਕੇ ਫਿਰ ਉੱਠਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਸੋ ਇਸ ਕਰਕੇ ਮੈਂ ਸਮਝਾਂਗਾ ਜੀ ਵੀ ਅੱਜ ਇਹ ਕਾਫੀ ਤੇਜ਼ ਤਰਾਰ ਮੀਡੀਆ, ਕਈ ਵਾਰੀ ਅਸੀਂ ਇਹ ਸੋਸ਼ਲ ਮੀਡੀਆ 'ਤੇ ਡਿਪੈਂਡੈਂਸੀ ਉਹਨਾਂ ਦੀ ਦੇਖਦੇ ਹਾਂ ਜੀ, ਵੀ ਉੱਥੋਂ ਤਰ੍ਹਾਂ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਕਈ ਵਾਰੀ ਵੀ ਬਿਨਾਂ ਵੈਰੀਫਾਈ ਕੀਤਿਆਂ ਉਹਨੂੰ ਨਸ਼ਰ ਕਰ ਦਿੱਤਾ ਜਾਂਦਾ, ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੁੰਦੀ ਹੈ। ਸੋ ਜਿਸ ਦੇ ਵਿੱਚ ਕਿ ਰਿਐਲਿਟੀ ਨਾ ਹੋਣ ਕਰਕੇ ਫਿਰ ਭਰੋਸਗੀ ਜਿਹੜੀ ਆ, ਭਰੋਸੇਯੋਗਤਾ ਉਸ ਨਵੇਂ ਨਵੇਂ ਮੀਡੀਆ ਦੀ ਬਣ ਨਹੀਂ ਪਾਉਂਦੀ, ਹੈ ਨਾ। ਸੋ ਇਸ ਕਰਕੇ ਇਹ ਹੈ ਜੀ ਵੀ ਅਸੀਂ ਆਪਣੇ ਵੱਲੋਂ ਸਦਾ ਕੋਸ਼ਿਸ਼ ਕੀਤੀ ਹੈ, ਕਰਦੇ ਰਹਾਂਗੇ ਕਿ ਜਿੰਨਾ ਚਿਰ 100% ਸਾਨੂੰ ਸ਼ਿਓਰ ਨਹੀਂ, ਵੈਰੀਫਿਕੇਸ਼ਨ ਇਨਫੋਰਮੇਸ਼ਨ ਦੀ ਨਹੀਂ ਹੈ, ਅਸੀਂ ਉਹ ਸਰੋਤਿਆਂ ਦਰਸ਼ਕਾਂ ਤੱਕ ਲੈ ਕੇ ਨਹੀਂ ਜਾਂਦੇ। ਔਰ ਜੋਲ ਸਾਹਿਬ ਜੀ ਹਮੇਸ਼ਾ ਵੱਖ ਵੱਖ ਤਰ੍ਹਾਂ ਦੇ ਬਿਜ਼ਨਸ ਕੀਤੇ ਹਨ, ਪਿਛਲੇ ਸਮੇਂ ਦੇ ਵਿੱਚ ਮੇਰੇ ਕੋਲੋਂ ਵੀ ਇੱਕ ਅਜਿਹੀ ਗਲਤੀ ਹੋਈ ਹੈ ਜਿਹੜੀ ਕਿ ਮੈਂ ਕਬੂਲਦਾ ਹਾਂ। ਸੋ ਉਸ ਨੂੰ ਸੁਧਾਰਨ ਦੀ ਮੈਂ ਪੂਰੀ ਪੂਰੀ ਕੋਸ਼ਿਸ਼ ਕਰ ਰਿਹਾ ਔਰ ਸੁਧਾਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਸੋ ਆਪਾਂ ਕੁਝ ਕੁ ਗੱਲਾਂ ਬਾਤਾਂ ਕਰਾਂਗੇ ਔਰ ਬ੍ਰਿਗੇਡੀਅਰ ਨਿਵਾਸ ਸਿੰਘ ਹੀਰ ਪਾਸੋਂ ਵੀ ਜਾਣਕਾਰੀ ਲਵਾਂਗੇ ਕਿ ਜਿਹੜੇ ਅਜਿਹੇ ਬਿਜ਼ਨਸ ਭਾਰਤ ਦੇ ਵਿੱਚ ਚੱਲਦੇ ਹਨ ਉਹਨਾਂ ਨੂੰ ਕਾਪੀ ਕਰਕੇ ਇੱਥੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਹੜੀਆਂ ਉੱਥੋਂ ਦੀਆਂ ਮਾੜੀਆਂ ਗੱਲਾਂ ਹਨ ਇੱਥੇ ਆਪਾਂ ਲੈ ਕੇ ਆਉਂਦੇ ਹਾਂ ਬਿਜ਼ਨਸ ਦੇ ਵਿੱਚ ਵੀ ਜਾਂ ਫਿਰ ਅਦਾਰਿਆਂ ਦੇ ਵਿੱਚ ਵੀ। ਹਾਂਜੀ। ਸੋ ਉਸ ਤੋਂ ਕਿਸ ਤਰ੍ਹਾਂ ਆਪਾਂ ਆਪਣੇ ਆਪ ਨੂੰ ਦੂਰ ਰੱਖ ਸਕਦੇ ਹਾਂ ਔਰ ਕੋਸ਼ਿਸ਼ ਕਰਨ ਦੀ ਆਪਾਂ ਨੂੰ ਇਹ ਹਮੇਸ਼ਾ ਜ਼ਰੂਰਤ ਰਹਿਣੀ ਚਾਹੀਦੀ ਹੈ ਕੁਝ ਨਾ ਕੁਝ ਕੰਮ ਕਰਨ ਦੀ ਕਿ ਅਸੀਂ ਉਹ ਜਿਹੜੀਆਂ ਅਲਾਮਤਾਂ ਹਨ ਹਾਂਜੀ ਇੱਥੇ ਨਾ ਲਾਗੂ ਕਰੀਏ, ਜਿਹੜੀਆਂ ਕਿ ਆਲਰੇਡੀ ਮੈਂ ਵੇਖਿਆ ਹੋਣੀਆਂ ਸ਼ੁਰੂ ਹੋ ਗਈਆਂ, ਲੇਕਿਨ ਜੇਕਰ ਫਿਰ ਵੀ ਧਿਆਨ ਦੇ ਵਿੱਚ ਆਉਂਦਾ ਤਾਂ ਉਹਨੂੰ ਕਰੈਕਟ ਕਰ ਲਓ। ਬਿਲਕੁਲ ਜੀ, ਦੇਖੋ ਜੀ ਵੀ ਅਲਾਮਤਾਂ ਜੇ ਉਹਨਾਂ ਦੇ ਵਿੱਚ ਦਿਲ ਲੱਗਦਾ ਸੀ ਬਹੁਤ ਵਧੀਆ ਜੀ, ਅਤੇ ਫਿਰ ਕਹਿ ਲਓ ਵੀ ਮੱਛਲੀ ਨੂੰ ਗੰਦਲਾ ਤਲਾਬ ਛੱਡ ਕੇ ਸਾਫ਼ ਤਲਾਬ 'ਚ ਤਾਂ ਜਾਣ ਦੀ ਲੋੜ ਹੀ ਨਹੀਂ ਜੀ, ਕਿਉਂਕਿ ਉਹਦਾ ਦਿਲ ਲੱਗਾ ਹੋਇਆ ਗੰਦਗੀ ਦੇ ਵਿੱਚ ਰਹਿਣ ਦਾ, ਕਿਉਂਕਿ ਜਿਸ ਤਰ੍ਹਾਂ ਕਥਾਵਾਚਕ ਭਾਈ ਕੁਲਵੰਤ ਸਿੰਘ ਜੀ ਵੀ ਕਹਿੰਦੇ ਹੁੰਦੇ ਆ ਜਾਂ ਸੰਤ ਸਿੰਘ ਜੀ ਮਸਕੀਨ ਵੀ, ਕਿ ਭਈ ਚਿੱਕੜ ਦੇ ਵਿੱਚ ਖੁੱਭੇ ਬੰਦੇ ਨੂੰ ਕੱਢੀਏ ਅਤੇ ਉਸ ਨੂੰ ਜਿਹੜਾ ਕਿ ਉੱਥੇ ਖੁੱਭਿਆ ਹੋਇਆ ਕਹੇ ਵੀ ਮੈਂ ਬੜਾ ਤੰਗ ਹਾਂ ਅਤੇ ਮੈਨੂੰ ਇੱਥੋਂ ਬਚਾ ਲਓ, ਅਤੇ ਜੇ ਹੁਣ ਉਹ ਉੱਥੇ ਚਿੱਕੜ ਦੇ ਵਿੱਚ ਬੈਠਾ ਬੰਦਾ ਕਹੇ ਵੀ ਮੈਂ ਤਾਂ ਇੱਥੇ ਠੀਕ ਹਾਂ ਜੀ ਸਭ ਕੁਝ, ਹਾਂਜੀ ਮੇਰੇ ਲਈ ਨਾ ਕੁਛ ਕਰਿਓ, ਅਤੇ ਉਹਦਾ ਕੋਈ ਕੀ ਕੁਝ ਕਰ ਸਕਦਾ। ਪਰ ਜੇ ਹੁਣ ਉਹ ਚਿੱਕੜ 'ਚ ਲਿਬੜਿਆ ਬੰਦਾ ਆਪਣੇ ਆਪ ਨੂੰ ਕਹੇ ਵੀ ਮੈਂ ਨਹਾਉਣਾ ਵੀ ਨਹੀਂ ਅਤੇ ਜਾ ਕੇ ਹੋਰ ਸਾਫ਼ ਤਲਾਬ ਪੂਰੇ ਦਾ ਪੂਰਾ ਉਹਨੂੰ ਗੰਦਾ ਕਰਨਾ, ਤਾਂ ਇਹ ਗੱਲ ਠੀਕ ਨਹੀਂ। ਸੋ ਇਸ ਕਰਕੇ ਜੇ ਧਰਤੀ ਬਦਲੀ ਹੈ, ਜੇ ਮੁਲਕ ਬਦਲਿਆ ਕਿਸੇ ਸੁਪਨੇ ਨੂੰ ਲੈ ਕੇ ਆਪਣੇ ਬੈਟਰ ਫਿਊਚਰ ਦੇ ਲਈ, ਪਰ ਜੇ ਅਲਾਮਤਾਂ ਜਿਸ ਤਰ੍ਹਾਂ ਸਰਦਾਰ ਰਵਿੰਦਰ ਸਿੰਘ ਜੀ ਪੰਨੂ ਉਹਨਾਂ ਨੇ ਦੱਸਿਆ ਵੀ ਅਸੀਂ ਆਪੋ ਆਪਣੀਆਂ ਉੱਥੋਂ ਦਾ ਸੋਚਾਂ ਦਾ ਕੂੜ ਕਬਾੜਾ ਨਾਲ ਲੈ ਕੇ ਆਵਾਂਗੇ ਅਤੇ ਫਿਰ ਗੰਦਲਾ ਕਰ ਦਿਆਂਗੇ ਇਸ ਕੈਨੇਡੀਅਨ ਤਲਾਬ ਨੂੰ ਅਸੀਂ, ਜਿਸ ਤੋਂ ਕਿ ਸਾਨੂੰ ਸਭ ਨੂੰ ਬਚਣ ਦੀ ਲੋੜ ਹੈ, ਅਲਰਟ ਹੋਣ ਦੀ ਲੋੜ ਹੈ, ਸਾਵਧਾਨ ਹੋਣ ਦੀ ਲੋੜ ਹੈ ਅਤੇ ਅਕੋਰਡਿੰਗਲੀ ਸਾਨੂੰ ਸਟੈਪਸ ਵੀ ਲੈਣ ਦੀ ਲੋੜ ਹੈ। ਮੈਂ ਸਮਝਾਂਗਾ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਬੜਾ ਖਿਆਲ ਰੱਖਣਾ ਪਏਗਾ ਕਿ ਜੇ ਅਸੀਂ ਚਾਹੁੰਦੇ ਹਾਂ ਬਿਹਤਰ ਜੀਵਨ, ਅਤੇ ਬਿਹਤਰ ਜੀਵਨ ਤਾਂ ਮਿਲੇਗਾ ਬਿਹਤਰ ਕਰਮ ਦੇ ਨਾਲ। ਜੇ ਹੁਣ ਜਸਟ ਕਹੀਏ ਵੀ ਕੱਪੜੇ ਬਦਲਣ ਨਾਲ, ਟੈਚੀਆਂ 'ਚ ਨਵਾਂ ਸਮਾਨ ਪਾਉਣ ਨਾਲ, ਜਹਾਜ਼ ਵਿੱਚ ਬੈਠਣ ਨਾਲ, ਕਿਤੇ ਹੋਰ ਜਾ ਕੇ ਉੱਤਰ ਜਾਣ ਦੇ ਨਾਲ, ਜੇ ਆਪਣਾ ਚਾਲ ਚੱਲਣ ਅਤੇ ਆਪਣੇ ਕੰਮ ਉਹੀ ਰੱਖਣੇ ਨੇ, ਫਿਰ ਜੀਵਨ ਤਾਂ ਉਹੀ ਮਿਲੇਗਾ ਨਾ ਨਵੀਂ ਧਰਤੀ ਦੇ ਉੱਤੇ ਵੀ, ਜਿਹੜੇ ਤੋਂ ਵਿਅਕਤੀ
ਪਹਿਲਾਂ ਬਹੁਤ ਉਕਤਾਇਆ ਹੁੰਦਾ ਅਤੇ ਉਸ ਜਨਮ ਭੂਮੀ ਨੂੰ ਛੱਡ ਕੇ ਜਾਣ ਦੇ ਲਈ ਕਾਹਲਾ ਹੁੰਦਾ। ਸੋ ਜਿਸ ਕਰਕੇ ਇਹ ਆ ਜੀ ਵੀ ਨਵਾਂ ਜੀਵਨ, ਜੇ ਅਪਰਚੁਨਿਟੀ ਮਿਲੀ ਹੈ ਕੈਨੇਡਾ ਵਰਗੇ ਦੇਸ਼ ਦੇ ਵਿੱਚ, ਇੱਥੇ ਜੀਵਨ ਫਿਰ ਬਿਹਤਰ ਬੈਟਰ ਦੀ ਤਾਂ ਹੀ ਆਸ ਰੱਖੀ ਜਾ ਸਕਦੀ ਹੈ ਜੇ ਕੰਮ ਬੈਟਰ ਹੋਏਗਾ, ਜੇ ਸੋਚ ਨਿਵੇਕਲੀ ਆਪਣੇ ਅੱਛੇ ਗੁਣ ਨਾਲ ਲੈ ਕੇ ਆਉਂਦੇ ਜਾਣਗੇ, ਇੱਥੋਂ ਦੀ ਸੁਸਾਇਟੀ ਦੇ ਨਵੇਂ ਅੱਛੇ ਗੁਣ ਗ੍ਰਹਿਣ ਕਰਕੇ ਉਹਨਾਂ ਦੇ ਸੁਮੇਲ ਦੇ ਨਾਲ ਅੱਗੇ ਵਧਿਆ ਜਾਏਗਾ। ਅਤੇ ਕੋਈ ਅਜਿਹੀ ਗੱਲ ਨਹੀਂ, ਕਿਉਂਕਿ ਅਪਰਚੁਨਿਟੀਜ਼ ਤਾਂ ਇੱਥੇ ਐਜੂਕੇਟਡ ਵਿਅਕਤੀ ਦੇ ਵਾਸਤੇ, ਓਨੈਸਟ ਵਿਅਕਤੀ ਵਾਸਤੇ, ਹਾਰਡ ਵਰਕਰ ਵਾਸਤੇ ਸਕਾਈ ਇਜ਼ ਓਨਲੀ ਲਿਮਿਟ। ਜੀ ਬਰਗੇੜੀ ਸਾਹਿਬ, ਬਿਲਕੁਲ ਠੀਕ ਹੈ ਜੋਨ ਸਾਹਿਬ, ਇਸ ਤਰ੍ਹਾਂ ਕਿ ਅਪਰਚੁਨਿਟੀ ਬਹੁਤ ਹੈ, ਅਨਲਿਮਿਟਡ ਇੱਥੇ ਤੁਸੀਂ ਪੈਸੇ ਬਣਾ ਸਕਦੇ ਹੋ, ਪਰ ਤੁਸੀਂ ਆਪਣੇ ਆਪ ਨੂੰ ਵੀ ਲਿਮਿਟ ਕਰਨਾ ਕਿ ਮੈਂ ਹੱਕ ਹਲਾਲ ਦੀ ਕਮਾਈ ਖਾਣੀ ਹੈ ਜਾਂ ਫਿਰ ਉਸੇ ਤਰ੍ਹਾਂ ਕਰਨਾ ਜਿਵੇਂ ਕਿ ਇੰਡੀਆ ਦਾ ਸਿਸਟਮ ਜਿਵੇਂ ਕਿਹਾ। ਇਹਦੇ 'ਚ ਦੋ ਚੀਜ਼ਾਂ ਕਿ ਜਿਹੜੇ ਤਾਂ ਇੱਥੇ ਇਮੀਗ੍ਰੈਂਟ ਆਏ ਨੇ ਇਸੇ 30 ਜਾਂ 40 ਸਾਲ ਪਹਿਲਾਂ, ਉਹਨਾਂ ਨੇ ਜ਼ਿਆਦਾ ਕੁਛ ਚੀਜ਼ਾਂ ਦੇਖੀਆਂ ਗੋਰਿਆਂ ਤੋਂ, ਕਿਸ ਤਰ੍ਹਾਂ ਉਹ ਓਨੈਸਟਲੀ ਬਿਜ਼ਨਸ ਚਲਾਉਂਦੇ ਸੀ, ਕਿਸ ਤਰ੍ਹਾਂ ਉਹ ਮਿਨੀਮਮ ਵੇਜਸ ਨੂੰ ਦਿੰਦੇ ਸੀ, ਕਿਵੇਂ ਉਹ ਟੈਕਸ ਭਰਦੇ ਸੀ। ਹਾਲੇ ਤੱਕ ਮੈਨੂੰ ਯਾਦ ਹੈ ਕਿ ਮੈਂ ਇੱਥੇ 76 ਤੋਂ ਆਉਂਦਾ ਰਿਹਾ, ਉਹ ਕਹਿੰਦੇ ਹੁੰਦੇ ਸੀ ਵੀ ਇਹ ਬਿਲਕੁਲ ਇਹਨਾਂ ਦੇ ਸ਼ਕਲ ਤੋਂ ਕ੍ਰਾਈਸ ਝਲਕਦਾ, ਕਿਉਂਕਿ ਪੂਰਾ ਆਪਣੀ ਓਨੈਸਟੀ ਦੇ ਨਾਲ ਟੈਕਸ ਭਰਦੇ ਆ, ਕਿਸੇ ਦੇ ਪੈਸੇ ਨਹੀਂ ਮਾਰਦੇ, ਸਭ ਕੁਝ ਚੱਲਦਾ ਸੀ। ਬਟ ਪਿਛਲੇ 10 ਸਾਲ ਤੋਂ ਇਹ ਜਿਹੜਾ ਹੋ ਗਿਆ ਅਮਲਾ ਕਿ ਉਹਨਾਂ ਨੇ ਮੇਰੇ ਖਿਆਲ ਜਿਹੜੇ ਇਮੀਗ੍ਰੈਂਟ 20 ਸਾਲ ਪਹਿਲਾਂ ਆਏ ਉਹਨਾਂ ਨੇ ਗੋਰੇ ਤਾਂ ਜ਼ਿਆਦਾ ਦੇਖੇ ਨਹੀਂ ਹੈ, ਜਿੱਥੇ ਜ਼ਿਆਦਾ ਕੰਸਨਟ੍ਰੇਸ਼ਨ ਹੋ ਗਈ ਹੈ ਆਪਣੇ ਦੇਖੇ ਹੈ ਕਿ ਜਿਹਨੂੰ ਮੌਕਾ ਮਿਲਿਆ ਉਹ ਓਵਰਨਾਈਟ ਰਿਚ ਹੋਣਾ ਚਾਹੁੰਦਾ ਸੀ, ਉਹਨੇ ਕਿ ਦੇਖਿਆ ਕਿ ਇਹ ਰਿਚ ਹੋਣ ਦਾ ਇੱਕੋ ਤਰੀਕਾ ਕਿ ਆਪਣਿਆਂ ਨੂੰ ਫੜੋ, ਉਹਨਾਂ ਨੂੰ ਐਕਸਪਲੋਇਟ ਕਰੋ, ਜਿਹੜਾ ਥੋੜ੍ਹਾ ਜਿਹਾ ਪਹਿਲਾਂ ਆ ਗਿਆ, ਜਿਹੜਾ ਥੋੜ੍ਹਾ ਜਿਹਾ ਚੁਸਤ ਹੈ, ਉਹ ਜਿਹੜੇ ਨਵੇਂ ਆਏ ਆ ਉਹਨਾਂ ਨੂੰ ਐਕਸਪਲੋਇਟ ਕਰਕੇ ਉਹਨਾਂ ਦੇ ਸਿਰ 'ਤੇ ਉਹਨਾਂ ਤੋਂ ਕੰਮ ਲੈ ਲਓ, ਮਿਨੀਮਮ ਵੇਜ ਨਾ ਦਿਓ, ਉਹ ਵਿਚਾਰੇ ਐਕਸਪਲੋਇਟਡ ਹੁੰਦੇ ਆ, ਉਹਨਾਂ ਨੂੰ ਲੋੜ ਹੁੰਦੀ ਹੈ। ਤਾਂ ਇਹ ਜਿਹੜਾ ਸਿਸਟਮ ਸ਼ੁਰੂ ਹੋ ਗਿਆ, ਚਾਹੇ ਰੈਸਟੋਰੈਂਟ ਦੇ ਬਿਜ਼ਨਸ 'ਚ ਆ, ਚਾਹੇ ਗਰੋਸਰੀ ਸਟੋਰ ਦੇ ਬਿਜ਼ਨਸ 'ਚ, ਚਾਹੇ ਇਮੀਗ੍ਰੇਸ਼ਨ ਦੇ ਬਿਜ਼ਨਸ 'ਚ ਆ, ਚਾਹੇ ਹੁਣ ਆਫ ਲੇਟ ਈਵਨ ਟਰੱਕਿੰਗ ਦੇ ਬਿਜ਼ਨਸ 'ਚ ਵੀ ਹੋ ਗਿਆ, ਚਾਹੇ ਸਕੂਲਿੰਗ ਦੇ ਬਿਜ਼ਨਸ 'ਚ ਆ, ਸਾਰਿਆਂ 'ਚ ਇਹ ਹੁਣ ਕੰਪਲੇਂਟਾਂ ਆ ਰਹੀਆਂ। ਯੰਗ ਸਟੂਡੈਂਟ ਨੂੰ ਤਾਂ ਲੋਕ ਬਦਨਾਮ ਕਰ ਰਹੇ, ਬਟ ਯੰਗ ਸਟੂਡੈਂਟ ਦੀਆਂ ਵੀ ਤੁਸੀਂ ਕੰਪਲੇਂਟਾਂ ਦੇਖੋ, ਕਈ ਲੋਕ ਉਹਨਾਂ ਨੂੰ 2-2 ਸਾਲ ਪੇ ਨਹੀਂ ਕਰਦੇ ਕਿ ਚੱਲ ਤੇਰੇ ਪੇਪਰ ਭਰ ਦਾਂਗੇ, ਉਹ ਵਿਚਾਰਾ 2 ਸਾਲ ਲਈ, ਇਟ ਮੀਨਸ ਬਾਉਂਡਡ ਲੇਬਰ ਸ਼ੁਰੂ ਹੋ ਗਈ ਹੈ। ਇਹ ਜਿਹੜੀਆਂ ਕੁਤਾਹੀਆਂ ਹੈ, ਜਿਵੇਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਜੋ ਅਸੀਂ ਬੀਜਾਂਗੇ ਉਹ ਸਾਨੂੰ ਮਿਲੇਗਾ, ਇਹ ਨਹੀਂ ਹੈ ਕਿ ਉਹੀ ਚੀਜ਼ ਜੇ ਅਸੀਂ ਇੱਥੇ ਸ਼ੁਰੂ ਕਰਨੀ ਹੈ ਤਾਂ ਮੇਰਾ ਖਿਆਲ ਆਈ ਥਿੰਕ ਵੀ ਆਰ ਨਾ ਰੋਂਗ ਕੰਟਰੀ ਔਰ ਵੀ ਆਰ ਗੋਇੰਗ ਰੋਂਗ। ਬ੍ਰਿਗੇਡ ਸਾਹਿਬ, ਬਿਲਕੁਲ ਤੁਸੀਂ ਠੀਕ ਆਖਿਆ, ਔਰ ਇੱਕ ਖਿੱਤਾ ਹੋਰ ਵੀ ਆਪਾਂ ਕਹਿੰਦੇ ਨਾ ਵੀ ਜੇ ਭੱਜ ਕੇ ਲੋਕ ਜਾਨ ਬਚਾ ਕੇ ਨਵੀਂ ਧਰਤੀ ਵੱਲ ਨੂੰ ਆਏ ਨੇ ਅਤੇ ਬੁਰਾਈਆਂ ਵੀ ਉਹਨਾਂ ਦੇ ਮਗਰ ਆ ਗਈਆਂ, ਇਹ ਤਰ੍ਹਾਂ ਤਰ੍ਹਾਂ ਦੀਆਂ ਡਾਕਟਰੀਆਂ ਜਿਹੜੇ ਇਲਾਜ ਕਰਨ ਵਾਲੇ ਲੋਕ ਵੀ ਮਗਰ ਮਗਰ ਆ ਗਏ ਹੈ ਜੀ। ਇੱਕ ਇਹ ਵੀ ਮਤਲਬ ਆਪਣੇ ਆਪ ਦੇ ਵਿੱਚ ਕਮਾਲ ਦੀ ਗੱਲ ਹੈ, ਇੱਕ ਮੈਡੀਕਲ ਐਕਸਪਰਟ ਡਾਕਟਰ ਦੇ ਨਾਲ ਮੇਰੀ ਗੱਲ ਹੋ ਰਹੀ ਸੀ, ਮੈਂ ਕਿਹਾ ਜੀ ਕੀ ਸੰਭਵ ਹੈ ਵੀ ਹਰ ਬਿਮਾਰੀ ਦਾ ਇਲਾਜ ਕੋਈ ਬੰਦਾ ਕਰ ਦੂਗਾ? ਕੋਈ ਵੀ ਬਿਮਾਰੀ ਹੋਵੇ ਤੁਸੀਂ ਸਾਡੇ ਕੋਲ ਇੱਕ ਵਾਰੀ ਆਓ, ਉਹਦਾ ਇਲਾਜ ਜ਼ਰੂਰ ਹੋ ਜਾਏਗਾ। ਉਹ ਕਹਿੰਦੇ ਜੀ ਵੀ ਕਿਉਂਕਿ ਦੇਸੀ ਮੀਡੀਆ ਦੇ ਵਿੱਚ ਜੋ ਕੁਝ ਪ੍ਰਚਾਰਿਆ ਜਾਂਦਾ ਤਰ੍ਹਾਂ ਤਰ੍ਹਾਂ ਦੇ ਡਾਕਟਰੀ ਇਲਾਜਾਂ ਦਾ, ਵੀ ਇਹਨਾਂ ਨੂੰ ਸੁਣ ਕੇ ਲੋਕ ਉਹਨਾਂ ਕੋਲ ਜਾਂਦੇ ਨੇ ਜੀ, ਲੋਕ ਉਹਨਾਂ ਨੂੰ ਸੁਣ ਕੇ ਉਹਨਾਂ ਕੋਲ ਨਾ ਜਾਣ ਅਤੇ ਉਹ ਆਪੇ ਕੋਈ ਚੰਗਾ ਕੰਮ ਕਰਨ। ਸੋ ਇਸ ਕਰਕੇ ਥੋੜ੍ਹਾ ਜਿਹਾ ਇਹ ਹੈ ਜੀ ਕਿ ਜਿਸ ਤਰ੍ਹਾਂ ਦਾ ਪ੍ਰਚਾਰ ਹੈ ਉਹਨੂੰ ਵੈਰੀਫਾਈ ਕਰਨਾ ਬਹੁਤ ਜ਼ਰੂਰੀ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਦਵਾਈਆਂ ਦਾ ਪਹਿਲੋਂ ਨੈਚੁਰਲਪੈਥ ਆਏ, ਹੋਮਿਓਪੈਥ ਆਏ ਅਤੇ ਵੱਖ ਵੱਖ, ਲੇਕਿਨ ਇਹ ਜ਼ਰੂਰ ਇੱਥੇ ਦੱਸਣਾ ਚਾਹੀਦਾ ਕਿ ਮੋਸਟਲੀ ਇਹ ਹੈਲਥ ਕੈਨੇਡਾ ਵੱਲੋਂ ਅਪਰੂਵਡ ਹੁੰਦੇ ਹਨ। ਸੋ ਜੇਕਰ ਉਹ ਹੈਲਥ ਕੈਨੇਡਾ ਵੱਲੋਂ ਅਪਰੂਵਡ ਆ, ਦੈਨ ਇਸ ਓਕੇ। ਕਿਸੇ ਵੇਲੇ ਕਈ ਮਾਲਸ਼ ਕਰ ਰਹੇ ਹੁੰਦੇ ਹਨ
ਜਿਹੜਾ ਕਿ ਅਪਰੂਵਡ ਨਹੀਂ ਆ। ਹਾਂਜੀ ਨਹੀਂ, ਦੂਸਰੇ ਪਾਸੇ ਕਈ ਵੈਸੇ ਇਸ ਤਰ੍ਹਾਂ ਵੀ, ਕਿਉਂਕਿ ਲੋਕ ਜਿਹੜੇ ਫਿਰ ਪੀੜਿਤ ਹੁੰਦੇ ਨਾ, ਹਾਂਜੀ ਉਹ ਦਰਦਾਂ ਕਰਕੇ ਜਾਂਦੇ ਨੇ ਜਾਂ ਅਦਰਵਾਈਜ਼ ਜਾਂਦੇ ਨੇ ਜੀ, ਜਿਹੜਾ ਫਿਰ ਉੱਥੇ ਉਹਨਾਂ ਕੋਲ ਕਈ ਵਾਰੀ ਉਹ ਤਰ੍ਹਾਂ ਤਰ੍ਹਾਂ ਦੀਆਂ ਗੋਲੀਆਂ ਦੇ ਸੈਂਕੜੇ ਡਾਲਰ ਉਗਰਾ ਲੈ ਜਾਂਦੇ। ਹਾਂਜੀ ਉਹ ਫਿਰ ਥੱਕ ਹਾਰ ਕੇ ਲੋਕ 2 ਹਫ਼ਤੇ ਖਾ ਪੀ ਕੇ ਬਹਿ ਜਾਂਦੇ, ਫਰਕ ਤਾਂ ਕੋਈ ਬੜਾ ਹਰੇਕ ਨੂੰ ਪੈਂਦਾ ਨਹੀਂ। ਬਿਲਕੁਲ। ਸੋ ਜਿਹਨਾਂ ਨੂੰ ਨਹੀਂ ਪੈਂਦਾ ਉਹਨਾਂ ਨੂੰ ਹੁੰਦਾ ਜੀ ਵੀ ਸਾਡਾ$200-300 ਹੋਰ ਗਿਆ ਜੀ, ਜਿਹੜਾ ਕਿ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਵੀ ਉੱਥੇ ਜਾ ਕੇ ਇਸ ਤਰ੍ਹਾਂ ਸਾਡੀ ਜੇਬ ਵੀ ਖਾਲੀ ਹੋਣੀ ਆ। ਹਾਂਜੀ, ਔਰ ਤੁਸੀਂ ਵੇਖਿਆ ਹੋਏਗਾ ਕਿ ਵਾਸਤੂ ਸ਼ਾਸਤਰ ਜਿਹਨੂੰ ਕਹਿੰਦੇ ਆ, ਉਹ ਵੀ ਅੱਜ ਕੱਲ੍ਹ ਇੱਥੇ ਮਿਲਦੇ ਆ। ਪਹਿਲੋਂ ਹੱਥ ਵੇਖਣ ਵਾਲੇ ਬਹੁਤ ਮਿਲਦੇ ਸੀ, ਉਹ ਤਾਂ ਅਜੇ ਵੀ ਮਿਲਦੇ ਹਨ। ਸੋ ਜਿਹੜਾ ਵਾਸਤੂ ਸ਼ਾਸਤਰ ਦੀ ਇਹ ਸੇਵਾਵਾਂ ਦਿੰਦੇ ਹਨ, ਉਹ ਵੀ ਘਰ ਦਾ ਕਿਹੜੇ ਬੰਨੇ ਮੂੰਹ ਹੋਣਾ ਚਾਹੀਦਾ, ਬਾਰੀ ਦਾ ਕਿਹੜੇ ਬੰਨੇ ਮੂੰਹ ਹੋਣਾ ਚਾਹੀਦਾ, ਅਜਿਹੀਆਂ ਜਿਹੜੀਆਂ ਸਰਵਿਸਿਜ਼ ਹਨ, ਮੈਂ ਤਾਂ ਸਮਝਦਾ ਉਹ ਆਪਣੀ ਰੋਜ਼ੀ ਰੋਟੀ ਚਲਾਈ ਆ ਉਹਨਾਂ ਨੇ, ਅਤੇ ਲੋਕਾਂ ਨੂੰ ਮੂਰਖ ਬਣਾ ਰਿਹਾ। ਅਤੇ ਬਹੁਤ ਸਾਰੀਆਂ ਅਜਿਹੀਆਂ ਵਿੱਦਿਅਕ ਸੰਸਥਾਵਾਂ ਵੀ ਹੋਣ 'ਚ ਆ ਰਹੀਆਂ ਹੁਣ, ਜਿਹੜੀਆਂ ਕਿ ਇਹ ਵੀ ਲੋਕਾਂ ਨੂੰ ਮੂਰਖ ਬਣਾ ਕੇ ਇਹ ਪੈਸੇ ਉਗਰਾ ਰਹੇ ਹਨ। ਜਦੋਂ ਕਿ ਭਾਰਤ ਦੇ ਵਿੱਚ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਪਰਟੀਕੁਲਰ ਗੱਲ ਕਰੀਏ ਕਿ ਜਿਹੜੇ ਉੱਥੇ ਪ੍ਰਾਈਵੇਟ ਸਕੂਲਾਂ ਦੇ ਆਉਣ ਕਰਕੇ ਸਰਕਾਰੀ ਸਕੂਲਾਂ ਨੂੰ ਜੋ ਨੁਕਸਾਨ ਹੋਇਆ, ਹਾਂਜੀ ਖਤਮ ਹੀ ਹੋ ਗਿਆ, ਉਹ ਟੰਚਾ ਖਤਮ ਕਰ ਦਿੱਤਾ, ਤਬਾਹ ਹੋ ਗਿਆ ਮੈਂ ਕਹਾਂਗਾ। ਹਾਂਜੀ, ਔਰ ਕਿੰਨਾ ਕਰਕੇ ਹੋਇਆ, ਕਿਉਂਕਿ ਉਹ ਪ੍ਰਾਈਵੇਟ ਸਕੂਲ ਆਉਣ ਕਰਕੇ। ਹਾਂਜੀ, ਆਪਾਂ ਥੋੜ੍ਹਾ ਜਿਹਾ ਜੰਮੂ ਕਸ਼ਮੀਰ 'ਤੇ ਕਰ ਲਈਏ ਹਾਂਜੀ ਗੱਲ ਜੀ, ਅਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਮਸਲੇ 'ਤੇ ਵੀ ਗੱਲ ਕਰੀਏ। ਹਾਂਜੀ ਜੀ, ਜੰਮੂ ਕਸ਼ਮੀਰ 'ਚ ਸਥਿਤੀ ਜਿਹੜੀ ਆ ਇਸ ਵੇਲੇ ਆ, ਉਹ ਕਿਉਂਕਿ ਜੇ ਪੰਜਾਬ ਤੋਂ ਆਏ ਲੋਕਾਂ ਨੂੰ ਸੌਖੇ ਸ਼ਬਦਾਂ 'ਚ ਗੱਲ ਸਮਝਾਉਣੀ ਹੋਵੇ ਤਾਂ ਕੁਝ ਇੱਦਾਂ ਦੀ ਆ ਵੀ ਜਿੱਦਾਂ ਦੀ ਜੂਨ 1984 ਦੇ ਵਿੱਚ ਪੰਜਾਬ ਦੀ ਸੀ। ਹਾਂਜੀ, ਸੋ ਉਦੋਂ ਤਾਂ ਚਲੋ ਉੱਥੇ ਇੰਟਰਨੈਟ ਹੈ ਨਹੀਂ ਸੀਗਾ, ਪਰ ਟੈਲੀਫੋਨ ਜਾਂ ਅਦਰਵਾਈਜ਼ ਸਰਵਿਸਿਜ਼ ਜਾਂ ਕਰਫਿਊ ਵਾਲੀ ਜਿਹੜੀ ਉੱਥੇ ਸਥਿਤੀ ਬਣ ਗਈ ਸੀਗੀ, ਜਾਂ ਫਿਰ ਜਗ੍ਹਾ ਜਗ੍ਹਾ 'ਤੇ ਚੈੱਕ ਪੋਸਟ ਬਣ ਗਈਆਂ ਸੀਗੀਆਂ, ਜਿਹੜੇ ਨਾਮੀ ਗ੍ਰਾਮੀ ਪੋਲੀਟੀਸ਼ੀਅਨਸ ਆ, ਵੈਸੇ ਕਈਆਂ ਨੇ ਤਾਂ ਹੋ ਸਕਦਾ ਆਪਣੇ ਆਪ ਨੂੰ ਆਪੇ ਪੇਸ਼ ਕਰਤਾ ਹੋਵੇ, ਉਹਨਾਂ ਨੂੰ ਹਾਊਸ ਅਰੈਸਟ ਕਰ ਦਿੱਤਾ ਗਿਆ ਸੀਗਾ ਜੀ। ਸੋ ਇਸੇ ਤਰੀਕੇ ਦੇ ਨਾਲ ਹੀ ਉੱਥੇ ਵੀ ਮਹਿਬੂਬਾ ਮੁਫਤੀ ਹੋਵੇ, ਹਾਂਜੀ, ਜਾਂ ਬਾਕੀ ਉੱਥੋਂ ਦੇ ਜਿੰਨੇ ਵੀ ਪਹਿਲੀ ਕਤਾਰ ਦੇ ਜਿਹੜੇ ਆਗੂ ਨੇ, ਹੈ ਨਾ, ਉਹ ਸਾਰੇ ਜਿਹੜੇ ਨੇ ਹਾਊਸ ਅਰੈਸਟ ਕਰ ਦਿੱਤੇ ਗਏ ਨੇ ਅੱਜ ਸੰਡੇ ਦੀ ਸ਼ਾਮ ਨੂੰ। ਅਤੇ ਜਿਸ ਤਰ੍ਹਾਂ ਬ੍ਰਿਗੇਡੀ ਸਾਹਿਬ ਵੀ ਦੱਸਣਗੇ ਵੀ 35,000 ਤੋਂ ਜ਼ਿਆਦਾ ਜਿਹੜੀ ਆ ਸਿਕਿਉਰਿਟੀ ਫੋਰਸਿਸ ਸ਼੍ਰੀਨਗਰ ਅਤੇ ਹੋਰ ਵੈਲੀ ਦੇ ਏਰੀਆ ਦੇ ਵਿੱਚ ਤਾਇਨਾਤ ਕਰ ਦਿੱਤੀ ਗਈ ਹੈ, ਅਤੇ ਸਕੂਲ ਕਾਲਜਸ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਆ। ਸੋ ਇਸ ਤਰੀਕੇ ਦੇ ਨਾਲ ਇਹ ਅੱਜ ਜਿਹੜੀ ਹੰਗਾਮੀ ਮੀਟਿੰਗਸ ਦਾ ਸਿਲਸਿਲਾ ਦਿੱਲੀ ਦੇ ਵਿੱਚ ਇਹ ਜਾਰੀ ਹੈ, ਹੋਮ ਮਿਨਿਸਟਰ ਅਮਿਤ ਸ਼ਾਹ ਉਹਨਾਂ ਦੀ ਅਗਵਾਈ ਦੇ ਵਿੱਚ, ਅਤੇ ਕੱਲ੍ਹ ਨੂੰ ਸਵੇਰੇ 9:30 ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹਨਾਂ ਦੇ ਨਾਲ ਵਿਸ਼ੇਸ਼ ਮੀਟਿੰਗ ਜਿਹੜੀ ਆ ਬੜੀ ਹਾਈ ਲੈਵਲ ਦੀ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਸਾਰੇ ਜਿਹੜੇ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਹਨ ਉਹਨਾਂ ਨੂੰ ਵਿਪ ਇਸ਼ੂ ਕੀਤਾ ਗਿਆ ਵੀ ਉਹ 5 ਤੋਂ ਲੈ ਕੇ 7 ਅਗਸਤ ਤੱਕ ਪਾਰਲੀਮੈਂਟ ਦੇ ਵਿੱਚ ਜਿਹੜੇ ਆ ਉਹ ਹਾਜ਼ਰ ਰਹਿਣਗੇ। ਸੋ ਕਾਫੀ ਕੁਝ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਬ੍ਰਿਗੇਡ ਸਾਹਿਬ ਜੀ, ਫੌਜ ਉੱਥੇ ਹੋਰ ਵਧਾ ਦਿੱਤੀ ਗਈ ਹੈ, ਦੱਸੋ ਜੀ ਜੰਮੂ ਕਸ਼ਮੀਰ ਬਾਰੇ। ਹਾਂਜੀ ਬਿਲਕੁਲ, ਜਲ ਸਾਹਿਬ ਕਿ ਪਿਛਲੇ 2 ਦਿਨ ਦੀ ਜਿਹੜੀ ਜੰਮੂ ਕਸ਼ਮੀਰ ਦੀ ਹਾਲਤ ਹੈ ਉਹ ਬੜੀ ਥੋੜ੍ਹੀ ਜਿਹੀ ਸੀਰੀਅਸ ਹੈ ਔਰ ਕਾਫੀ ਕੰਸਰਨਿੰਗ ਵੀ ਹੈ। ਉਹਦੇ 2-3 ਕਾਰਨ ਨੇ। ਇੱਕ ਤਾਂ ਜੰਮੂ ਕਸ਼ਮੀਰ ਸਾਡਾ ਨੇਬਰਿੰਗ ਸਟੇਟ ਹੈ, ਔਰ ਦੂਸਰਾ ਮੈਂ ਜੰਮੂ ਕਸ਼ਮੀਰ 'ਚ 2 ਟੈਨਿਓਰ ਵੀ ਲਾ ਚੁੱਕਾ ਅਤੇ ਜੰਮੂ ਕਸ਼ਮੀਰ ਬਾਰੇ ਕਾਫੀ ਕੁਛ ਜਾਣਦਾ, ਮੇਰੀ ਅਫਿਨਿਟੀ ਵੀ ਹੈ, ਬੜੀ ਰਿਸਪੈਕਟ ਵੀ ਹੈ ਉਸ ਸਟੇਟ ਦੇ ਨਾਲ, ਔਰ ਇਹੋ ਜਿਹਾ ਹੈਂਡਲ ਕਰਨਾ ਜਿਸ ਤਰ੍ਹਾਂ ਇਸ ਵੇਲੇ ਕੀਤਾ ਜਾ ਰਿਹਾ ਇਹ ਥੋੜ੍ਹਾ ਜਿਹਾ ਮੇਰੇ ਖਿਆਲ ਇਮੈਚਿਓਰ ਹੈ। ਮੈਂ ਸਮਝਦਾ ਕਿ ਸ਼ਾਇਦ ਜਿਹੜੀ ਸਾਡੀ ਪ੍ਰੈਜੈਂਟ ਲੀਡਰਸ਼ਿਪ ਹੈ ਇਹਨਾਂ ਦਾ ਸਟਾਈਲ ਹੀ ਇਹ ਹੈ, ਪਰ 2-3 ਚੀਜ਼ਾਂ ਸਾਨੂੰ ਸਮਝਣੀਆਂ ਚਾਹੀਦੀਆਂ ਕਿਹੜੀ ਬੈਕਗਰਾਊਂਡ 'ਚ ਹੋ ਰਿਹਾ। ਹੁਣ ਪਤਾ ਨਹੀਂ ਕਿਹੜੀ ਆਪਸ਼ਨ ਆਉਂਦੀ ਹੈ ਉਹ ਨਹੀਂ ਮੈਂ ਕਹਿ ਸਕਦਾ। ਇੱਕ ਤਾਂ ਬੈਕਗਰਾਊਂਡ ਇਹ ਹੈ ਕਿ ਪਿੱਛੇ ਜਿਹੇ ਮੋਦੀ ਸਾਹਿਬ ਮਿਲੇ ਸੀ ਟਰੰਪ ਨੂੰ, ਜਿਹੜੇ ਕਿ ਟਰੰਪ ਨੇ ਕੋਟ ਕੀਤਾ ਕਿ ਉਹਨਾਂ ਨੇ ਕਿਹਾ ਵੀ ਮੈਨੂੰ ਹੈਲਪ ਕਰੋ ਜੰਮੂ ਕਸ਼ਮੀਰ ਸੋਲਵ ਕਰਨ ਲਈ। ਹਾਂਜੀ, ਹਾਲਾਂਕਿ ਇੰਡੀਅਨ ਗਵਰਨਮੈਂਟ ਨੇ ਜਾਂ ਸਪੋਕਸਪਰਸਨ ਨੇ ਕਿਹਾ ਵੀ ਕੋਈ ਐਸੀ ਗੱਲ ਨਹੀਂ ਹੈ। ਦੂਸਰਾ, ਉਹਨਾਂ ਦੇ ਪ੍ਰਾਈਮ ਮਿਨਿਸਟਰ ਖਾਨ
ਉਹ ਆਏ ਨੇ ਇੱਥੇ ਅਮਰੀਕਾ, ਉੱਥੇ ਚੰਗੀ ਗੱਲਬਾਤ ਹੋਈ ਹੈ। ਅਮਰੀਕਾ ਨੂੰ ਇਸ ਵੇਲੇ ਜ਼ਰੂਰਤ ਹੈ ਕਿ ਉਹ ਆਪਣੇ ਟਰੁੱਪ ਕੱਢਣਾ ਚਾਹੁੰਦੇ ਅਫਗਾਨਿਸਤਾਨ ਤੋਂ। ਟਰੰਪ ਸਾਹਿਬ ਨੇ ਵਾਅਦਾ ਕੀਤਾ ਸੀ, ਉਹ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਕਿਉਂਕਿ ਉਹਨਾਂ ਨੇ ਵੀ ਵੋਟਾਂ ਲੈਣੀਆਂ ਜੀ। ਤੋ ਇੱਕ ਤਾਂ ਹੋ ਗਈ ਉਹਨਾਂ ਦੀ ਅਮਰੀਕਾ ਦੀ ਜ਼ਰੂਰਤ, ਕਿ ਪਾਕਿਸਤਾਨ ਦੇ ਨਾਲ ਤਾਂ ਹੀ ਥੋੜ੍ਹੇ ਲਵੀ ਡਵੀ ਹੋ ਰਹੇ ਸੀਗੇ, ਉਹਨਾਂ ਨੂੰ ਉਹਨਾਂ ਨੇ ਵੈਪਨਸ ਵੀ ਦਿੱਤੀਆਂ ਜਿਹੜਾ ਪਹਿਲਾਂ ਉਹਨਾਂ 'ਤੇ ਐਂਬਾਰਗੋ ਲਾਇਆ ਸੀਗਾ। ਔਰ ਇਮਰਾਨ ਖਾਨ ਵੀ ਥੋੜ੍ਹੇ ਕਾਫੀ ਖੁਸ਼ ਹੋ ਕੇ ਗਏ ਨੇ। ਦੂਸਰੇ ਪਾਸੇ ਇੰਡੀਆ ਦਾ ਇਹ ਹੈ ਕਿ ਇੰਡੀਆ ਨੇ ਵੀ ਡਿਕਲੇਅਰ ਕੀਤਾ ਸੀ ਇਲੈਕਸ਼ਨਾਂ 'ਚ ਕਿ ਧਾਰਾ 370 ਔਰ 35 ਏ ਜਿਹੜੀ ਐਕਟ ਹੈ ਇਹਨਾਂ 'ਚ ਸੋਧ ਲਿਆਂਦੀ ਜਾਵੇਗੀ। ਔਰ ਤੀਸਰਾ ਇਹ ਹੈ ਕਿ ਇਸ ਵੇਲੇ ਕਰਤਾਰਪੁਰ ਦਾ ਕੋਰੀਡੋਰ ਵੀ ਹੈ, ਔਰ ਬੜਾ ਹਿਸਟੋਰਿਕ ਚੀਜ਼ ਹੋਈ ਹੈ ਕਿ ਉੱਥੋਂ ਨਨਕਾਣਾ ਸਾਹਿਬ ਤੋਂ ਚੱਲ ਕੇ ਨਗਰ ਕੀਰਤਨ ਬਾਰਡਰ ਦੇ ਅਕਰੋਸ ਆਇਆ, ਉਹਨਾਂ ਨੂੰ ਪੂਰੀ ਇਸ ਵੇਲੇ ਫੁੱਲ ਵਿਛਾਏ ਜਾ ਰਹੇ ਨੇ, ਹਰੇਕ ਸਿੱਖ ਦੀ ਭਾਵਨਾ ਹੈ। ਹੁਣ ਇਹੋ ਜਿਹੀ ਸਿਚੁਏਸ਼ਨ ਇਸ ਚੀਜ਼ 'ਤੇ ਵੀ ਇਫੈਕਟ ਅਸੀਂ ਬਾਅਦ 'ਚ ਡਿਸਕਸ ਕਰ ਸਕਦੇ ਹਾਂ। ਹੁਣ ਹੋ ਕੀ ਸਕਦਾ ਕਿ ਜਿਹੜੇ ਬੁੱਧੀਮਾਨ ਨੇ ਇੰਡੀਆ ਦੇ ਜਾਂ ਮੀਡੀਆ 'ਤੇ, ਜਿਹੜਾ ਅੱਛਾ ਮੀਡੀਆ ਹੈ, ਥੋੜ੍ਹਾ ਇੰਡੀਪੈਂਡੈਂਟ ਮੀਡੀਆ ਹੈ, ਉਹਨਾਂ ਦੇ ਹਿਸਾਬ ਨਾਲ ਇਹੀ ਹੈ ਕਿ ਇੱਕ ਤਾਂ ਕਿ ਇਹਨਾਂ ਕੋਈ ਬੜੀ ਪੁਖਤਾ ਖਬਰ ਹੈ ਜਿਹੜੀ ਕਿ ਇਹਨਾਂ ਨੇ ਅਫੀਸ਼ਲੀ ਦਿਖਾਇਆ, ਇੱਕ ਵੈਪਨ ਦਿਖਾਈ ਹੈ ਪਾਕਿਸਤਾਨ ਦੀ ਔਰ ਇੱਕ LED ਜਾਂ ਮਾਈਨ ਦਿਖਾਈ ਹੈ, ਕਿ ਉਹਨਾਂ ਨੇ ਕਾਫੀ ਆ ਜਿਹੜੀ ਅਮਰਨਾਥ ਯਾਤਰਾ ਡਿਸਟਰਬ ਕਰਨਾ ਚਾਹੁੰਦੇ ਸੀ। ਪਰ ਅਮਰਨਾਥ ਯਾਤਰਾ ਕਦੀ ਵੀ ਕੈਂਸਲ ਨਹੀਂ ਕੀਤੀ ਗਈ, ਭਾਵੇਂ ਜਿਹੋ ਜਿਹੇ ਹਾਲਾਤ ਹੁੰਦੇ ਸੀ। ਜੇ ਮੇਰਲੀ ਜੇ ਉਹ ਕੈਂਸਲ ਕੀਤੀ ਹੈ ਇਹਨਾਂ ਨੇ ਇਸ ਵਾਰੀ, ਔਰ 35,000 ਟਰੁੱਪ ਅੰਦਰ ਭੇਜੇ ਆ, ਇਹਦਾ ਮਤਲਬ ਸਿਰਫ ਕੋਈ ਇਹੋ ਜਿਹਾ ਨਹੀਂ ਸੀ, ਐਡੀ ਵੱਡੀ ਖਬਰ ਨਹੀਂ ਸੀ ਕਿ ਉਹ ਐਡਾ ਵੱਡਾ ਕਾਰਾ ਕਰ ਦੇਣਗੇ JNK 'ਚ। ਇਹਦਾ ਮਤਲਬ ਕੁਛ ਨਾ ਕੁਛ ਪਾਰਲੀਮੈਂਟ ਦੇ ਵਿੱਚ ਇਹਨਾਂ ਨੇ ਡਿਸੀਜ਼ਨ ਲੈਣਾ। ਡਿਸੀਜ਼ਨ ਦੋ ਹੀ ਲੈ ਸਕਦੇ, ਇੱਕ ਤਾਂ ਧਾਰਾ 35 ਨੂੰ ਖਤਮ ਕਰ ਸਕਦੇ ਆ, ਔਰ ਦੂਸਰਾ 370। ਜਿੰਨਾ ਕੁ ਮੇਰੀ ਸਮਝ ਹੈ, 370 ਨੂੰ ਖਤਮ ਕਰਨਾ ਲੀਗਲੀ ਇਨਕਰੈਕਟ ਹੋਏਗਾ, ਕੌਨਸਟੀਟਿਊਸ਼ਨਲੀ ਇਨਕਰੈਕਟ ਹੋਏਗਾ। ਜੇ ਉਹ ਰਿਸਕ ਲੈਣਾ ਚਾਹੁੰਦੇ, ਕਈ ਵਾਰੀ ਤੁਹਾਨੂੰ ਪਤਾ ਮੋਦੀ ਸਾਹਿਬ ਰਿਸਕ ਲੈ ਲੈਂਦੇ ਆ, ਬਾਅਦ 'ਚ ਭਾਵੇਂ ਚੈਲੇਂਜ ਹੋ ਜਾਏ, ਪਰ 35 ਸ਼ਾਇਦ ਖਤਮ ਕਰ ਦੇਣ। ਔਰ 35 ਦਾ ਇਹ ਹੈ ਕਿ ਉਹਦੇ ਨਾਲ ਇਹ ਹੈ ਕਿ ਜੰਮੂ ਐਂਡ ਕਸ਼ਮੀਰ 'ਚ ਕੋਈ ਵੀ ਜ਼ਮੀਨ, ਕੱਲ੍ਹ ਮੈਂ ਹੀ ਡਿਸਕਸ ਕਰ ਰਿਹਾ ਸੀ ਕੁਛ ਦੋਸਤਾਂ ਨਾਲ, ਜੰਮੂ ਐਂਡ ਕਸ਼ਮੀਰ 'ਚ ਕੌਣ ਜਾਊਗਾ ਹੁਣ? ਜੇ 2 ਲੱਖ ਬ੍ਰਾਹਮਣ ਜਿਹੜਾ ਦੇ ਘਰ ਸੀਗੇ, ਜਾਂ ਤਾਂ ਉਹਨਾਂ ਨੂੰ ਵਾਪਸ ਭੇਜ ਦੇਣ, ਮੇਰਾ ਨਹੀਂ ਖਿਆਲ ਵਾਪਸ ਜਾਣਗੇ, ਹਾਲਾਂਕਿ ਭਾਵੇਂ ਉਹਨਾਂ ਦੇ ਘਰ ਸੇਫ ਵੀ ਹੋਣ। ਅੱਛਾ, ਉਹ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕਿ ਭਾਰਤ 'ਚੋਂ UP ਆਨਵਰਡ ਕਿਸੇ ਨੂੰ ਵੀ ਕਹੋ ਜੀ ਤੁਸੀਂ ਉੱਥੇ ਜ਼ਮੀਨ ਲੈ ਲਓ। ਯੈਸ, ਪੰਜਾਬੀ ਸਿੱਖ ਜਾ ਸਕਦੇ ਨੇ, ਪਰ ਪੰਜਾਬੀ ਸਿੱਖਾਂ ਦਾ ਮੈਨੂੰ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ, ਕਿ ਉਹ ਕੁਛ ਪਤਾ ਨਹੀਂ ਕੱਲ੍ਹ ਨੂੰ ਫਿਰ ਉਹਨਾਂ ਨਾਲ ਰਲ ਜਾਣ। ਉਹ ਹੀ ਇੱਕ ਹੈ, ਤੋ ਵੈਸੇ ਪੋਲੀਟੀਕਲੀ ਲੋਕਾਂ ਨੂੰ ਦਿਖਾਉਣ ਲਈ ਜ਼ਰੂਰ ਕਰ ਸਕਦੇ ਆ। ਦੂਜੀ ਆਪਸ਼ਨ ਇਹ ਵੀ ਹੈਗੀ ਆ ਜੌਲ ਸਾਹਿਬ, ਮੇਰੇ ਹਿਸਾਬ ਦੇ ਨਾਲ, ਕਿ ਹੋ ਸਕਦਾ ਇਹਨੂੰ ਸੋਲਵ ਕਰਨ ਲਈ ਜੇ ਟਰੰਪ ਸਾਹਿਬ ਨੇ ਕੁਛ ਫਾਰਮੂਲਾ ਵਰਤਿਆ, ਉਹ ਕਹਿਣ ਜੀ ਜਿੱਥੇ ਜਿੱਥੇ ਹੈਗਾ, ਜਿਹੜਾ ਪਾਕਿਸਤਾਨ ਕੋਲ ਚਲਾ ਗਿਆ, JNK ਪਾਕਿਸਤਾਨ ਦਾ ਹੋ ਗਿਆ, ਜਿਹੜਾ ਸ਼ਿਮਲਾ ਪੈਕਟ 'ਚ ਵੀ ਹੋਇਆ ਸੀ ਉਹ ਅਫੀਸ਼ਲੀ ਨਹੀਂ ਆਇਆ, ਇਹਨੂੰ ਬਾਰਡਰ ਡਿਕਲੇਅਰ ਕਰ ਦਿੱਤਾ, ਇੰਟਰਨੈਸ਼ਨਲ ਬਾਰਡਰ ਡਿਕਲੇਅਰ। ਇਹ ਵੀ ਇੱਕ ਆਪਸ਼ਨ ਹੋ ਸਕਦੀ ਹੈ, ਪਰ ਇਸ ਵੇਲੇ ਕੋਈ ਕੁਛ ਨਹੀਂ ਕਹਿ ਸਕਦਾ। ਪਰ ਸਾਨੂੰ ਸਿਰਫ ਡਰ ਹੈ ਕਿ ਪੰਜਾਬ ਦਾ ਇੱਕ ਤਾਂ ਜਿਹੜਾ ਕੋਰੀਡੋਰ ਖੋਲ੍ਹਣ ਜਾ ਰਿਹਾ, ਉਹਤੇ ਨਾ ਇੰਪੈਕਟ ਹੋ ਜਾਏ, ਕਿਉਂਕਿ ਜੇ ਜ਼ਿਆਦਾ ਸਿਚੁਏਸ਼ਨ ਵੱਧ ਗਈ ਤਾਂ ਉੱਤੇ ਇੰਪੈਕਟ ਹੋ ਸਕਦਾ, ਔਰ ਦੂਸਰਾ ਪੰਜਾਬ 'ਚ ਵੀ ਇਹਦਾ ਕੋਈ ਐਡਵਾਂਸ ਇੰਪੈਕਟ। ਅੱਛਾ, ਬ੍ਰਿਗੇਡੀਅਰ ਸਾਹਿਬ, ਕੀ ਅਜਿਹਾ ਸੰਭਵ ਹੈ ਕਿ ਪਾਕਿਸਤਾਨ ਦਾ ਜਿਹੜਾ ਜੰਮੂ ਕਸ਼ਮੀਰ ਹੈ ਅਤੇ ਭਾਰਤ ਦਾ ਜੰਮੂ ਕਸ਼ਮੀਰ ਹੈ, ਇਹ ਟਰੰਪ ਸਾਹਿਬ
ਪੈ ਕੇ ਇਹ ਦੋਨਾਂ ਨੂੰ ਹੀ ਦੇਸ਼ਾਂ ਨੂੰ ਕਹਿਣ ਕੇ ਤੁਸੀਂ ਛੱਡੋ, ਇੱਕ ਨਵਾਂ ਦੇਸ਼ ਘੋਸ਼ਿਤ ਹੋ ਜਾਵੇ, ਕੀ ਪੋਸੀਬਿਲਿਟੀ ਹੈ? ਮੇਰਾ ਖਿਆਲ ਨਹੀਂ ਪੋਸੀਬਿਲਿਟੀ ਹੈਗੀ ਕਿ ਦੋਨਾਂ ਦੇਸ਼ਾਂ ਨੇ ਨਹੀਂ ਇਹਨੂੰ ਛੱਡਣਾ, ਕਿਉਂਕਿ ਯੂਨਾਈਟਿਡ ਨੇਸ਼ਨ 'ਚ ਇਹ ਕੇਸ ਇੰਨੇ ਸਾਲਾਂ ਦਾ 48 ਔਨਵਰਡ ਦਾ ਹੈਗਾ। ਯੂਨਾਈਟਿਡ ਨੇਸ਼ਨ ਦੇ ਹਾਲੇ ਵੀ ਉਹ ਟਰੁੱਪਸ ਬੈਠੇ ਨੇ, ਸ਼੍ਰੀਨਗਰ ਵੀ ਬੈਠੇ ਨੇ, ਉੱਧਰ ਪਾਕਿਸਤਾਨ ਮੁਜ਼ਫਰਾਬਾਦ 'ਚ ਵੀ ਹਰੇਕ ਐਕਟੀਵਿਟੀ ਉਹ ਰਿਪੋਰਟ ਕਰਦੇ ਆ। ਮੇਰਾ ਖਿਆਲ ਨਹੀਂ ਹੈ ਪਾਸ ਦੇ ਵਿੱਚ ਇਹ ਕਿਹਦੀ ਗਲਤੀ ਕਹੀ ਜਾ ਸਕਦੀ ਹੈ, ਪਾਕਿਸਤਾਨ ਦੀ ਜਾਂ ਭਾਰਤ ਦੀ, ਜਿਸ ਟਾਈਮ 'ਤੇ 1947 ਤੋਂ ਬਾਅਦ ਪਾਕਿਸਤਾਨ ਨੇ ਅਟੈਕ ਕਰਕੇ ਜੰਮੂ ਕਸ਼ਮੀਰ ਦਾ ਹਿੱਸਾ ਆਪਣੇ ਕੰਟਰੋਲ ਥੱਲੇ ਲੈ ਲਿਆ, ਜਿਹੜਾ ਇੱਧਰਲਾ ਉਹ ਇੱਧਰ ਆ ਗਿਆ, ਕੀ ਉਦੋਂ ਕੋਈ ਪੈਰਵਾਈ ਅਜਿਹੀ ਹੁੰਦੀ ਦੋਨਾਂ ਦੇਸ਼ਾਂ ਵੱਲੋਂ ਕੋਈ ਨਾ ਕੋਈ ਅਜਿਹੀ, ਅਤੇ ਇਹ ਦੇਸ਼ ਜਿਹੜਾ ਜੰਮੂ ਕਸ਼ਮੀਰ ਇੱਕ ਇੰਡੀਪੈਂਡੈਂਟ ਘੋਸ਼ਿਤ ਹੋ ਸਕਦਾ ਸੀ? ਨਹੀਂ, ਪੈਰਵਾਈ ਉਦੋਂ ਯੂਨਾਈਟਿਡ ਨੇਸ਼ਨ ਤਾਂ ਤਿਆਰ ਸੀਗੀ। ਯੂਨਾਈਟਿਡ ਨੇਸ਼ਨ ਨੇ ਕਿਹਾ ਸੀ ਵੀ ਤੁਸੀਂ ਆਪਣੇ ਟਰੁੱਪਸ ਕੱਢ ਲਓ, ਹਾਂਜੀ, ਲੋਅਰ ਲੈਵਲ 'ਤੇ ਲੈ ਆਓ, ਅਸੀਂ ਇੱਥੇ ਪਲੈਬਸਾਈਟ ਕਰ ਦਾਂਗੇ, ਜਿੱਦਾਂ ਅਸੀਂ ਉਹ 2020 ਮੰਗ ਰਹੇ ਹਾਂ ਪੰਜਾਬ 'ਚ ਪਲੈਬਸਾਈਟ ਹੋ ਜਾਏਗਾ, ਉਹ 'ਚ ਉਹ ਡਿਸਾਈਡ ਕਰਨਗੇ ਜੇ ਉਹ ਚਾਹੁੰਦੇ ਇੰਡੀਪੈਂਡੈਂਟ, ਤਾਂ ਇੰਡੀਪੈਂਡੈਂਟ ਡਿਕਲੇਅਰ ਹੋ ਜਾਣੀ ਸੀ। ਪਰ ਦੋਨੋਂ ਕੰਟਰੀ ਉਸ 'ਚ ਨਹੀਂ ਹਿੱਸਾ ਲੈ ਰਹੀਆਂ ਸੀ, ਨਾ ਇੰਡੀਆ ਚਾਹੁੰਦਾ ਸੀ। ਇੰਡੀਆ ਦਾ ਸਟੈਂਡ ਤਾਂ ਵੈਸੇ ਥੋੜ੍ਹਾ ਬੈਟਰ ਸੀ ਪਾਕਿਸਤਾਨ ਨੂੰ, ਕਿਉਂਕਿ ਐਨੈਕਸੇਸ਼ਨ ਦਾ ਪੇਪਰ ਉਹ ਰਾਜਾ ਸਾਈਨ ਕਰ ਗਿਆ ਸੀ। ਹਾਲਾਂਕਿ ਉਹਨੇ ਇਹ ਜ਼ਰੂਰ ਕਿਹਾ ਸੀ ਵੀ ਧਾਰਾ 370 ਉਹਨੂੰ ਸਪੈਸ਼ਲ ਸਟੇਟਸ ਦਿਓ, ਪਰ ਉਹ ਸਾਈਨ ਕਰ ਗਿਆ ਸੀ। ਅਤੇ ਇਹਦਾ ਮਤਲਬ ਪਾਕਿਸਤਾਨ ਦੀ ਥੋੜ੍ਹੀ ਜ਼ਿਆਦਾ ਗਲਤੀ ਸੀ। ਕਈ ਵਾਰੀ ਅਸੀਂ ਡਿਸਕਸ ਕਰਦੇ ਹਾਂ, ਜੌਲ ਸਾਹਿਬ ਕੀ ਕਹਿੰਦੇ ਆ ਕਿ ਸਾਡੇ ਜਰਨੈਲਾਂ ਨੇ ਕਿਹਾ ਸੀ ਵੀ ਜੇ ਅਸੀਂ ਹੁਣ ਉਹਨਾਂ ਦੇ ਪਿੱਛੇ ਜਾ ਰਹੇ ਹਾਂ ਸਾਨੂੰ ਜਾਣ ਦਿਓ, ਉਹ ਏਰੀਆ ਵੀ ਲੈ ਲਈਏ। ਪਰ ਕਹਿੰਦੇ ਆ ਕਿ ਫਾਰੂਕ ਅਬਦੁੱਲਾ, ਸ਼ੇਖ ਅਬਦੁੱਲਾ ਨੇ ਨਹਿਰੂ ਨੂੰ ਐਡਵਾਈਸ ਕੀਤਾ ਸੀ ਵੀ ਤੁਹਾਡੇ ਕੋਲੋਂ ਪੂਰਾ ਏਰੀਆ ਸਾਂਭਿਆ ਨਹੀਂ ਜਾਣਾ। ਇਸ ਵੇਲੇ ਵੀ ਸਾਂਭਣਾ ਬੜਾ ਮੁਸ਼ਕਲ ਹੈ। ਬਿਲਕੁਲ ਜੀ, ਦੇਖੋ ਵੀ ਜਿਸ ਤਰੀਕੇ ਦੇ ਨਾਲ ਇਹ ਅਮਿਤ ਸ਼ਾਹ ਪਾਰਲੀਮੈਂਟ ਦੇ ਵਿੱਚ ਬੋਲੇ ਹੈ, ਲੱਗਦਾ ਕਿ ਜੋ ਰਾਜਾ ਹਰੀ ਸਿੰਘ ਉਹਨਾਂ ਨਾਲ ਪੈਕਟ ਹੋਇਆ ਸੀਗਾ ਉਸ ਨੂੰ ਓਨਰ ਕਰਨ ਦੇ ਲਈ ਗਵਰਨਮੈਂਟ ਆਫ ਇੰਡੀਆ ਤਿਆਰ ਆ ਜੀ। ਪਰ ਜ਼ਰੂਰ ਲੱਗਦਾ ਵੀ ਜਿਹੜੀ ਇਹ ਸਿਚੁਏਸ਼ਨ ਬ੍ਰਿਗੇਡ ਸਾਹਿਬ ਤੁਸੀਂ ਜਿਸ ਤਰ੍ਹਾਂ ਦੱਸ ਰਹੇ ਹੋ ਵੀ ਟਰੰਪ ਸਾਹਿਬ ਨੇ ਇਸ਼ੂ ਕਿਉਂਕਿ ਇਸ ਤਰੀਕੇ ਦੇ ਨਾਲ ਉਠਾਇਆ, ਇੰਡੀਆ ਸ਼ਾਇਦ ਹੁਣ ਚਾਹੇਗਾ ਵੀ ਜੇ 72 ਸਾਲਾਂ ਦਾ ਇਹ ਕਲੰਕ ਲੱਗ ਰਿਹਾ ਇੱਕ ਤਰੀਕੇ ਨਾਲ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਮੱਥੇ 'ਤੇ, ਵੀ ਕਹਿੰਦੇ ਸੀ ਅਸੀਂ ਆਪਸੀ ਗੱਲਬਾਤ ਦੇ ਨਾਲ ਹੱਲ ਕਰਾਂਗੇ, 72 ਸਾਲ ਦੇ ਵਿੱਚ ਜਨਰੇਸ਼ਨਸ ਚੇਂਜ ਹੋ ਗਈਆਂ, ਇਹ ਮਸਲਾ ਹੱਲ ਨਹੀਂ ਹੋਇਆ। ਅਤੇ ਫਿਰ ਵਿਚਾਰ ਉੱਠਦਾ ਵੀ ਜੇ ਆਪਸ ਵਿੱਚ ਨਹੀਂ 72 ਸਾਲ ਹੱਲ ਕਰ ਪਾਏ ਤਾਂ ਕਿਉਂ ਨਾ ਮੀਡੀਏਟਰ ਮੰਨ ਲਿਆ ਜਾਵੇ, ਅਤੇ ਜੇ ਹੁਣ ਮੀਡੀਏਟਰ ਨਹੀਂ ਮੰਨਣਾ ਤਾਂ ਲੱਗਦਾ ਕੋਈ ਸਖ਼ਤ ਸਟੈਪ ਲੈਣਗੇ। ਪਰ ਦੱਸੋ ਬ੍ਰਿਗੇਡ ਸਾਹਿਬ ਥੋੜ੍ਹਾ ਜਿਹਾ ਵੀ ਜਿਸ ਤਰੀਕੇ ਦੇ ਨਾਲ ਇਹ ਰੈਲੀਆਂ ਧਰਨੇ ਰੋਸ ਦਿਖਾਵੇ ਕਰਨ 'ਤੇ ਰੋਕ ਲਗਾਈ ਆ, ਤੁਸੀਂ ਦੱਸਿਆ ਵੀ ਉੱਥੋਂ ਸ਼ਰਧਾਲੂਆਂ ਨੂੰ ਵੀ ਅਮਰਨਾਥ ਯਾਤਰਾ ਵਾਲਿਆਂ ਨੂੰ ਕੱਢ ਲਿਆ ਗਿਆ, ਟੂਰਿਸਟ ਨੂੰ ਜਿੰਨੇ ਵੀ ਸੈਲਾਨੀ ਸਨ ਉਹਨਾਂ ਨੂੰ ਵੀ ਉੱਥੋਂ ਜਾਣ ਲਈ ਕਹਿ ਦਿੱਤਾ ਗਿਆ, ਇੱਕ ਥੋੜ੍ਹਾ ਜਿਹਾ ਵਕਤ ਵਾਲੀ ਸਥਿਤੀ ਕਹੀ ਜਾ ਸਕਦੀ ਹੈ ਜੰਮੂ ਕਸ਼ਮੀਰ ਦੇ ਲੋਕਾਂ ਦੇ ਲਈ। ਤੁਸੀਂ ਲੰਬਾ ਸਮਾਂ ਉੱਥੇ ਸਭ ਕੁਝ ਜਾਣਦੇ ਹੋ ਚੱਪੇ ਚੱਪੇ ਤੋਂ, ਕਦੀ ਪਹਿਲਾਂ ਵੀ ਇਹੋ ਜਿਹਾ ਮਾਹੌਲ ਦੇਖਿਆ ਸੁਣਿਆ ਜੀ ਉੱਥੇ ਇੰਨੀ ਸਖਤੀ ਭਾਰਤ ਸਰਕਾਰ ਵੱਲੋਂ? ਨਹੀਂ ਜੋਲ ਸਾਹਿਬ, ਇਹ ਕਦੀ ਨਹੀਂ ਮਾਹੌਲ ਹੋਇਆ। ਪਰ ਤੁਸੀਂ ਹੁਣੇ ਮੈਂਸ਼ਨ ਕੀਤਾ ਸੀ ਕਿ ਪੈਰਲਲ ਹੈ ਜਿਹੜਾ ਬਲੂ ਸਟਾਰ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਿਹਾ, ਮੈਨੂੰ ਯਾਦ ਹੈ ਜਾਂ ਜਿਹੜੇ ਸੱਜਣ ਉਸ ਵੇਲੇ ਪੰਜਾਬ 'ਚ ਸਨ, ਸ਼ਾਇਦ ਤੁਸੀਂ ਵੀ ਸੀਗੇ, ਕਿ ਉਸ ਵੇਲੇ ਅਖਬਾਰਾਂ 'ਤੇ ਬੈਨ ਲਾ ਦਿੱਤਾ ਸੀ, ਅਖਬਾਰਾਂ ਛਪਣੀਆਂ ਬੰਦ ਹੋ ਗਈਆਂ ਸੀਆਂ, ਉਹ ਟੈਲੀਫੋਨ ਕੱਢ ਦਿੱਤੇ ਗਏ ਸੀ ਔਰ ਪੂਰਾ ਕਰਫਿਊ ਲੱਗ ਗਿਆ ਸੀ ਪੂਰੇ ਪੰਜਾਬ ਦੇ ਵਿੱਚ। ਇਸ ਵੇਲੇ ਵੀ ਆਲਮੋਸਟ ਕਰਫਿਊ ਨਹੀਂ ਲੱਗਾ, ਧਾਰਾ 144 ਲੱਗ ਗਈ ਹੈ, ਜਿਹੜੇ ਲੀਡਰ ਹੈ ਉਹਨਾਂ ਨੂੰ ਹਾਊਸ ਅਰੈਸਟ ਕਰ ਲਿਆ, ਉਹਨਾਂ ਦਾ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਹੈ, ਵਟਸਐਪ ਸੋਸ਼ਲ ਮੀਡੀਆ ਸਭ ਕੁਝ ਬੰਦ ਆ। ਅੱਜ ਮੈਂ ਆਉਣ ਤੋਂ ਪਹਿਲਾਂ ਸੁਣ ਲਿਆ ਸੀ ਵੀ ਸ਼ਾਇਦ ਸ਼ੋਰਟਲੀ ਉਹ ਟੈਲੀਫੋਨ ਵੀ ਕੱਟ ਦੇਣ। ਇਹਦਾ ਮਤਲਬ ਟੋਟਲ ਉਹਨਾਂ ਦੀ ਕਮਿਊਨੀਕੇਸ਼ਨ ਕੱਟੀ ਜਾ ਰਹੀ ਹੈ। ਇਹ ਥੋੜ੍ਹੀ ਜਿਹੀ ਮੇਰੇ ਖਿਆਲ ਨਾਲ ਗਲਤੀ ਹੋ ਰਹੀ ਹੈ, ਕਿਉਂਕਿ ਕੱਲ੍ਹ ਮੈਡਮ ਮੁਫਤੀ ਨੇ ਬਿਆਨ ਦਿੱਤਾ ਸੀ ਕਿ ਹਿੰਦੁਸਤਾਨ ਦੀ ਗਵਰਨਮੈਂਟ ਨੂੰ
ਜੰਮੂ ਐਂਡ ਕਸ਼ਮੀਰ ਦੀ ਨਾ ਜ਼ਮੀਨ ਪਿਆਰੀ ਹੈ, ਲੋਕ ਪਿਆਰੇ ਨਹੀਂ ਹੈ। ਅੱਛਾ, ਉਹ ਨਾ ਬੜਾ ਟੱਚਿੰਗ ਨਾਰਾ ਹੈ ਵੀ ਦੇਖੋ ਅਸੀਂ ਵਟ ਆਰ ਦਾ ਨੇਸ਼ਨ ਹੁੰਦੀਆਂ ਕੀ ਹੈ, ਆਫਟਰ ਆਲ ਨੇਸ਼ਨ ਹਿਊਮਨ ਬੀਇੰਗ ਹੈ। ਇੱਕ ਪਾਸੇ ਅਸੀਂ ਕਹਿੰਦੇ ਆਪਣੇ ਸਾਡੇ ਆਪਣੇ ਹਨ, ਤਾਂ ਕਈ ਚੀਜ਼ਾਂ ਮੈਂ ਦੇਖ ਰਿਹਾ ਜਲ ਸਾਹਿਬ ਕਿ ਪ੍ਰੈਜ਼ੈਂਟ ਗਵਰਨਮੈਂਟ ਜਾਂ ਪ੍ਰੈਜ਼ੈਂਟ ਲੀਡਰਸ਼ਿਪ ਜੋ ਮੈਡਮ ਗਾਂਧੀ ਜਿਸ ਤਰ੍ਹਾਂ ਕਰਦੀ ਹੁੰਦੀ ਸੀ ਨਾ ਕਈ ਚੀਜ਼ਾਂ, ਉਸ ਪੈਰਲਲ 'ਤੇ ਉਹ ਕਿਤੇ ਨਾ ਕਿਤੇ ਬਿਹਾਈਂਡ ਥਿੰਕਿੰਗ 'ਚ। ਮੈਂ ਸਮਝਾਂਗਾ ਕਿ ਇਹ ਜਿਹੜੇ ਪੋਲੀਟੀਸ਼ਨ ਆ ਜੀ, ਉੱਥੇ ਸਿਰਫ ਇਹ ਗੱਦੀ 'ਤੇ ਬਹਿਣ ਦੇ ਲਈ ਇਹੋ ਜਿਹੇ ਲੋਕਲ ਇਸ਼ੂਜ਼ ਜਿਹੜੇ ਲੋਕਾਂ ਨੂੰ ਚੰਗੇ ਲੱਗਦੇ ਨਾਰੇ ਸਿਰਫ ਦਿੰਦੇ ਰਹਿੰਦੇ ਆ। ਹੁਣ ਉਹ ਮੁਫਤ ਇਹ ਮਹਿਬੂਬਾ ਮੁਫਤੀ ਹੈ, ਇਹ ਜਿਸ ਵੇਲੇ ਪ੍ਰੈਸ ਨੂੰ ਸੰਬੋਧਨ ਕਰ ਰਹੀ ਸੀ, ਮੈਂ ਜੀ ਇਹੋ ਜਿਹੀ ਨਰਵਸ ਸਿਚੁਏਸ਼ਨ ਕਦੀ ਆਪਣੀ ਜ਼ਿੰਦਗੀ 'ਚ ਨਹੀਂ ਦੇਖੀ। ਹੁਣ ਜਦੋਂ ਇਹ ਅਗਵਾਹ ਹੋ ਗਈ ਸੀ, ਇਹਦਾ ਫਾਦਰ ਖੁਦ ਹੋਮ ਮਿਨਿਸਟਰ ਸੀ ਇੰਡੀਆ ਦਾ, ਹੈ ਜੀ, ਖੁਦ ਜਿਹੜੇ ਟੈਰਰਿਸਟ ਆ ਉਹ ਰਿਲੀਜ਼ ਕੀਤੇ ਗਏ ਭਾਰਤ ਸਰਕਾਰ ਦੇ ਵੱਲੋਂ ਇਸ ਲੜਕੀ ਨੂੰ ਛਡਾਉਣ ਦੇ ਲਈ। ਅੱਤਵਾਦੀਆਂ ਦੇ ਕੋਲ ਇਹ ਹੋਣ ਦੇ ਬਾਵਜੂਦ ਇੰਨੀ ਨਰਵਸ ਨਹੀਂ ਹੋਈ, ਉਹ ਕਹਿੰਦੀ ਮੈਂ ਆਪਣੀ ਜ਼ਿੰਦਗੀ 'ਚ ਇੰਨੀ ਸਥਿਤੀ ਕਦੀ ਮਾੜੀ ਦੇਖੀ ਨਹੀਂ, ਹੈ ਨਾ। ਸੋ ਇਸ ਕਰਕੇ ਆ ਜੀ ਵੀ ਇਹ ਲੋਕ ਸਿਰਫ ਅਤੇ ਸਿਰਫ ਆਪਣੀ ਗੱਦੀ ਬਚਾਉਣ ਦੇ ਲਈ, ਆਪਣੇ ਪੋਲੀਟੀਕਲ ਕੈਰੀਅਰ ਦੇ ਲਈ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਇਹ ਬਲਦੀ ਦੇ ਬੂਥੇ ਡਾਉਂਦੇ ਆ। ਮੈਂ ਸਮਝਾਂਗਾ ਵੀ ਜੇ ਕੋਈ ਉਸਾਰੂ ਯਤਨਾਂ ਦੇ ਨਾਲ ਇਹ ਸਥਿਤੀ ਪਰਮਾਨੈਂਟਲੀ ਸੋਲਵ 72 ਸਾਲਾਂ ਬਾਅਦ ਹੋ ਸਕੇ, ਭਾਰਤ ਦੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ 15 ਅਗਸਤ ਤੋਂ ਪਹਿਲਾਂ ਕੋਈ ਚੰਗਾ ਤੋਹਫਾ ਮਿਲ ਸਕੇ, ਤਾਂ ਸ਼ੁਭ ਸ਼ਗਨ ਹੋਏਗਾ। ਨਵਨੋ ਜੀ, ਇੱਥੇ ਮੋਦੀ ਸਾਹਿਬ, ਮੋਦੀ ਜੀ ਅਤੇ ਸ਼ਾਹ ਜੀ ਦੱਸ ਸਕਦੇ ਹਨ, ਜਾਂ ਫਿਰ ਇੱਕ ਉਹਨਾਂ ਦੇ ਨਾਲ ਹੋਰ ਆਈ ਥਿੰਕ ਰਾਜਨਾਥ। ਹਾਂਜੀ ਹਾਂਜੀ, ਰਾਜਨਾਥ ਹੈਗਾ। ਬਟ ਇਸ ਤਰ੍ਹਾਂ ਕਿ ਕਈ ਵਾਰੀ ਜੋਲ ਸਾਹਿਬ ਹੋ ਸਕਦਾ ਉਹਨਾਂ ਦੀ ਮਨਸ਼ਾ ਹੋਵੇ ਸੋਲਵ ਕਰਨ ਲਈ, ਸੋਲਵ ਕਰਨ ਦਾ ਤਰੀਕਾ ਔਰ ਕਿਸ ਤਰ੍ਹਾਂ ਉਹ ਰਿਐਕਸ਼ਨ ਹੋ ਜਾਂਦੇ ਨੇ ਉਹ ਕਿਸੇ ਦੇ ਬਸ 'ਚ ਨਹੀਂ ਹੁੰਦੇ, ਯੂਨੋ, ਬੜੇ ਉਹ ਹੋ ਜਾਂਦੇ ਆ। ਪੰਜਾਬ ਦੀ ਪ੍ਰੋਬਲਮ ਵੀ ਮੈਡਮ ਗਾਂਧੀ ਨੇ ਸੋਲਵ ਕਰਨ ਲਈ ਕੀਤੀ ਸੀ, ਉਹਦੇ ਬਾਅਦ 'ਚ ਕੀ ਰਿਐਕਸ਼ਨ ਹੋਇਆ, ਕੀ ਹਸ਼ਰ ਹੋਇਆ, ਤਾਂ ਉਹਦਾ ਕੁਛ ਉਹਦਾ ਅੰਦਾਜ਼ਾ ਲਾਉਣਾ ਕਈ ਵਾਰੀ ਜਦੋਂ ਤੁਸੀਂ ਸਲਿਊਸ਼ਨ ਲੱਭਦੇ ਹੋ ਨਾ ਉਦੋਂ ਨਹੀਂ ਤੁਹਾਨੂੰ ਨਜ਼ਰ ਆਉਂਦਾ, ਬਾਅਦ 'ਚ ਫਿਰ। ਅੱਛਾ, ਬ੍ਰਿਗੇਡੀਅਰ ਸਾਹਿਬ, ਇਸ ਦੇ ਨਾਲ ਪੰਜਾਬ 'ਤੇ ਜਾਂ ਫਿਰ ਹੋਰ ਜਿਹੜੀਆਂ ਨੇਬਰ ਸਟੇਟਸ ਹਨ ਉਹਨਾਂ 'ਤੇ ਕੋਈ ਅਸਰ ਹੋਵੇਗਾ? ਪੰਜਾਬ 'ਚ ਤਾਂ ਬਿਲਕੁਲ ਡਾਇਰੈਕਟ ਅਸਰ ਤਾਂ ਇਹੀ ਹੋਏਗਾ ਕਿ ਜਿਹੜਾ ਹੈਗਾ ਕਰਤਾਰਪੁਰ ਸਾਹਿਬ ਦਾ ਲਾਂਘਾ, ਜਿਹੜਾ ਅਸੀਂ ਹੋਪ ਕਰ ਰਹੇ ਹਾਂ ਵੀ ਬਾਬਾ ਨਾਨਕ ਅਤੇ 550 ਸਾਲ 'ਚ ਸੰਗਤਾਂ ਦੋਨੋਂ ਪਾਸੇ ਆਉਣਗੀਆਂ ਜਾਣਗੀਆਂ, ਅਤੇ ਇਹ 'ਤੇ ਡਾਇਰੈਕਟਲੀ ਇਨਡਾਇਰੈਕਟਲੀ ਹੁਣ ਡਿਪੈਂਡ ਕਰਦਾ ਪਾਕਿਸਤਾਨ ਨਾਲ ਕਿਹੋ ਜਿਹੇ ਰਿਲੇਸ਼ਨ ਇਹ ਤੋਂ ਬਾਅਦ 'ਤੇ ਉੱਭਰਦੇ ਆ। ਇਸ ਵੇਲੇ ਤਾਂ ਉੱਥੇ ਇਹ ਸਿਚੁਏਸ਼ਨ ਹੈ ਕਿ ਪਾਕਿਸਤਾਨ 'ਚ ਅਸੀਂ ਚੈਲੇਂਜ ਕਰ ਰਹੇ ਹਾਂ ਤਾਂ ਉਹ ਪਾਕਿਸਤਾਨੀ ਇੱਧਰ ਕਰ ਰਹੇ ਆ। ਉਹਨਾਂ ਦੇ 7 ਟਰੁੱਪਸ ਵੀ ਕਹਿੰਦੇ ਵੀ ਐਂਟਰ ਕੀਤੇ ਸੀ, ਉਹਨਾਂ ਨੂੰ ਅਸੀਂ ਕਰ ਦਿੱਤਾ। ਮਤਲਬ ਟੈਂਸ਼ਨ ਉਹ ਬਾਰਡਰ ਦੀ ਵੀ ਹੈ, ਉਹ ਕਿਤੇ ਐਸਕਲੇਟ ਨਾ ਹੋ ਜਾਏ। ਪਾਕਿਸਤਾਨ 'ਚ ਹਾਲੇ ਵੀ ਉਹ ਨਿਊਕਲੀਅਰ ਦਾ ਜਿਹੜਾ ਹੈਗਾ ਇੰਪੈਕਟ ਹੈ, ਕਈ ਵਾਰੀ ਇਹ ਚੀਜ਼ਾਂ ਛੋਟੀ ਜਿਹੀ ਚਿੰਗਾੜੀ ਹੁੰਦੀ ਆ, ਉਹ ਵਾਰ ਦਾ ਰੂਪ ਲੈਣ 'ਚ ਵੀ ਦੇਰ ਨਹੀਂ ਲੱਗਦੀ। ਪਰ ਅਸੀਂ ਹੋਪ ਕਰਦੇ ਹਾਂ, ਜਿੱਦਾਂ ਜੋਲ ਸਾਹਿਬ ਨੇ ਕਿਹਾ ਕਿ 15 ਅਗਸਤ ਤੋਂ ਪਹਿਲਾਂ ਟਰੰਪ ਸਾਹਿਬ ਦੀ ਇੰਟਰਵੈਂਸ਼ਨ ਪਾਕਿਸਤਾਨ ਵੀ ਸਮਝੇ, ਇੰਡੀਆ ਵੀ ਸਮਝੇ, ਅਸੀਂ ਕੋਈ ਨਾ ਕੋਈ ਇਹੋ ਜਿਹਾ ਸਲਿਊਸ਼ਨ ਕਰ ਲਈਏ ਕਿ ਜਿਹਦੇ ਨਾਲ ਕਿ ਪਰਮਾਨੈਂਟ ਸਲਿਊਸ਼ਨ ਹੋ ਜਾਏ, ਕਿ ਜੰਮੂ ਐਂਡ ਕਸ਼ਮੀਰ ਦੀ ਪ੍ਰੋਬਲਮ ਹੀ ਖਤਮ ਹੋ ਜਾਏ। ਪਰ ਮੈਨੂੰ ਲੱਗਦਾ ਨਹੀਂ ਹੈ ਕਿ ਹੋਣਾ, ਪਰ ਹੋਪ ਹੈ। ਕਿਉਂਕਿ ਲੋਕਲੀ ਦੇਖੋ ਜਿਹੜੇ ਸੈਂਟੀਮੈਂਟਸ ਆ ਨਾ ਲੋਕਾਂ ਦੇ, ਉਹ ਇਹ ਜਿਹੜੇ ਲੋਕਲ ਲੀਡਰ ਨੇ ਕਿਵੇਂ ਇਹ ਭੜਕਾ ਕੇ ਰੱਖਣੇ ਨੇ ਆਪੋ ਆਪਣੀਆਂ ਸੀਟਾਂ ਉੱਥੇ ਕਾਇਮ ਰੱਖਣ ਦੇ ਲਈ, ਇਹ ਤਾਂ ਕੋਈ ਇਹ ਅਬਦੁੱਲਾ ਫੈਮਿਲੀ ਜਾਂ ਇਹ ਮੁਫਤੀ ਫੈਮਿਲੀ ਦੇ ਕੋਲੋਂ ਸਿੱਖ ਲਵੇ ਵੈਸੇ। ਪਰ ਦੂਸਰੇ ਪਾਸੇ ਅਮਿਤ ਸ਼ਾਹ ਉਹਨਾਂ ਨੇ ਜਿਹੜਾ ਕਿਹਾ ਸੀਗਾ ਵੀ ਜਿਹੜੇ ਲੋਕ ਇਹ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਸੀ ਉਹਨਾਂ ਨੂੰ ਹੀ ਭਾਰਤ ਸਰਕਾਰ ਦੇ ਕੋਲੋਂ ਸਿਕਿਉਰਿਟੀ ਮਿਲਦੀ ਰਹੀ ਜੰਮੂ ਕਸ਼ਮੀਰ ਦੇ ਵਿੱਚ। ਇਹ ਵੀ ਆਪਣੇ ਆਪ ਦੇ ਵਿੱਚ ਇਸ਼ੂ ਵੈਸੇ ਕਮਾਲ ਦਾ, ਉਹ ਕਹਿੰਦੇ ਅਸੀਂ ਸਾਰਿਆਂ ਦੀ ਹੁਣ ਸਿਕਿਉਰਿਟੀ ਸਟ੍ਰਿਪ ਕੀਤੀ ਆ, ਵੀ ਨਾਲੇ ਤਾਂ ਇਹ ਭਾਰਤ ਦੇ ਖਿਲਾਫ ਬੋਲਦੇ ਆ, ਨਾਲੇ ਭਾਰਤ ਤੋਂ ਇਹਨਾਂ ਨੂੰ ਸਿਕਿਉਰਿਟੀ ਚਾਹੀਦੀ ਆ। ਬਿਲਕੁਲ ਠੀਕ ਹੈ,
ਮੈਨੂੰ ਇਹਨਾਂ ਨੇ ਐਕਸ਼ਨ ਲਿਆ। ਪਹਿਲਾਂ ਕੋਈ ਇੰਨੀ ਸਟਰੋਂਗ ਗੌਰਮੈਂਟ ਨਹੀਂ ਸੀਗੀ ਜਿਹੜੀ ਕਿ ਐਕਸ਼ਨ ਲੈ ਸਕਦੀ ਸੀ, ਇਹਨਾਂ ਨੇ ਲਿਆ। ਇਹਨਾਂ ਦੇ ਹੁਣ ਫਰਦਰ ਕੌਨਸੀਕੁਐਂਸਿਸ ਕੀ ਹੋਣਗੇ ਨੋ ਵਨ ਨੋਜ਼, ਪਰ ਇਹਨਾਂ ਨੇ ਚਲੋ ਐਟਲੀਸਟ ਕੋਈ ਡਿਸੀਜ਼ਨ ਲਿਆ, ਉਹ 'ਤੇ ਐਕਟ ਕਰ ਰਿਹਾ। ਮੇਰੇ ਖਿਆਲ ਇਹ ਡਿਸੀਜ਼ਨ ਇਹਨਾਂ ਨੂੰ ਪੰਜਾਬ 'ਚ ਵੀ ਲੈਣਾ ਚਾਹੀਦਾ, ਕਈ ਸਾਡੇ ਪੁਰਾਣੇ ਲੀਡਰ ਉਹਨਾਂ ਕੋਲ ਅਨਡਿਊਲੀ ਐਡੀ ਵੱਡੀ ਵੱਡੀ ਸਿਕਿਉਰਿਟੀ ਬੈਠੀ ਆ, ਉਹ ਪੁਲਿਸ ਕਿਤੇ ਹੋਰ ਕੰਮ ਕਰੇ ਤਾਂ ਬੈਟਰ ਹੈ। ਘੱਟੋ ਘੱਟ ਚਲੋ ਭਾਰਤ ਦੇ ਅਗੇਂਸਟ ਨਹੀਂ ਨਾ ਬੋਲਦੇ ਐਟਲੀਸਟ। ਬ੍ਰਿਗੇਡੀਅਰ ਸਾਹਿਬ, ਮੀਡੀਆ, ਭਾਰਤੀ ਮੀਡੀਆ ਪਰਟੀਕੁਲਰ ਜਿਹੜਾ ਕਿ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ, ਬਹੁਤ ਰੀਅਲਿਸਟਿਕਲੀ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨੂੰ ਉਹਨਾਂ ਨੂੰ ਬਿਆਨ ਕਰਦਾ, ਅਜਿਹੇ ਸ਼ਬਦਾਂ ਦੀ ਵਰਤੋਂ ਕਰਦਾ ਜਿਹੜੇ ਕਿ ਕਦੀ ਸੁਣੇ ਵੀ ਨਹੀਂ ਹੁੰਦੇ। ਪਿਛਲੇ ਦਿਨ ਇੱਕ ਮੀਡੀਆ ਨੂੰ ਮੈਂ ਫੋਨ ਕਰਕੇ ਕਿਹਾ ਕਿ ਤੁਹਾਡੇ ਨਾਲ ਵੀ ਗੱਲ ਹੋਈ ਸੀ ਕਿ ਪਿੱਛੇ ਲੋਕ ਮਰ ਰਹੇ ਹੁੰਦੇ ਹਨ ਪਾਣੀ ਦੇ ਵਿੱਚ, ਜਾਂ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਹੁੰਦੀਆਂ, ਅਤੇ ਉਹ ਕਹਿੰਦੇ ਆ ਅਸੀਂ ਤੁਹਾਨੂੰ ਹੁਣ ਨਜ਼ਾਰਾ ਦਿਖਾਉਂਦੇ ਹਾਂ। ਹਾਂਜੀ, ਔਰ ਕਿਸੇ ਵੇਲੇ ਅਜਿਹੇ ਸ਼ਬਦਾਂ ਦੀ ਚੋਣ ਕਰ ਲੈਂਦੇ ਹਨ ਜਿਨ੍ਹਾਂ ਦਾ ਅੰਤਰੀ ਭਾਵ ਵੀ ਨਹੀਂ ਉਹ ਜਾਣਦੇ ਹੁੰਦੇ, ਉਹਨਾਂ ਦਾ ਕਿਹੋ ਜਿਹਾ ਰਿਐਕਸ਼ਨ? ਇਸ ਤਰ੍ਹਾਂ ਕਿ ਜੋਲ ਸਾਹਿਬ ਤੁਸੀਂ ਤਾਂ ਜਾਣਦੇ ਹੋ, ਤਾਂ ਅੱਜ ਤੋਂ ਕੋਈ 25 ਸਾਲ ਪਹਿਲਾਂ ਜਦੋਂ ਨਵਾਂ ਨਵਾਂ ਇੰਡੀਆ ਦਾ ਮੀਡੀਆ ਸ਼ੁਰੂ ਹੋਇਆ ਸੀ, ਓਪਨ ਅਪ ਹੋਇਆ ਪੂਰੇ ਵਰਲਡ ਨੂੰ, ਔਰ 10-15 ਸਾਲ ਵਨ ਆਫ ਦਾ ਬੈਸਟ ਮੀਡੀਆ ਸੀ ਪੂਰੇ ਵਰਲਡ 'ਚ, ਕਿ ਕੋਈ ਵੀ ਚੈਨਲ ਲੈ ਲਓ ਉਹਨਾਂ ਦੀ ਨਿਊਜ਼ ਉਹਨਾਂ ਦਾ ਜਿਸ ਤਰ੍ਹਾਂ ਕਵਰ ਕਰਦੇ ਸੀਗੇ ਉਹ ਹੈ। ਇਟਸ ਓਨਲੀ ਕੋਈ 5-7 ਸਾਲ ਤੋਂ ਫਿਰ ਉਹ ਮੀਡੀਆ ਤੋਤਾ ਜਿਹਾ ਬਣ ਕੇ, ਜਿਵੇਂ ਉਹ ਗਵਰਨਮੈਂਟ ਦੇ ਪਹਿਲਾਂ ਨਹੀਂ ਹੁੰਦੇ ਸੀਗੇ ਦੈਟ ਦੂਰਦਰਸ਼ਨ ਵਗੈਰਾ, ਉਹ ਸ਼ਕਲ ਲੈ ਗਿਆ। ਕਿਉਂਕਿ ਉਹਦਾ ਰੀਜ਼ਨ ਇਹ ਹੈ ਕਿ ਮੈਕਸੀਮਮ ਮੀਡੀਆ 90% ਸ਼ਾਇਦ ਇਹਨਾਂ ਦੇ ਵੱਡੇ ਵੱਡੇ ਕਾਰਪੋਰੇਟ ਦੇ ਹੱਥ 'ਚ ਆ ਗਿਆ, ਤਾਂ ਉਹ ਜੋ ਗਵਰਨਮੈਂਟ ਚਾਹੁੰਦੀ ਹੈ ਉਹ ਕਰਦੀ ਹੈ। ਪਰ ਉਹ ਕਹਿਣ ਤੋਂ ਬਾਅਦ ਵੀ ਕੁਛ ਇੱਕ ਮੀਡੀਆ ਜ਼ਰੂਰ ਹੈ ਹਾਲੇ ਵੀ ਜਿਹੜਾ ਕਿ ਇੰਨਾ ਇੰਡੀਪੈਂਡੈਂਟ ਤਾਂ ਨਹੀਂ ਹੋ ਸਕਦਾ, ਉਹ ਤਾਂ ਹੁਣ ਅਮੈਰੀਕਾ ਦਾ ਵੀ ਮੀਡੀਆ ਨਹੀਂ ਹੈ, ਸ਼ਾਇਦ ਕੈਨੇਡਾ ਦਾ ਵੀ ਨਹੀਂ ਹੈ। ਪਰ NDTV ਲੈ ਲਓ ਤੁਸੀਂ, ਉਹ ਦੇਖੋ ਉਹਨਾਂ ਦਾ ਇੱਕ ਉਹਨੂੰ ਅਵਾਰਡ ਵੀ ਮਿਲਿਆ, ਮੈਗਾਸੇਜ਼ ਅਵਾਰਡ ਵੀ ਮਿਲਿਆ। ਪਰ ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਹੈ ਸੈਂਸਿਟਿਵਿਟੀ ਦੀ, ਯੈਸ ਸੈਂਸਿਟਿਵਿਟੀ ਥੋੜ੍ਹੇ ਜਿਹੇ ਉਹ ਅੱਜ ਕੱਲ੍ਹ ਇੰਨਾ ਮਸ਼ਰੂਮ ਹੋ ਗਿਆ, ਜਿਵੇਂ ਇੱਥੇ ਵੀ ਮੀਡੀਆ ਮਸ਼ਰੂਮ ਹੋ ਗਿਆ, ਤੋ ਕਿ ਯੰਗ ਬੱਚੇ ਕੁੜੀਆਂ ਉਹਨਾਂ ਨੂੰ ਹਾਇਰ ਕੀਤਾ ਜਾਂਦਾ, ਪਤਾ ਨਹੀਂ ਸਵੇਰ ਤੋਂ ਸ਼ਾਮ ਤੱਕ ਲੱਗੇ ਰਹਿੰਦੀਆਂ, ਉਹਨਾਂ ਨੂੰ ਮਿਨੀਮਮ ਵੇਜ ਵੀ ਮਿਲਦੀ ਨਹੀਂ ਮਿਲਦੀ, ਉਹਨਾਂ ਉਹ ਜਿਹੜਾ ਹੈਗਾ ਨਾ ਉਹ ਘੱਟ, ਹੁਣ ਜਿਵੇਂ ਜਿਵੇਂ ਮਸ਼ਰੂਮ ਹੋਇਆ ਉਹ 'ਚ ਪਾਈ ਜਾਂਦੀ ਹੈ, ਕਿਉਂਕਿ ਹਰ ਕੋਈ ਚਾਹੁੰਦਾ ਮੇਰੇ ਪ੍ਰੋਫਿਟ ਜ਼ਿਆਦਾ ਬਣ ਜਾਣ, ਪਰ ਚਾਹੇ ਕੋਈ ਕੁਆਲੀਫਾਈਡ ਹੋਵੇ ਜਰਨਲਿਸਟ ਨਾ ਹੋਵੇ ਉਹਨਾਂ ਨੂੰ ਹਾਇਰ ਕਰ ਲੈਂਦੇ ਆ, ਉਹ ਚੀਜ਼ ਦਾ ਇਸ ਵੇਲੇ ਵਾਂਟਿੰਗ। ਵੈਸੇ ਜਿੰਨਾ ਕੁ ਬ੍ਰਿਗੇਡੀਅਰ ਸਾਹਿਬ ਮੈਂ ਤਜਰਬਾ ਕੀਤਾ ਜਾਂ ਕਰ ਰਿਹਾ ਅਜੇ ਵੀ, ਮੈਨੂੰ ਇਹ ਲੱਗਦਾ ਵੀ ਥੋੜ੍ਹਾ ਜਿਹਾ ਇਹ ਟ੍ਰੈਂਡ ਦੁਨੀਆ ਦੇ ਵਿੱਚ ਹੀ ਆ, ਸਾਰੀ ਦੁਨੀਆ ਦੇ ਵਿੱਚ ਉਹ ਲੋਕ ਵੀ ਈਵਨ ਜਿਹੜੇ ਕਿ ਕਹਿੰਦੇ ਆ ਜਾਂ ਚਾਹੁੰਦੇ ਆ ਕਿ ਜੀ ਭਈ ਸਾਨੂੰ ਬੋਲਣ ਦਾ ਹੱਕ ਹੋਣਾ ਚਾਹੀਦਾ, ਅਤੇ ਖੁਦ ਉਹ ਉਸ ਮੀਡੀਆ ਨੂੰ ਬੋਲਣ ਦਾ ਹੱਕ ਕਈ ਵਾਰੀ ਦੇਣਾ ਨਹੀਂ ਚਾਹੁੰਦੇ ਹੁੰਦੇ ਜਿਹੜਾ ਕਿ ਨਿਰਪੱਖ ਗੱਲ ਕਰ ਰਿਹਾ, ਇੰਡੀਪੈਂਡੈਂਟ ਗੱਲ ਕਰ ਰਿਹਾ, ਹੈ ਨਾ। ਸੋ ਮੈਨੂੰ ਇਹ ਲੱਗਦਾ ਵੀ ਚਾਹੀਦਾ ਤਾਂ ਹਰ ਇੱਕ ਨੂੰ ਗੋਦੀ ਮੀਡੀਆ ਹੀ ਆ, ਹਰ ਇੱਕ ਨੂੰ ਗੋਦੀ ਮੀਡੀਆ ਚਾਹੀਦਾ, BJP ਨੂੰ ਚਾਹੀਦਾ ਹੋਊਗਾ, ਸ਼੍ਰੋਮਣੀ ਅਕਾਲੀ ਦਲ ਨੂੰ ਵੀ ਗੋਦੀ ਮੀਡੀਆ ਚਾਹੀਦਾ, ਉਹ ਕਦੋਂ ਬਰਦਾਸ਼ਤ ਕਰਦੇ ਆ ਜੇ ਕੋਈ ਕਾਂਗਰਸ ਦਾ ਅੱਛਾ ਕੰਮ ਹੋਵੇ, ਉਹਦੀ ਕੋਈ ਪੱਤਰਕਾਰ ਪ੍ਰਸ਼ੰਸਾ ਕਰ ਰਿਹਾ ਹੋਵੇ, ਕਾਂਗਰਸ ਨੂੰ ਵੀ ਗੋਦੀ ਮੀਡੀਆ ਚਾਹੀਦਾ, ਉਹਨਾਂ ਨੂੰ ਕਦੋਂ ਚੰਗਾ ਲੱਗਦਾ ਵੀ ਜੇ ਕੋਈ BJP ਨੇ ਅੱਛਾ ਕੰਮ ਕੀਤਾ ਅਤੇ ਕੋਈ ਪੱਤਰਕਾਰ BJP ਦੀਆਂ ਸਿਫਤਾਂ ਕਰ ਰਿਹਾ ਹੋਵੇ। ਸੋ ਇੱਥੇ ਤੁਸੀਂ ਪੋਲੀਟੀਕਲ ਪਾਰਟੀਜ਼ ਦੀ ਗੱਲ ਕਰ ਲਓ, ਲਿਬਰਲ ਪਾਰਟੀ, ਕੰਜ਼ਰਵੇਟਿਵ ਪਾਰਟੀ, ਇਹਨਾਂ ਨੇ ਆਪੋ ਆਪਣੇ ਕੰਪਿਊਟਰਾਂ ਦੇ ਵਿੱਚ ਹਰ ਜਰਨਲਿਸਟ ਕੀ ਲਿਖ ਰਿਹਾ ਉਹਦਾ ਪ੍ਰੋਫਾਈਲ ਬਣਾਇਆ ਹੋਇਆ ਜੀ, ਜਿਹੜਾ ਜਰਨਲਿਸਟ ਇਹਨਾਂ ਦੇ ਹੱਕ 'ਚ ਲਿਖੇਗਾ ਉਹਦੇ ਨਾਲ ਹੀ ਕੰਟੈਕਟ ਕਰਨਾ ਹੈ ਜੀ। ਸੋ ਮੈਂ ਸਮਝਾਂਗਾ ਕਿ ਇਹ ਦੁਨੀਆ ਭਰ ਦੇ ਵਿੱਚ ਇਨਕਲੂਡਿੰਗ ਕੈਨੇਡਾ ਇਹ ਟ੍ਰੈਂਡ ਹੁਣ ਪੂਰੇ ਸਿਖਰ 'ਤੇ ਆ ਕਿ ਸਿਰਫ ਹਰ ਇੱਕ ਨੂੰ, ਇਨਕਲੂਡਿੰਗ ਸਾਡੇ ਖਾਲਿਸਤਾਨੀ ਭਾਈ ਵੀ, ਮੈਂ ਕਹਾਂਗਾ ਕਿ ਉਹਨਾਂ ਨੂੰ ਸਿਰਫ ਚਾਹੀਦਾ ਗੋਦੀ ਮੀਡੀਆ ਹੀ ਆ, ਜਿਹੜਾ ਉਹਨਾਂ ਦੀ ਬੱਲੇ ਬੱਲੇ ਕਰਾਈ ਚੱਲੇ ਫਿਰ ਉਹ ਬਹੁਤ ਵਧੀਆ। ਇੰਡੀਪੈਂਡੈਂਟ ਜਿਹੜਾ ਨਿਰਪੱਖ ਹੋ ਕੇ ਕੋਈ ਜਰਨਲਿਸਟ ਉਹਨਾਂ ਦੀ ਆਲੋਚਨਾ ਉਸਾਰੂ ਉਹਨਾਂ ਦੀਆਂ ਗਲਤੀਆਂ ਕਰਕੇ ਕਰਨੀ ਚਾਹੁੰਦਾ
ਉਹਨੂੰ ਸਰਕਾਰ ਦਾ ਬੰਦਾ ਕਹਿੰਦੇ ਐਗਜੈਕਟਲੀ ਔਰ ਜੇਕਰ ਆਪਾਂ ਗਵਾਂਢੀ ਮੁਲਕ 'ਚ ਵੇਖੀਏ ਅਮੈਰੀਕਾ ਅਤੇ ਜੇ CNN ਨੂੰ ਕ੍ਰਿਟੀਸਾਈਜ਼ ਕਰਦਾ ਹੈ ਤਾਂ ਉਹ ਫੇਕ ਹੈ, ਉਹ ਉਹਨੂੰ ਫੇਕਿਆ ਜਾਂਦਾ, ਲੇਕਿਨ ਉੱਥੇ ਜ਼ਰੂਰਤ ਨਾਲ ਗੱਲ ਤਾਂ ਕੀਤੀ ਜਾਂਦੀ ਹੈ। ਠੀਕ ਹੈ ਕਿ ਉੱਥੇ ਵੀ ਕੋਈ ਗੋਦੀ ਮੀਡੀਆ ਜ਼ਰੂਰ ਵੇਖਣ ਦੇ ਵਿੱਚ ਹੈ, ਅਮੈਰੀਕਾ ਦੇ ਵਿੱਚ ਦੋਨੋਂ ਹੀ ਹੈ। ਪੰਨੂ ਸਾਹਿਬ, ਤੁਸੀਂ ਅਮੈਰੀਕਾ 'ਚ ਕਿਸੇ ਨੂੰ ਪੁੱਛ ਲਓ ਗੋਰਾ ਤੁਹਾਨੂੰ ਮਿਲੇਗਾ ਜਾਂ ਗੋਰੀ ਮਿਲੇਗੀ, ਉਹ ਪੁੱਛੂਗੀ ਗੱਲਾਂ ਗੱਲਾਂ 'ਚ ਪੁੱਛ ਲਈ ਵਿੱਚ ਚੈਨਲ ਯੂਜ਼ ਸੀ, ਜੇ ਮੈਂ ਕਹਿੰਦਾ ਫੋਕਸ ਤੇ ਜੋ ਦੇਖਦੀ ਹੈ ਫੋਕਸ ਤੋਂ ਸ਼ੀਲ ਵੀ ਹੈਪੀ, ਜੇ ਮੈਂ ਕਹਿੰਦਾ CNN ਉਹਨੂੰ ਪਤਾ ਲੱਗ ਜਾਣਾ ਕਿ ਇਹ ਇਹਨਾਂ ਦਾ ਸਪੋਰਟਰ ਹੈਗਾ ਆਪਣੇ ਡੈਮੋਕ੍ਰੈਟ ਦਾ ਹੈ, ਨਹੀਂ ਤਾਂ ਰਿਪਬਲਿਕਨ ਦਾ ਹੈ। ਓਪਨਲੀ ਹੋ ਗਿਆ CNN। ਪਰ ਇੱਕ ਚੀਜ਼ ਆਪਾਂ ਆਪਣੇ ਮੀਡੀਆ ਦੀ ਗੱਲ ਕਰੀਏ ਕਿ ਬਹੁਤ ਲੋਕ ਸਾਡੇ ਨਾਲ ਖੁਸ਼ ਵੀ ਨੇ, ਬਹੁਤ ਲੋਕ ਖੁਸ਼ ਨਹੀਂ ਵੀ ਨੇ। ਬਹੁਤੇ ਖੁਸ਼ ਨੇ ਵੈਸੇ, ਬਹੁਤ ਖੁਸ਼ ਨੇ ਕਿਉਂਕਿ ਸੱਚ ਬੋਲਦੀ ਦਾ, ਪਰ ਕਈਆਂ ਨੂੰ ਜਿਵੇਂ ਜਵਲ ਸਾਹਿਬ ਨੇ ਕਿਹਾ ਵੀ ਉਹ ਸੱਚ ਚੁੱਭਦਾ, ਜਦੋਂ ਉਹਨਾਂ ਦੇ ਹੱਕ ਦੀ ਗੱਲ ਹੋ ਜਾਂਦੀ ਹੈ ਉਹ ਖੁਸ਼ ਹੋ ਜਾਂਦੇ, ਦੂਸਰੇ ਦਿਨ ਕਹਿ ਦਈਏ ਕਿ ਉਹਨੂੰ ਥੋੜ੍ਹਾ ਜਿਹਾ ਐਨਾਲਾਈਜ਼ ਕਰ ਦਈਏ। ਅਸੀਂ ਕੋਈ ਇਹ ਨਹੀਂ ਹੈ ਕਿ ਵੀ ਅਸੀਂ ਰੱਬ ਹੈ, ਪਰ ਅਸੀਂ ਆਪਣੀ ਪਰਸੈਪਸ਼ਨ ਜਿਹੜੀ ਹੈ ਸਾਡੀ ਉਹਦੇ ਨਾਲ ਕੋਸ਼ਿਸ਼ ਕਰਦੇ ਹਾਂ ਕਿ ਹਰੇਕ ਚੀਜ਼ ਨੂੰ ਅਸੀਂ ਇਸ ਤਰ੍ਹਾਂ ਐਨਾਲਾਈਜ਼ ਕਰੀਏ ਕਿ ਜਿਹੜਾ ਸੁਣਨ ਵਾਲਾ ਨੂੰ ਆਪਣਾ ਹਿਸਾਬ ਲਾ ਲਏ ਵੀ ਮੈਂ ਕੀ ਡਿਸੀਜ਼ਨ ਲੈਣਾ, ਨਾ ਕਿ ਅਸੀਂ ਉਹਨੂੰ ਕਹੀਏ ਵੀ ਇਸ ਤਰ੍ਹਾਂ ਡਿਸੀਜ਼ਨ। ਕਿਉਂਕਿ ਅਸੀਂ ਬ੍ਰਿਗੇਡ ਸਾਹਿਬ ਅਤੇ ਸਰਦਾਰ ਰਵਿੰਦਰ ਸਿੰਘ ਜੀ ਪੰਨੂ ਕਦੀ ਵੀ ਗੋਦੀ ਮੀਡੀਆ ਜੇਕਰ ਮੈਂ ਤੁਹਾਨੂੰ ਕਹਾਂ ਕਿ ਨਹੀਂ ਜੀ ਆਪਾਂ ਇਸ ਪਾਰਟੀ ਨੂੰ ਐਂ ਕਹਿਣਾ ਇੱਦਾਂ ਕਹਿਣਾ, ਫਿਰ ਤੁਸੀਂ ਜ਼ਰੂਰ ਮੈਨੂੰ ਜਾਪਦਾ ਕਿ ਉਹ ਕਰਨ ਦੀ ਕੋਸ਼ਿਸ਼ ਕਰੋਗੇ। ਮੈਨੂੰ ਜਾਪਦਾ ਕਿ ਜਿਹੜੇ ਜਿਸ ਤਰ੍ਹਾਂ ਪਹਿਲਾਂ ਬ੍ਰਿਗੇਡੀਅਰ ਸਾਹਿਬ ਨੇ ਦੱਸਿਆ ਕਿ 90% ਜਿਹੜਾ ਭਾਰਤੀ ਮੀਡੀਆ ਹੈ ਜਾਂ ਉਹ ਕੰਟਰੋਲਡ ਕਾਰਪੋਰੇਸ਼ਨ ਰਾਹੀਂ ਥਰੂ ਗਵਰਨਮੈਂਟ ਦੇ ਹੁੰਦਾ, ਸੋ ਇੱਥੇ ਤਾਂ ਕਦੀ ਮੈਨੂੰ ਨਹੀਂ ਜਾਪਦਾ ਵੀ ਜਿੰਨੇ ਚਿਰ ਦੇ ਆਪਾਂ 20 ਸਾਲ ਦੇ ਆ ਕਦੀ ਮੈਂ ਤੁਹਾਨੂੰ ਕਿਹਾ ਹੋਵੇ ਜੋਲ ਸਾਹਿਬ ਇੱਦਾਂ ਆਪਾਂ ਬੋਲਣਾ ਇੱਦਾਂ ਨਹੀਂ ਬੋਲਣਾ, ਨਾ ਹੀ ਤਾਂ ਬ੍ਰਿਗੇਡੀਅਰ ਸਾਹਿਬ ਨੂੰ ਕਹਿਣ ਦੀ ਤਾਂ ਮੈਂ ਜ਼ਰੂਰਤ ਹੀ ਨਹੀਂ ਕਰ ਸਕਦਾ ਨਾ। ਨਹੀਂ ਮੈਂ ਸਮਝਾਂਗਾ ਤੁਸੀਂ ਕਿਸੇ ਨੂੰ ਵੀ ਨਹੀਂ ਕਿਹਾ, ਪਰ ਮੈਨੂੰ ਇਹ ਲੱਗਦਾ ਜੀ ਵੀ ਸਾਡੀ ਨਿਬ ਵੀ ਇੰਨਾ ਲੰਬਾ ਸਮਾਂ ਤਾਂ ਹੀ ਗਈ। ਹਾਂਜੀ, ਕਿਉਂਕਿ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਤਾਂ ਸ਼ਾਇਦ ਫਿਰ ਮੈਂ ਗੋਦੀ ਮੀਡੀਆ ਨਾ ਬਣਦਾ। ਹਾਂਜੀ ਹਾਂਜੀ, ਸੋ ਮੈਂ ਸਮਝਾਂਗਾ ਕਿ ਤੁਹਾਡਾ ਬਹੁਤ ਵਡੱਪਣ ਸੀ, ਔਰ ਮੈਂ ਮੈਨੂੰ ਇਹ ਲੱਗਦਾ ਵੀ ਆ ਵੀ ਕਿਸੇ ਨੇ ਇੰਨਾ ਕੋਈ ਖਾਸ ਕਦੀ ਪ੍ਰੈਸ਼ਰ ਪਾਇਆ ਵੀ ਨਹੀਂ। ਹਾਂਜੀ, ਸੋ ਆਪੇ ਹੀ ਜੇ ਕਿਸੇ ਅਸੀਂ ਆਪਣੇ ਜਦੋਂ ਆਪਣੀ ਸੋਚ ਦੇ ਮੁਤਾਬਕ ਇੰਡੀਪੈਂਡੈਂਟਲੀ ਕੰਮ ਕਰਨਾ ਚਾਹੁੰਦੇ ਹਾਂ ਅਤੇ ਜਿਹਨਾਂ ਲੋਕਾਂ ਨੂੰ ਉਸਾਰੂ ਕ੍ਰਿਟੀਸਿਜ਼ਮ ਚੁੱਭਦਾ ਵੀ ਆ, ਅਸੀਂ ਕਹਿੰਦੇ ਤਾਂ ਹੁੰਦੇ ਹਾਂ ਵੀ ਉਹਨਾਂ ਦੀ ਆਲੋਚਨਾ ਹੋ ਜਾਵੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਆਪਣੀ ਗਲਤੀ ਦਾ, ਉਹ ਥੋੜ੍ਹਾ ਜਿਹਾ ਆਪਣੇ ਆਪ ਨੂੰ ਠੀਕ ਕਰਨ। ਐਗਜੈਕਟਲੀ, ਹੈ ਨਾ। ਸੋ ਜਿਸ ਕਰਕੇ ਵੀ ਇਹ ਰੇਡੀਓ ਸੁਰਸਾਗਰ SS ਟੈਲੀਵਿਜ਼ਨ ਦੀ ਇਸੇ ਕਰਕੇ ਤਾਂ ਆਪਣੀ ਵੱਖਰੀ ਜੀ ਸੋਸਾਇਟੀ ਦੇ ਵਿੱਚ ਦੇਖਾ, ਅਤੇ ਜੇ ਗੋਦੀ ਮੀਡੀਆ ਆਪਾਂ ਬਣ ਜਾਂਦੇ ਤਾਂ ਫਿਰ ਦੂਜਿਆਂ ਵਾਲੇ। ਔਰ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ 1997 ਦੇ ਵਿੱਚ ਗੋਦੀ ਮੀਡੀਆ ਬਣਨ ਵਾਸਤੇ ਮੈਨੂੰ ਪਹੁੰਚ ਵੀ ਕੀਤੀ ਗਈ। ਅੱਛਾ ਜੀ। ਹਾਂਜੀ, ਜਦੋਂ ਕਿ ਮੈਂ ਉਹਨਾਂ ਨੂੰ ਬੜੇ ਸਿੱਧੇ ਜਿਹੇ ਲਫ਼ਜ਼ਾਂ ਦੇ ਵਿੱਚ ਕਿਹਾ ਸੀ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ, ਸੋ ਉਹਨਾਂ ਨੂੰ ਹੁਣ ਨਵੇਂ ਸੋਰਸਿਸ ਮਿਲ ਗਏ ਹਨ ਗੋਦੀ ਮੀਡੀਆ ਬਣਾਉਣ ਦੇ ਇੱਥੇ। ਹਾਂਜੀ, ਔਰ ਲੰਮੇ ਸਮੇਂ ਦੇ ਹਨ ਵੀ ਅਤੇ ਨਵੇਂ ਗੋਦੀ ਮੀਡੀਆ ਬਣ ਵੀ ਰਹੇ ਹਨ, ਸੋ ਜ਼ਰੂਰ ਧਿਆਨ ਰੱਖਣ ਦੀ ਜ਼ਰੂਰਤ ਹੈ। ਜਿਹੜੀ ਮੈਂ ਹਮੇਸ਼ਾ ਆਪਣੇ ਦਰਸ਼ਕਾਂ ਸਰੋਤਿਆਂ ਨੂੰ ਕਹਿੰਦਾ ਰਹਿੰਦਾ ਕਿ ਸਾਡੇ ਦਰਸ਼ਕ ਅਤੇ ਸਰੋਤੇ ਜਿਹੜੇ ਆ ਕੰਨ ਖਿੱਚ ਸਕਦੇ ਹਨ ਜਦੋਂ ਕੋਈ ਗੋਦੀ ਮੀਡੀਆ ਇੱਥੇ ਬਣਨ ਦੀ ਕੋਸ਼ਿਸ਼ ਕਰੇ। ਕਿਉਂਕਿ ਕੁਛ ਹਫ਼ਤੇ ਪਹਿਲਾਂ ਅਪਰੋਚ ਹੋਈ ਸੀ ਜੀ ਮੈਨੂੰ ਵੀ। ਹਾਂਜੀ, ਉਹ ਕਹਿਣ ਲੱਗੇ ਜੀ ਫਲਾਣੇ ਬੰਦੇ ਨੂੰ ਤੁਸੀਂ ਕਿਉਂ ਲਿਆਉਂਦੇ ਹੋ ਜੀ। ਮੈਂ ਕਿਹਾ ਜੀ ਵੀ ਦੇਖੋ, ਅਸੀਂ ਸਦਾ ਇਹ ਕਿਹਾ ਵੀ ਰੇਡੀਓ ਸੁਰਸਾਗਰ SS ਟੈਲੀਵਿਜ਼ਨ ਦਾ ਪਲੇਟਫਾਰਮ ਹਰ ਇੱਕ ਵਿਅਕਤੀ ਲਈ, ਹਰ ਇੱਕ ਸੰਸਥਾ ਲਈ ਬਰਾਬਰ ਖੁੱਲ੍ਹਾ ਹੈ। ਐਗਜੈਕਟਲੀ, ਇਹ ਕਿਸੇ ਲਈ ਬਹੁਤਾ ਚੌੜਾ ਦਰਵਾਜ਼ਾ ਨਹੀਂ ਖੁੱਲ੍ਹਾ ਅਤੇ ਕਿਸੇ ਲਈ ਭੀੜਾ ਨਹੀਂ ਖੁੱਲ੍ਹਾ, ਸਾਰਿਆਂ ਲਈ ਬਰਾਬਰ ਖੁੱਲ੍ਹਾ। ਜਿਹੜਾ ਮਰਜ਼ੀ ਚਾਹੇ ਆਪਣੀ ਆ ਕੇ ਇੱਥੇ ਗੱਲ ਕਰ ਸਕਦਾ, ਪਰ ਜੇ ਉਹਨੇ ਗੱਲ ਆ ਕੇ ਕਰਨੀ ਵੀ ਨਹੀਂ ਤਾਂ ਉੱਦਾਂ ਹੀ ਕਹੀ ਜਾਣਾ ਜੀ ਵੀ ਫਲਾਣੇ ਨਾਲ ਜੁੜੇ ਹੋਣਗੇ, ਢਿੱਗੇ ਨਾਲ ਜੁੜੇ ਹੋਣਗੇ, ਇਹ ਉਹਦੀ ਆਪਣੀ ਸੋਚ ਆ। ਸੋ ਇਸ ਕਰਕੇ
ਅਸੀਂ ਕਿਸੇ ਦੇ ਕਹਿਣ 'ਤੇ ਨਾ ਤਾਂ ਕਿਸੇ ਨੂੰ ਇੱਥੋਂ ਆਉਣੋ ਰੋਕਣ ਸਕਦੇ ਹਾਂ, ਰੋਕ ਸਕਦੇ ਹਾਂ, ਅਤੇ ਨਾ ਕਿਸੇ ਆਏ ਨੂੰ ਕਹਿ ਸਕਦੇ ਹਾਂ ਵੀ ਹੁਣ ਤੁਸੀਂ ਜਾਓ ਕਿਉਂਕਿ ਤੁਸੀਂ ਫਲਾਨੇ ਬੰਦੇ ਨੂੰ ਨਹੀਂ ਚੰਗੇ ਲੱਗਦੇ। ਔਰ ਆਪਣੇ ਦਰਸ਼ਕਾਂ ਨੇ ਪਿਛਲੇ ਹਫ਼ਤੇ ਇੱਕ ਵੀ ਵੇਖਿਆ, ਲੋਕਾਂ ਦੇ ਬਹੁਤ ਸਾਰੇ ਕਮੈਂਟਸ ਸਨ, ਉਹ ਤੋਂ ਪਹਿਲਾਂ ਖਾਲਿਸਤਾਨੀਆਂ ਦਾ ਵੀ ਨੁਮਾਇੰਦਾ ਬੈਠਾ ਸੀਗਾ, ਉਹਨਾਂ ਨੂੰ ਵੀ ਆਪਾਂ ਪੂਰੇ ਸਵਾਲ ਕੀਤੇ। ਬਿਲਕੁਲ। ਔਰ ਜਦੋਂ ਬਾਅਦ ਦੇ ਵਿੱਚ ਗਵਰਨਮੈਂਟ ਦੇ ਨੁਮਾਇੰਦੇ ਕਹਿ ਲਓ ਜਾਂ ਬਿਊਰੋਕਰੈਟਸ ਜਾਂ ਰਿਟਾਇਰਡ SSP ਆਏ, ਉਹਨਾਂ ਨੂੰ ਵੀ ਆਪਾਂ ਪੂਰੇ ਸਵਾਲ ਕੀਤੇ। ਸੋ ਅਸੀਂ ਜਦੋਂ ਕਿਸੇ ਨੂੰ ਸਵਾਲ ਕਰਦੇ ਹਾਂ ਅਸੀਂ ਐਜ਼ ਏ ਇੰਡੀਪੈਂਡੈਂਟ ਕਰਦੇ ਹਾਂ। ਸੋ ਅੱਜ ਜਿਹੜਾ ਆਪਾਂ ਮੁੱਦਾ ਕਰਨਾ ਵਾ ਉਹ ਵੀ ਅਤਿ ਜ਼ਰੂਰੀ ਹੈ ਕਿਉਂਕਿ ਲਗਭਗ ਆਪਣੇ ਕੋਲ ਅੱਧਾ ਸਮਾਂ ਬਾਕੀ ਹੈ, ਉਹਦੇ 'ਤੇ ਆਪਾਂ ਜ਼ਰੂਰ ਕਰੀਏ ਕਿ ਜਿੱਦਾਂ ਭਾਰਤ ਦੀਆਂ ਚੀਜ਼ਾਂ ਆਪਾਂ ਇੱਥੇ ਲਿਆ ਰਹੇ ਹਾਂ, ਬਹੁਤ ਸਾਰੀਆਂ ਜਿਹੜੀਆਂ ਜਿਹੜੇ ਉੱਥੋਂ ਦੇ ਕਿੱਤੇ ਹਨ ਉਹਨਾਂ ਨੂੰ ਆਪਾਂ ਇੱਥੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਉੱਦਾਂ ਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇੱਕ ਤਾਂ ਆਪਣੀ ਕਮਿਊਨਿਟੀ ਨਵੀਂ ਸਟਿਲ ਭਾਵੇਂ ਬਹੁਤ ਪੁਰਾਣੀ ਹੈ ਨਵੀਂ, ਲੇਕਿਨ ਜਿਹੜੀ ਲਾਲਸਾ ਪੈਸੇ ਬਣਾਉਣ ਦੀ ਇਸ ਵੇਲੇ ਦੌੜ ਲੱਗੀ ਆ ਉਹਦੇ ਵਿੱਚ ਕਈ ਕੁਝ ਜਿਹੜਾ ਘਮਸਾਨ ਹੋ ਰਿਹਾ ਹੈ, ਚਾਹੇ ਉਹ ਐਜੂਕੇਸ਼ਨਲ ਕਹਿ ਲਈਏ, ਚਾਹੇ ਉਹ ਮੈਡੀਕਲ ਦਾ ਲੈ ਲਈਏ, ਚਾਹੇ ਉਹ ਸੋਸ਼ਲ ਲੈ ਲਈਏ। ਹਾਂਜੀ, ਜਿਸ ਤਰ੍ਹਾਂ ਗੁਰਦੁਆਰਿਆਂ ਦਾ ਬਹੁਤ ਵੱਡੀ ਗਿਣਤੀ 'ਚ ਖੁੱਲ੍ਹਣਾ, ਸਕੂਲਾਂ ਦਾ ਬਹੁਤ ਵੱਡੀ ਗਿਣਤੀ 'ਚ ਖੁੱਲ੍ਹਣਾ, ਅਤੇ ਜੇਕਰ ਆਪਾਂ ਜਿਹੜੇ ਕਈ ਮੈਡੀਕਲ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਹੈ, ਡਾਕਟਰਾਂ ਦਾ ਬਹੁਤ ਸਾਰਿਆਂ ਦਾ ਆਉਣਾ, ਕੋਈ ਮਾੜੀ ਗੱਲ ਨਹੀਂ, ਆਉਣੇ ਚਾਹੀਦੇ ਹਨ, ਲੇਕਿਨ ਜਦੋਂ ਪੈਸਾ ਇਕੱਠਾ ਕਰਨ ਵਾਸਤੇ ਲੋਕਾਂ ਨੂੰ ਗਲਤ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ ਉਹ ਗਲਤ ਆ। ਮੈਂ ਸਮਝਾਂਗਾ ਜੀ ਵੀ ਦੇਖੋ ਜਿਹੜਾ ਇਹ ਮੁਲਕ ਆ ਨਾ ਵੀ ਆਪਾਂ ਇਹਨੂੰ ਅਪਣਾਉਂਦੇ ਹਾਂ ਅਤੇ ਅਪਣਾਉਂਦੇ ਹਾਂ ਕਿਸੇ ਗੱਲ ਕਰਕੇ ਅਤੇ ਲੱਗਦਾ ਲੇਕਿਨ ਕਿ ਵੀ ਜੇ ਲੋਕ ਇੱਥੇ ਪਹੁੰਚੇ ਬਿਹਤਰ ਜੀਵਨ ਦੀ ਭਾਲ ਦੇ ਵਿੱਚ ਅਤੇ ਉਹਨਾਂ ਨੂੰ ਇਮੋਸ਼ਨਲੀ ਬਲੈਕਮੇਲ ਕਰਨ ਵਾਲੇ ਕਾਰੋਬਾਰੀ ਵੀ ਜਿਹੜੇ ਆ ਉਹਨਾਂ ਦੇ ਨਾਲ ਮਗਰ ਆਏ ਹੋਏ ਆ। ਹਾਂਜੀ, ਸੋ ਉਸ ਦੇ ਵਿੱਚੋਂ ਇਹ ਨਿਕਲਿਆ ਹੋਇਆ ਕਾਰੋਬਾਰ ਹੈ। ਆਪਾਂ ਦੇਖਦੇ ਹਾਂ ਕਿ ਜਦੋਂ ਆਪਾਂ ਭਾਰਤ ਦੇ ਵਿੱਚ ਹੁੰਦੇ ਹਾਂ, ਜਦੋਂ ਆਪਾਂ ਭੱਜੇ ਨੱਠੇ ਫਿਰਦੇ ਹਾਂ, ਅਰਦਾਸਾਂ ਕਰਦੇ ਹਾਂ, ਸੁੱਖਣਾ ਸੁੱਖਦੇ ਹਾਂ ਵੀ ਮਹਾਰਾਜ ਇੱਕ ਵਾਰੀ ਪਹੁੰਚਾ ਦੇ ਕੈਨੇਡਾ, ਉਦੋਂ ਸਾਡੇ ਕੋਲ ਕਿੱਥੇ ਟਾਈਮ ਹੁੰਦਾ ਵੀ ਅਸੀਂ ਦੇਖੀਏ ਕੈਨੇਡਾ ਦਾ ਐਜੂਕੇਸ਼ਨ ਸਿਸਟਮ ਕਿੱਦਾਂ ਦਾ। ਉਦੋਂ ਤਾਂ ਆਪਾਂ ਨੂੰ ਸਭ ਕੁਝ ਠੀਕ ਠਾਕ ਲੱਗਦਾ, ਨੰਬਰ 1 ਲੱਗਦਾ। ਇੱਥੇ ਆਉਂਦਿਆਂ ਹੀ ਸਾਨੂੰ ਵੀ ਲੋਕਾਂ ਨੂੰ ਕਈਆਂ ਨੂੰ ਇਹ ਲੱਗਣ ਲੱਗ ਜਾਂਦਾ ਵੀ ਇੱਥੋਂ ਦੇ ਸਕੂਲ ਐਵੇਂ ਹੀ ਆ ਜੀ, ਇੱਥੋਂ ਦੇ ਟੀਚਰ ਨਹੀਂ ਚੰਗੇ ਜੀ, ਆਪਾਂ ਨੁਕਸ ਕੱਢਣ ਲੱਗ ਜਾਂਦੇ। ਹਾਂਜੀ, ਉਸੇ ਹੀ ਸਿਸਟਮ ਨੂੰ ਦੀਆਂ ਆਪਾਂ ਸਿਫਤਾਂ ਕਰਨ ਲੱਗ ਜਾਂਦੇ ਹਾਂ ਜਿਹਦੇ ਕੋਲੋਂ ਭੱਜ ਕੇ ਆਪਾਂ ਖੁਦ ਉੱਥੇ ਕਿ ਵੀ ਭੱਜਣ ਲਈ ਅਰਦਾਸਾਂ ਕਰਦੇ ਹੁੰਦੇ। ਹਾਂਜੀ, ਸੋ ਇਹ ਥੋੜ੍ਹਾ ਜਿਹਾ ਲੋਕਾਂ ਨੂੰ ਵੀ ਚਾਹੀਦਾ ਵੀ ਜੇ ਆਪਾਂ ਐਨਾਲਾਈਜ਼ ਆਪਣੇ ਮਨ ਨਾਲ ਵੀ ਕਰ ਲਈਏ, ਇਨਫੋਰਮੇਸ਼ਨ ਲੈ ਲਈਏ ਕਿ ਜੇ ਇਸ ਮੁਲਕ ਦੇ ਐਜੂਕੇਸ਼ਨ ਸਿਸਟਮ ਨੇ ਲੋਕਾਂ ਨੂੰ ਇਸ ਮੁਲਕ ਨੂੰ ਨੰਬਰ 1 ਬਣਾਉਣ ਦੇ ਯੋਗ ਬਣਾਇਆ, ਹਾਂਜੀ, ਉਹ ਕਿੱਦਾਂ ਗਲਤ ਹੋ ਸਕਦਾ? ਐਗਜ਼ੈਕਟ, ਕਮਜ਼ੋਰੀਆਂ ਤਾਂ ਹੋ ਸਕਦੀਆਂ ਨੇ। ਹਾਂਜੀ, ਹਾਂਜੀ, ਸੋ ਭਈ ਜੇ ਅਸੀਂ ਭੱਜ ਕੇ ਆਏ ਹਾਂ ਇੱਕ ਸਿਸਟਮ ਦੇ ਵਿੱਚੋਂ, ਜੇ ਉਹ ਇੰਨਾ ਕਾਮਯਾਬ ਸੀ ਤਾਂ ਫਿਰ ਮੈਨੂੰ ਨਹੀਂ ਸੀ ਲੱਗਦਾ ਆਪਾਂ ਉੱਥੇ ਫੇਲ ਹੁੰਦੇ। ਹਾਂਜੀ, ਜਾਂ ਸਾਡੇ ਮਨ ਦੇ ਵਿੱਚ ਇੰਨੀ ਜਿਹੜੀ ਆ ਉਹ ਇੱਕ ਤਰੀਕੇ ਦੇ ਨਾਲ ਭਰੋਸਗੀ ਨਾ ਬਣ ਪਾਉਂਦੀ ਵੀ ਅਸੀਂ ਉਸ ਐਜੂਕੇਸ਼ਨ ਦੇ ਸਹਾਰੇ ਫਿਰ ਕਾਮਯਾਬ ਨਾ ਹੋ ਸਕਦੇ। ਸੋ ਕੁਝ ਨੁਕਸ ਸੀਗੇ, ਸਾਨੂੰ ਉਹਨਾਂ ਨੂੰ ਮੰਨਣਾ ਪਵੇਗਾ। ਸੋ ਇਸ ਕਰਕੇ ਇਹ ਹੈ ਜੀ ਵੀ ਹੁਣ ਇੱਥੇ ਹੌਲੀ ਹੌਲੀ ਜਿਹੜਾ ਫਿਰ ਅਸੀਂ ਉਸ ਐਜੂਕੇਸ਼ਨ ਸਿਸਟਮ ਨੂੰ ਇੰਪੋਰਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹੜੀਆਂ ਕਿ ਉਸ ਦੇ ਵਿੱਚ ਖਾਮੀਆਂ ਵੀ ਹਨ ਨਾਲ ਦੀ ਨਾਲ ਪ੍ਰਾਈਵੇਟ ਸਕੂਲਾਂ ਵਾਲੀਆਂ, ਉਸ ਦੀ ਨਿੰਦਾ ਕਰਨੀ ਬਣਦੀ ਹੈ ਜੀ। ਬ੍ਰਿਗੇਡੀਅਰ ਸਾਹਿਬ, ਹਾਂਜੀ, ਜੋਲ ਸਾਹਿਬ, ਪੰਨੂ ਸਾਹਿਬ, ਅਸੀਂ ਡਿਸਕਸ ਕਰ ਰਹੇ ਸੀ ਕਿ ਇੱਥੇ ਕਾਫੀ ਕੁਛ ਮਿਰਰ ਇਮੇਜ ਆ ਰਿਹਾ, ਉਹ ਕੁਤਾਹੀਆਂ ਆ ਰਹੀਆਂ ਜਿਹੜੀਆਂ ਇੰਡੀਆ 'ਚ ਜਾਂ ਪੰਜਾਬ 'ਚ ਸੀਗੀਆਂ। ਇਹ ਤੁਸੀਂ ਇਹ ਵੀ ਕਿਹਾ ਸੀ ਕਿ ਕਾਫੀ ਜਿਹੜੀਆਂ ਜਿਸ ਤਰ੍ਹਾਂ ਮੈਡੀਕਲ ਵਾਲੇ ਆ ਉਹਨਾਂ ਨੂੰ ਇੱਥੇ ਲਾਇਸੈਂਸ ਲੈਣੇ ਪੈਂਦੇ ਆ, ਕੁਛ ਇੱਕ ਪਰਮਿਸ਼ਨ ਲੈਣੀਆਂ ਪੈਂਦੀਆਂ, ਉਹਦੇ ਨਾਲ ਹੀ ਚੱਲ ਸਕਦੇ ਆ। ਪਰ ਪ੍ਰੋਬਲਮ ਇਹ ਹੈ ਕਿ ਇੱਥੋਂ ਦੀ ਜਿਹੜੀ ਪਹਿਲਾਂ ਬਣਤਰ ਹੈ ਲੀਗਲ ਬਣਤਰ, ਉਹ ਇਸ ਤਰ੍ਹਾਂ ਕਿ ਤੁਸੀਂ ਕੋਈ ਵੀ ਡਾਕੂਮੈਂਟ, ਕੋਈ ਵੀ ਐਫੀਡੈਵਿਟ ਜਾਂ ਕੋਈ ਵੀ ਸਟੇਟਮੈਂਟ ਦਿਓ, ਤੁਹਾਡੇ 'ਤੇ ਬਿਲੀਵ ਕੀਤਾ ਜਾਂਦਾ। ਹਾਂਜੀ, ਉਹ ਜਿਹੜਾ ਕਈ ਸੱਜਣਾਂ ਨੇ ਉਹ ਜਿਹੜਾ ਬਿਲੀਵ ਹੈ ਉਹਦਾ ਫਾਇਦਾ ਉਠਾ ਕੇ
ਉਹਨਾਂ ਨੇ ਆਪਣੇ ਮੋਹਰ ਲਵਾ ਕੇ ਇੱਥੋਂ ਬੋਰਡ ਲਾ ਲਏ ਕਿ ਤੁਹਾਨੂੰ ਪਰਮਿਸ਼ਨ ਮਿਲ ਗਈ, ਚਾਹੇ ਸਕੂਲ ਖੋਲ੍ਹਣ ਦੀ ਪਰਮਿਸ਼ਨ ਹੈ, ਕਿਉਂਕਿ ਸਕੂਲ ਖੋਲ੍ਹਣ ਦੀ ਵੀ ਉਹ ਪਰਮਿਸ਼ਨ ਦੇ ਦਿੰਦੇ ਨੇ, ਨਾਲ ਉਹਨਾਂ ਦਾ ਇਹ ਵੀ ਹੈ ਕਿ ਉਹ ਫਿਰ ਇੱਕ ਵਾਰੀ ਪ੍ਰਾਈਵੇਟ ਸਕੂਲ ਦੀ ਪਰਮਿਸ਼ਨ ਦੇ ਦਿੱਤੀ, ਉਹ ਕਹਿੰਦੇ ਅਸੀਂ ਇੰਟਰਫੇਅਰ ਨਹੀਂ ਕਰਾਂਗੇ, ਬਾਕੀ ਸਕੂਲਾਂ 'ਤੇ ਚੈੱਕਸ ਐਂਡ ਬੈਲੈਂਸਿਸ ਹੈ, ਪ੍ਰਾਈਵੇਟ ਸਕੂਲਾਂ 'ਚ ਬਿਲਕੁਲ ਹੀ ਨਹੀਂ ਹੈ, ਉਹਨਾਂ ਨੇ ਦੇ ਦਿੱਤਾ ਤੁਹਾਨੂੰ ਖੁੱਲ੍ਹ ਦੇ ਦਿੱਤੀ ਹੈ। ਇਸ ਲਈ ਮੈਡੀਕਲ ਵਾਲੇ ਨੂੰ ਦਿੱਤੀ ਹੈ, ਇੱਕ ਵਾਰੀ ਉਹਨੇ ਪਰਮਿਸ਼ਨ ਲੈ ਲਈ ਦੇਸੀ ਦਵਾਈਆਂ ਵੇਚਣ ਦੀ, ਚਾਹੇ ਉਸ ਵੇਲੇ ਉਹਨੇ ਡਿਗਰੀ ਚਾਹੇ ਉਹਨਾਂ ਨੇ ਚੰਗੀ ਤਰ੍ਹਾਂ ਚੈੱਕ ਕੀਤੀ ਜਾਂ ਨਹੀਂ ਕੀਤੀ, ਪਰ ਹੁਣ ਸਾਨੂੰ ਸੁਸਾਇਟੀ ਨੂੰ ਬੈਠ ਕੇ ਪਤਾ ਲੱਗ ਗਿਆ ਕਿ ਆਹ ਸਾਡੇ ਨਾਲ ਹੁਣ ਠੱਗੀਆਂ ਹੋ ਰਹੀਆਂ, ਆਹ ਗਲਤ ਹੋ ਰਿਹਾ, ਇਹਨਾਂ ਨੂੰ ਹੁਣ ਮਿਡ ਕੋਰਸ ਕਰੈਕਸ਼ਨ ਕਰਨ ਦੀ ਲੋੜ ਹੈ, ਜੇ ਨਹੀਂ ਕੀਤੀ ਫਿਰ ਅਸੀਂ ਉਸੇ ਜਿੱਥੋਂ ਅਸੀਂ ਨਿਕਲ ਕੇ ਆਏ, ਜਿਵੇਂ ਜੋਲ ਸਾਹਿਬ ਨੇ ਕਿਹਾ, ਅਸੀਂ ਉਸੇ ਸਰਕਲ 'ਚ ਉਹੀ ਚੱਕਰ ਵੀ ਉੱਚੇ ਫੇ ਪਾ ਜੀ। ਪਿਛਲੇ ਹਫ਼ਤੇ ਇੱਕ ਅਜਿਹੀ ਰਿਪੋਰਟ ਆਈ ਜਿਹੜੀ ਕਿ ਬਹੁਤ ਸ਼ੇਕਿੰਗ ਰਿਪੋਰਟ ਸੀਗੀ ਕਿ ਬਹੁਤ ਸਾਰੇ ਸਕੂਲ ਜਿਹੜੇ ਇਸ ਖੇਤਰ ਦੇ ਵਿੱਚ ਹਨ ਉਹ ਕ੍ਰੈਡਿਟ ਦਿੰਦੇ ਹਨ ਔਰ ਨਾ ਬੱਚਿਆਂ ਨੂੰ ਉੱਥੇ ਜਾਣ ਦੀ ਜ਼ਰੂਰਤ ਹੈ, 90% ਤੱਕ ਉਹ ਨੰਬਰ ਜਿਹੜੇ ਆ ਦੇ ਦਿੰਦੇ ਆ, ਅਤੇ ਬਾਅਦ ਦੇ ਵਿੱਚ ਉਹ ਯੂਨੀਵਰਸਿਟੀ ਦੇ ਵਿੱਚ ਜਾ ਕੇ ਉਹਨਾਂ ਨੂੰ ਸਕੋਲਰਸ਼ਿਪ ਮਿਲ ਜਾਂਦੀ ਹੈ $4,000 ਤੱਕ। ਸੋ ਅਜਿਹੇ ਜਿਹੜੇ ਕ੍ਰੈਡਿਟ ਸਕੂਲ ਹਨ ਜਾਂ ਪ੍ਰਾਈਵੇਟ ਸਕੂਲ ਹਨ ਉਹਨਾਂ 'ਤੇ ਜਿਹੜੇ ਇਸ ਵੇਲੇ ਮੈਨੂੰ ਜ਼ਿਆਦਾ ਵਾਚ ਕਰਨ ਦੀ ਜ਼ਰੂਰਤ ਹੈ ਕਿ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਅਜਿਹੀਆਂ ਸੰਸਥਾਵਾਂ 'ਤੇ ਪਾਉਂਦੇ ਹਾਂ ਉਹ ਪਾ ਤਾਂ ਦਿੰਦੇ ਹਾਂ ਕਿ ਇਹਦੇ ਜੀ ਇੰਨੇ ਨੰਬਰ ਆਏ ਹਨ, ਕੀ ਉਹ ਰੀਅਲ ਨੰਬਰ ਹਨ? ਨਹੀਂ। ਜੇਕਰ ਉਹ ਰੀਅਲ ਨੰਬਰ ਨਹੀਂ ਹਨ ਅਤੇ ਇਸ ਵੇਲੇ ਉਹਨੇ ਪ੍ਰਾਪਤ ਕਰ ਲਏ, ਮੈਂ ਸਮਝਦਾ ਕਿ ਫਿਊਚਰ ਦੇ ਵਿੱਚ ਆਪਣੀ ਲਾਈਫ ਵਿੱਚ ਉਹ ਬੰਦਾ ਔਰ ਬੱਚਾ ਕਦੀ ਵੀ ਸਫਲ ਨਹੀਂ ਹੋਊਗਾ। ਪਿਛਲੇ ਥੋੜ੍ਹੇ ਜਿਹੇ ਟਾਈਮ ਦੇ ਵਿੱਚ ਵੀ 20 ਤੋਂ ਜ਼ਿਆਦਾ ਸਕੂਲਾਂ ਦੇ ਜਿਹੜੇ ਲਾਇਸੈਂਸ ਕਹਿ ਲਓ ਵੀ ਉਹਨਾਂ ਨੂੰ ਬੰਦ ਕੀਤਾ ਗਿਆ। ਹਾਂਜੀ। ਕਿਉਂਕਿ ਵੀ ਉਹ ਇੱਕ ਤਾਂ ਬੱਚਿਆਂ ਨੂੰ ਵੀ ਸਕੂਲ ਆਓ ਭਾਵੇਂ ਨਾ ਆਓ, ਅਟੈਂਡੈਂਸ ਦੀ ਕੋਈ ਲੋੜ ਨਹੀਂ ਹੈ, ਅਤੇ ਜਿਹੜੀ ਐਨੂਅਲ ਰਿਪੋਰਟ ਹੈ ਵੀ ਜੀ ਉਹ ਜਿੱਦਾਂ ਦੀ ਤੁਸੀਂ ਚਾਹੋ ਉੱਦਾਂ ਦੀ ਬਣ ਜਾਏਗੀ ਅਤੇ ਮਾਰਕਸ ਜਿੰਨੇ ਤੁਹਾਨੂੰ ਚਾਹੀਦੇ ਨੇ ਉਹ ਤੁਹਾਨੂੰ ਮਿਲ ਜਾਣਗੇ, ਅਤੇ ਕੋਈ ਸੌਦਾ ਵੀ ਐਡਾ ਮਹਿੰਗਾ ਨਹੀਂ ਸੀਗਾ, $600 ਤੋਂ ਲੈ ਕੇ $800 ਤੱਕ ਦਾ। ਸੋ ਓਨਟੈਰੀਓ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਸਕੂਲ ਸੀਗੇ ਵੀ ਇੱਕ ਤਰੀਕੇ ਦੇ ਨਾਲ ਉਹ ਕ੍ਰੈਡਿਟ ਮਿਲਸ ਜਾਂ ਕਹਿ ਲਓ ਵੀ ਗ੍ਰੇਡ ਮਿਲਸ ਬਣ ਕੇ ਸਾਹਮਣੇ ਆ ਰਹੇ, ਉਹਨਾਂ ਦੇ ਬਾਰੇ 'ਚ ਜਿਹੜੀ ਬੜੀ ਅਲਾਰਮਿੰਗ ਰਿਪੋਰਟ ਦੀ ਤੁਸੀਂ ਗੱਲ ਕਰ ਰਹੇ ਹੋ, ਮੈਂ ਸਮਝਾਂਗਾ ਜੀ ਵੀ ਇਸ ਦਾ ਜ਼ਿਕਰ ਕਰਨਾ ਬਣਦਾ, ਕਿਉਂਕਿ ਆਪਾਂ ਸਰਕਾਰੀ ਸਕੂਲ ਸਿਸਟਮ ਜਿਹੜਾ ਪੰਜਾਬ ਵਰਗੇ ਜਾਂ ਬਾਕੀ ਹੋਰ ਦੁਨੀਆ ਦੇ ਖਿੱਤਿਆਂ ਦੇ ਵਿੱਚ ਆਪਾਂ ਬਰਬਾਦ ਹੋਏ ਦੇਖਦੇ ਹਾਂ। ਪ੍ਰਾਈਵੇਟ ਸਕੂਲਾਂ ਦਾ ਜਿਹੜਾ ਕਿ ਐਜੂਕੇਸ਼ਨ ਦਾ ਬਿਜ਼ਨਸ ਬਣਾਇਆ ਹੋਇਆ, ਜਦਕਿ ਹੈ ਤਾਂ ਐਜੂਕੇਸ਼ਨ ਇਹ ਇੱਕ ਹਰ ਇੱਕ ਵਿਅਕਤੀ ਦਾ ਹਰ ਇੱਕ ਮਨੁੱਖ ਦਾ ਰਾਈਟ ਜਨਮ ਸਿੱਧ ਅਧਿਕਾਰ ਹੈ। ਸੋ ਜਿਹਨਾਂ ਮੁਲਕਾਂ ਨੇ ਇਸ ਨੂੰ ਜਨਮ ਸਿੱਧ ਅਧਿਕਾਰ ਦੇ ਵਜੋਂ ਇੰਟੈਕਟ ਕੀਤਾ ਆਪਣੇ ਸਿਸਟਮ ਦੇ ਵਿੱਚ, ਉਸ ਮੁਲਕ ਦੇ ਲੋਕ ਸਫਲ ਵੀ ਬੜੇ ਨੇ, ਅਤੇ ਜਿਨ੍ਹਾਂ ਨੇ ਇਹਨੂੰ ਧੰਦਾ ਬਣਾ ਲਿਆ ਉਹ ਦੁਨੀਆ ਦੇ ਵਿੱਚ ਹਾਂਜੀ ਦੇਖੋ ਕਿਸ ਤਰ੍ਹਾਂ ਇਨਕਲੂਡਿੰਗ ਪੰਜਾਬੀ ਧੱਕੇ ਖਾ ਰਹੇ ਹਾਂ ਆਪਾਂ। ਸੋ ਮੈਂ ਸਮਝਾਂਗਾ ਅੱਜ ਵੀ ਐਜੂਕੇਸ਼ਨ ਨੂੰ ਇਹ ਧੰਦਾ ਬਣਨ ਤੋਂ ਬਚਾਉਣ ਦੀ ਲੋੜ ਹੈ, ਅਤੇ ਇਹ ਜਿਹੜੇ ਨੰਬਰਾਂ ਦੀ ਦੌੜ ਦੇ ਵਿੱਚ ਪੇਰੈਂਟਸ ਪੈਂਦੇ ਨੇ, ਖਾਸ ਤੌਰ 'ਤੇ ਪੇਰੈਂਟਸ ਜੀ, ਹਾਂਜੀ, ਵੀ ਇਹ ਬੱਚਿਆਂ ਨੂੰ ਪਾਉਂਦੇ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਇਹੀ ਨੇ ਵੀ ਬਣ ਜਾਣਗੇ ਅਗਾਂਹ ਜਾ ਕੇ ਡਾਕਟਰ ਜਾਂ ਇੰਜੀਨੀਅਰ, ਅਤੇ ਉਹ ਸਕੂਲਾਂ ਵਾਲੇ ਵੀ ਵੱਧ ਤੋਂ ਵੱਧ ਨੰਬਰ ਦੇ ਕੇ ਬੱਚਿਆਂ ਨੂੰ ਚੰਗੀਆਂ ਰਿਪੋਰਟਾਂ ਦੇ ਕੇ ਭੇਜੀ ਜਾਂਦੇ ਨੇ ਵੀ ਪੇਰੈਂਟਸ ਖੁਸ਼ ਰਹਿਣ ਅਤੇ ਫੀਸਾਂ ਦੇਈ ਜਾਣ। ਐਗਜੈਕਟਲੀ, ਜੇਕਰ ਆਪਾਂ ਕਿਤੇ ਕੋਈ ਸਮਾਨ ਖਰੀਦਣ ਜਾਣਾ, ਪ੍ਰਾਈਵੇਟ ਸਕੂਲ ਇੱਕ ਦੁਕਾਨ ਆ। ਹਾਂ ਬਿਲਕੁਲ। ਹਾਂਜੀ, ਜੇਕਰ ਉੱਥੋਂ ਵਧੀਆ ਨੰਬਰ ਹੋਣਗੇ ਅਤੇ ਪੇਰੈਂਟਸ ਨੇ ਕਹਿਣਾ ਵਾਹ ਮੇਰਾ ਤਾਂ ਬੱਚਾ 90-95% ਲੈ ਰਿਹਾ, ਜਦੋਂ ਉਹਨੂੰ ਉਸ ਸਕੂਲ 'ਚੋਂ ਕੱਢ ਕੇ ਪਬਲਿਕ ਸਕੂਲ 'ਚ ਪਾ ਦਿਉ ਤਾਂ ਉਹਦਾ ਉਸੇ ਵੇਲੇ ਗ੍ਰਾਫ ਡਿੱਗ ਜੂਗਾ ਜੀ। ਉਹਦਾ ਇਹੋ ਹੀ ਭਾਵ ਆ ਕਿ ਉਹ ਬੱਚਾ ਜਿਹੜੇ ਫੇਕ ਨੰਬਰ ਸਕੂਲ ਵੱਲੋਂ ਦਿੱਤੇ ਜਾ ਰਹੇ ਹਨ, ਅਤੇ ਉਹ ਨੰਬਰ ਕਿਉਂ ਦਿੱਤੇ ਜਾ ਰਹੇ ਹਨ? ਕਿਉਂਕਿ ਜੇ ਉਹਦੇ ਨੰਬਰ ਇੰਨੇ ਸ਼ੋਅ ਕੀਤੇ ਜਾਣਗੇ ਤਾਂ ਬੱਚੇ ਨੂੰ ਜਿਹੜਾ ਵਾ ਮਾਤਾ ਪਿਤਾ ਉੱਥੇ ਪਾਈ ਰੱਖਣਗੇ ਬਿਲਕੁਲ। ਔਰ ਜਦੋਂ ਉਹਨੂੰ ਉੱਥੋਂ ਬਾਹਰ ਕੱਢਿਆ ਜਾਊਗਾ ਜਾਂ ਉਹ ਯੂਨੀਵਰਸਿਟੀ ਜਾਂ ਕਿਤੇ ਆਮ ਲੋਕਾਂ ਦੇ ਵਿੱਚ ਵਿਚਰੂਗਾ, ਤਾਂ ਉੱਥੇ ਜਾ ਕੇ ਤਾਂ ਉਹਨੇ ਫੇਲ ਹੋ ਜਾਣਾ ਹੈ। ਔਰ ਡਰੋਪ ਆਊਟ ਹੁੰਦੇ ਜੀ ਬਹੁਤ ਵੱਡੀ ਤਾਦਾਦ ਦੇ ਵਿੱਚ, ਔਰ ਤਾਂ ਹੀ ਉਹ ਡਰੋਪ ਆਊਟ ਹੁੰਦੇ ਹਨ। ਔਰ ਜਿਹੜਾ ਤੁਸੀਂ ਕਹਿੰਦੇ ਵੀ ਉਹਨਾਂ ਨੂੰ $4,000 ਸਕੋਲਰਸ਼ਿਪ ਮਿਲ ਜਾਂਦੀ ਹੈ,
ਕਿੱਡੀ ਵੱਡੀ ਬੇਇਨਸਾਫੀ ਆ ਇਹ ਉਹਨਾਂ ਬੱਚਿਆਂ ਦੇ ਵਾਸਤੇ ਜਿਹੜੇ ਕਿ ਡਿਜ਼ਰਵਿੰਗ ਨੇ, ਹਾਂਜੀ, ਜਿਹੜੇ ਕਿ ਡਿਜ਼ਰਵਿੰਗ ਨੇ, ਹਾਰਡ ਵਰਕ ਕਰਦੇ ਨੇ, ਉਹਨਾਂ ਨੇ ਵਾਕਈ ਮਿਹਨਤ ਦੇ ਨਾਲ ਆਪਣੇ ਜਿਹੜੇ ਆ ਉਹ ਮਾਰਕਸ ਲਏ ਹੋਣ, ਹਾਂਜੀ, ਅਤੇ ਜੇ ਹੁਣ ਜਿਹੜਾ ਨੋਨ ਡਿਜ਼ਰਵਿੰਗ ਪਰਸਨ ਉੱਥੇ ਪੈਸੇ ਦੇ ਕੇ ਮਾਰਕਸ ਕਹਿ ਲਓ ਇੱਕ ਤਰੀਕੇ ਦੇ ਨਾਲ ਲਗਵਾ ਕੇ ਜਾ ਕੇ ਸਕੋਲਰਸ਼ਿਪ ਲੈ ਰਿਹਾ ਅਤੇ ਡਿਜ਼ਰਵਿੰਗ ਬੱਚੇ ਨਾਲ ਜੋ ਸਾਹਿਬ, ਇੱਥੇ ਮੇਰਾ ਇਹ ਦੱਸਣਾ ਬਹੁਤ ਜ਼ਰੂਰੀ ਹੈ, ਪੰਜਾਬ ਦਾ ਜਿਹੜਾ ਯੂਥ ਹੈ ਉਹ ਕਿਉਂ ਨਹੀਂ ਇਸ ਵੇਲੇ ਆਈ ਪੀ ਐੱਸ, ਪੀ ਸੀ ਐੱਸ ਜਾਂ ਫਿਰ ਉਹ ਯੂ ਪੀ ਐੱਸ ਦੇ ਵਿੱਚ ਜਾ ਰਿਹਾ? ਸਭ ਤੋਂ ਜ਼ਿਆਦਾ ਸਕੂਲ ਪੰਜਾਬ ਦੇ ਵਿੱਚ ਪ੍ਰਾਈਵੇਟ ਹਨ, ਸਰਕਾਰੀਆਂ ਨੂੰ ਤਾਂ ਹੁਣ ਤਲਾਂਜਲੀ ਦੇ ਦਿੱਤੀ ਗਈ ਆ, ਲੇਕਿਨ ਜਦੋਂ ਉਹ ਪ੍ਰਾਈਵੇਟ ਸਕੂਲ ਦੇ ਵਿੱਚ 90-95% ਨੰਬਰ ਲੈਂਦਾ ਤਾਂ ਉਹ ਆਈ ਪੀ ਐੱਸ, ਪੀ ਸੀ ਐੱਸ ਜਾਂ ਫਿਰ ਕੋਈ ਵੀ ਐਗਜ਼ਾਮ ਦੇ ਵਿੱਚ ਬੈਠੇ, ਕੰਪੀਟੀਸ਼ਨ ਦੇ ਵਿੱਚ ਬੈਠੇ, ਤਾਂ ਉਹਦੇ ਫੇਲ ਹੋਣਾ ਹੀ ਨਹੀਂ ਚਾਹੀਦਾ। ਸਾਰਾ ਪੰਜਾਬ ਹੀ ਜਿਹੜਾ ਜਿਹੜੇ ਐੱਸ ਐੱਸ ਪੀ ਜਾਂ ਗਜ਼ਟਡ ਅਫਸਰ ਲੱਗੇ ਹੋਣੇ ਚਾਹੀਦੇ ਆ, ਲੇਕਿਨ ਰੇਸ਼ੋ ਹੈ ਹੀ ਨਹੀਂ। ਕਿ ਮੈਂ ਜਿੰਨੇ ਵੀ ਜ਼ਿਲ੍ਹਿਆਂ 'ਚ ਜਾ ਕੇ ਦੇਖਦਾ ਜੀ, ਵੀ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਐੱਸ ਡੀ ਐੱਮ, ਡੀ ਸੀ ਮੈਨੂੰ ਪੰਜਾਬ ਦਾ ਨਹੀਂ ਮਿਲਦਾ ਜੀ। ਯੈਸ, ਉਹ ਯੂਪੀ ਦੇ ਹੋਣਗੇ ਜਾਂ ਹੋਰ ਸਟੇਟ, ਬਿਹਾਰ ਦੇ, ਬਿਹਾਰ ਦੇ, ਕਿਉਂਕਿ ਮੈਨੂੰ ਮੌਕਾ ਮਿਲਿਆ ਜਦੋਂ ਮੈਂ ਬਿਹਾਰ ਪਟਨਾ ਸਾਹਿਬ ਗਿਆ ਅਤੇ ਉੱਥੇ ਗੁਰਦੁਆਰਾ ਸਾਹਿਬ ਵਿਖੇ ਗਿਆ, ਦੋ ਬੱਚੇ ਸੇਵਾ ਕਰ ਰਹੇ ਸਨ ਅਤੇ ਮੈਂ ਉਹਨਾਂ ਨੂੰ ਪੁੱਛਿਆ ਉਹਨਾਂ ਦਾ ਨਾਂ, ਅਤੇ ਮੈਨੂੰ ਜਦੋਂ ਉਹਨਾਂ ਨੇ ਨਾਂ ਦੱਸਿਆ, ਮੈਂ ਕਿਹਾ ਤੁਸੀਂ ਬਿਹਾਰ ਦੇ ਹੋ? ਕਹਿੰਦਾ ਹਾਂ, ਅਸੀਂ ਬਿਹਾਰ ਦੇ ਹਾਂ। ਮੈਂ ਕਿਹਾ ਤੁਸੀਂ ਫਿਰ ਸੇਵਾ ਇੱਥੇ ਕਰਦੇ ਹੋ? ਕਹਿੰਦਾ ਹਾਂ। ਮੈਂ ਕਿਹਾ ਤੁਸੀਂ ਪੜ੍ਹਦੇ ਕੀ ਹੋ? ਉਹਨੇ ਦੱਸਿਆ ਕਿ ਮੈਂ ਯੂ ਪੀ ਐੱਸ ਕਰ ਰਿਹਾ ਹਾਂ। ਠੀਕ ਹੈ। ਅਤੇ ਮੈਂ ਕਿਹਾ ਕਿਉਂ? ਕਹਿੰਦਾ ਭਈ ਬਹੁਤ ਵਧੀਆ ਜੋਬ ਮਿਲ ਜੂਗੀ। ਔਰ ਉਹ ਮੈਂ ਉਹਨੂੰ ਸਾਰਾ ਕੁਝ ਪਿੱਛੋਂ ਪੁੱਛਿਆ, ਮੈਂ ਕਿਹਾ ਕਿਹੜੇ ਸਕੂਲ 'ਚੋਂ ਪੜ੍ਹੇ? ਕਹਿੰਦੇ ਅਸੀਂ ਆਪਣੇ ਗੌਰਮੈਂਟ ਦੇ ਸਕੂਲ 'ਚੋਂ ਪੜ੍ਹੇ, ਕੋਈ ਅਸੀਂ ਸਪੈਸ਼ਲ ਸਕੂਲ 'ਚ ਨਹੀਂ ਗਏ। ਆਪਣਾ ਪੰਜਾਬ ਦਾ ਬੱਚਾ ਜੇਕਰ ਉਸਨੂੰ ਕਹਿ ਦਿੱਤਾ ਜਾਵੇ ਕਿ ਹਾਂ ਤੂੰ ਯੂ ਪੀ ਐੱਸ ਦਾ ਐਗਜ਼ਾਮ ਲਏ ਜਾਂ ਫਿਰ ਆਈ ਪੀ ਐੱਸ ਦਾ, ਪੀ ਸੀ ਐੱਸ, ਮੈਨੂੰ ਨਹੀਂ ਜਾਪਦਾ ਕਿ ਉਹ ਲਿਖ ਪਾਉਣਗੇ, ਕਿਉਂਕਿ ਉਹ ਨੰਬਰ ਉਹਨੂੰ ਸਕੂਲ ਉਸ 'ਚੋਂ ਮਿਲਿਆ ਹਨ ਜਿਹੜਾ ਕਿ ਪ੍ਰਾਈਵੇਟ ਦੇ ਵਿੱਚ ਪੜ੍ਹਿਆ, ਅਤੇ ਉਹ ਨੰਬਰ ਉਹ ਮਿਲਿਆ ਹਨ 90-95% ਜਿਹੜਾ ਕਿ ਪੇਰੈਂਟਸ ਨੂੰ ਖੁਸ਼ ਕਰਨ ਵਾਸਤੇ ਹਨ, ਨਾ ਕਿ ਉਹ ਰੀਅਲ ਨੰਬਰ ਹਨ। ਕਿਉਂਕਿ ਪੇਰੈਂਟਸ ਫੀਸਾਂ 'ਤੇ ਤਾਂ ਦੇਣਗੇ ਜੇ ਉਹਨਾਂ ਨੂੰ ਲੱਗਦਾ ਰਹੇਗਾ ਕਿ ਉਹਨਾਂ ਦਾ ਬੱਚਾ ਜੀ ਕਮਾਲ ਕਰੀ ਜਾ ਰਿਹਾ, 90-95% ਨੰਬਰ ਲਿਆ ਰਿਹਾ, ਅਤੇ ਉਹ ਫੀਸਾਂ ਦੇਈ ਜਾਣਗੇ, ਹਰ ਸਾਲ ਭੇਜੇ ਜਾਣਗੇ, ਅਤੇ ਕਾਰੋਬਾਰ ਚੱਲ ਜਾਏਗਾ ਸਕੂਲ ਵਾਲਿਆਂ ਦਾ। ਸੋ ਬ੍ਰਿਗੇਡੀਅਰ ਸਾਹਿਬ, ਤੁਸੀਂ ਵੀ ਇਹਦੇ 'ਤੇ ਜਾਣਨਾ ਪਾਓ। ਹਾਂਜੀ, ਇਸ ਤਰ੍ਹਾਂ ਕਿ ਜੋਲ ਸਾਹਿਬ, ਆਲਮੋਸਟ ਅਬਾਊਟ ਪੂਰੇ ਓਨਟੈਰੀਓ 'ਚ 9,000 ਪ੍ਰਾਈਵੇਟ ਸਕੂਲ ਨੇ ਔਰ ਟੋਟਲ 1,00,000 ਸਟੂਡੈਂਟ ਉਹਨਾਂ 'ਚ ਪੜ੍ਹਦੇ ਆ। ਮੈਂ ਥੋੜ੍ਹਾ ਜਿਹਾ ਇਹਨਾਂ ਦਾ ਕੰਪੈਰੀਜ਼ਨ ਕੀਤਾ ਸੀ। ਇੱਕ ਤਾਂ ਉਹ ਬਹੁਤ ਸਾਰੇ ਪ੍ਰਾਈਵੇਟ ਸਕੂਲ, ਕਿਉਂਕਿ ਉਹਨਾਂ ਨੂੰ ਸਿਸਟਮ ਦਾ ਪਤਾ ਲੱਗ ਗਿਆ, ਉਹਨਾਂ ਦੇ ਮਾਰਕ ਉਹ ਕਰ ਦਿੰਦੇ ਆ, ਤਾਂ ਕੁਛ ਇੱਕ ਸਟੂਡੈਂਟ ਨੂੰ ਸਕੋਲਰਸ਼ਿਪ ਮਿਲ ਜਾਂਦਾ, ਉਹ ਉਹਨਾਂ ਦਾ ਮਾਰਕੀਟਿੰਗ ਬਣ ਜਾਂਦਾ ਵੀ ਸਾਡੇ ਇੰਨੇ ਸਟੂਡੈਂਟ ਨੂੰ ਸਕੋਲਰਸ਼ਿਪ ਮਿਲਿਆ। ਪਰ ਉਹ ਬਹੁਤ ਵੱਡੀ ਬੇਇਨਸਾਫੀ ਹੈ ਕਿ ਜਿਹੜਾ ਇੱਕ ਬੱਚਾ ਪਬਲਿਕ ਸਕੂਲ 'ਚ ਪੜ੍ਹ ਕੇ ਉਹਨੇ ਸਪੋਜ਼ ਕੀਤਾ 80% ਨੰਬਰ ਲਏ, ਉਹ ਡਿਜ਼ਰਵ ਕਰਦਾ ਸੀ ਸਕੋਲਰਸ਼ਿਪ, ਪ੍ਰਾਈਵੇਟ 'ਚ ਉਹਨੇ ਡਾਲਰ ਦੇ ਕੇ 89% ਲੈ ਗਏ, ਉਹ ਸਕੋਲਰਸ਼ਿਪ ਉਹਦਾ ਲੈ ਗਿਆ, ਔਰ ਉਹਨੇ ਵੀ ਸਕਸੈਸਫੁਲ ਨਹੀਂ ਹੋਣਾ ਉਹ ਬੱਚੇ ਦਾ, ਵਿਚਾਰੇ ਦਾ ਅੱਗੇ ਕਾਲਜ ਜਾਂ ਯੂਨੀਵਰਸਿਟੀ ਮਾਰੀ ਗਈ। ਦੂਸਰਾ ਇਹ ਕਿ ਜਿਹੜੀ ਫੀਸ ਹੈ ਓਨਟੈਰੀਓ ਦੇ ਵਿੱਚ ਐਵਰੇਜ ਜਿਹੜੀ ਪ੍ਰਾਈਵੇਟ ਸਕੂਲ ਦੀ ਹੈ $10,000, ਪਰ ਇਸ ਵੇਲੇ ਕਈ ਸਕੂਲ $14,000-15,000 ਤੱਕ ਲੈਂਦੇ ਨੇ, ਔਰ ਪ੍ਰਾਈਵੇਟ ਸਕੂਲ ਜਿਹੜੇ ਇਸ ਵੇਲੇ ਹੈਗੇ ਆ, ਖਾਸ ਕਰ ਮੈਂ ਇਸ ਏਰੀਆ 'ਚ ਦੇਖੇ ਆ, ਉਹ 2,000-2,500 ਤੋਂ ਜ਼ਿਆਦਾ ਉਹਨੂੰ ਟੀਚਰ ਨੂੰ ਨਹੀਂ ਦਿੰਦੇ, ਕਿਉਂਕਿ ਟੀਚਰ ਮਿਲ ਜਾਂਦੇ ਨੇ, ਚੰਗੇ ਟੀਚਰ ਵੀ ਮਿਲ ਜਾਂਦੇ, ਮਾੜੇ ਵੀ ਮਿਲ ਜਾਂਦੇ, ਉਹ ਐਕਸਪਲੋਇਟਡ ਹੈ। ਪਰ ਜਿਹੜਾ ਚੰਗਾ ਟੀਚਰ ਹੋਏਗਾ ਉਹ 2,000 ਤੇ ਕੰਮ ਕਿਉਂ ਕਰੇਗਾ? ਲੇਕਿਨ ਉਹਦੇ ਕੋਲ ਜਿਹੜੇ ਨਵੇਂ ਆ ਜਾਂਦੇ ਉਹ ਕਈ ਵਾਰੀ ਉਹਨਾਂ ਨੂੰ ਚਾਹੀਦਾ ਹੁੰਦਾ ਸੀ, ਯੂ ਹੈਵ ਅ ਪੁਆਇੰਟ, ਤੁਹਾਡਾ ਪੁਆਇੰਟ ਹੈਗਾ, ਯਾਰ ਉਹ ਬਿਲਕੁਲ ਹੈ। ਅੱਛਾ, ਪ੍ਰਿੰਸੀਪਲ ਦੀ ਪੇ 2,500,000
ਹਾਂਜੀ ਹਾਂਜੀ ਮਤਲਬ ਦੇਖੋ ਡਿਸਪ੍ਰੋਪੋਰਸ਼ਨੇਟ ਕਿੰਨਾ ਹੋ ਗਿਆ, ਮਤਲਬ ਇਹਦਾ ਮਤਲਬ ਪ੍ਰੋਫਿਟ ਇੱਕ ਫੈਮਿਲੀ ਨੂੰ ਚਲਾ ਗਿਆ ਪੂਰਾ, ਉਹਨਾਂ ਨੇ ਸਿਰਫ ਖਰਚਾ ਦੇਣਾ ਬਿਲਡਿੰਗ ਦਾ ਦੇਣਾ। ਅੱਛਾ ਬਿਲਡਿੰਗ ਕੰਪਰੋਮਾਈਜ਼ ਕੀਤਾ, ਨਾਰਮਲ ਸਕੂਲ ਦੇ ਵਿੱਚ ਤੁਸੀਂ ਪਬਲਿਕ ਸਕੂਲ 'ਚ ਦੇਖੋ ਪਲੇ ਗਰਾਊਂਡ ਨੇ, ਬਾਹਰ ਖੇਲਣ ਲਈ ਸਭ ਕੁਛ ਹੈ, ਹਾਲ ਹੈ, ਉਹਨਾਂ ਨੇ ਇੱਕ ਫੈਂਸੀ ਬਿਲਡਿੰਗ ਲੈ ਕੇ ਉਹਨੂੰ ਚੰਗਾ ਜਿਸ ਤਰ੍ਹਾਂ ਇੰਡੀਆ 'ਚ ਕੀਤਾ ਜਾ ਸਕਦਾ ਸੀਗਾ, ਥੋੜ੍ਹੀ ਵਰਦੀ ਉਹਨਾਂ ਦੀ ਫੈਂਸੀ ਕਰ ਦਿੱਤੀ, ਉਹ ਕਰ ਦਿੱਤੀ, ਐਡਵਰਟਾਈਜ਼ਮੈਂਟ ਹੋ ਗਈ। ਉਹਦੇ ਨਾਲ ਕੀ ਹੈ ਕਿ ਐਂਡ ਆਫ ਦਾ ਡੇ ਜਿਹੜੀ ਸਟੱਡੀ ਹੈ ਓਨਟੈਰੀਓ ਦੀ, ਉਹ ਕਹਿੰਦੀ ਹਾਲੇ ਵੀ ਜਿਹੜਾ ਮਿਆਰ ਹੈਗਾ ਪਬਲਿਕ ਸਕੂਲ ਦਾ ਪ੍ਰਾਈਵੇਟ ਸਕੂਲ ਨਾਲੋਂ ਬੈਟਰ ਹੈ। ਇਹ ਪੰਜਾਬ 'ਚ ਵੀ ਇੱਦਾਂ ਹੀ ਹੈ। ਹਾਂਜੀ ਹਰ ਸਾਲ ਤੁਸੀਂ ਉਹਨਾਂ ਦਾ ਮਿਆਰ ਬੈਟਰ ਹੈ, ਸਿਰਫ ਪ੍ਰਾਈਵੇਟ ਸਕੂਲ 'ਚ ਇਹ ਹੈ ਕਿ ਰੇਸ਼ੋ ਸਟੂਡੈਂਟਸ ਦੀ 12 ਸਟੂਡੈਂਟ ਨੇ ਪਰ ਟੀਚਰ, ਪਬਲਿਕ ਸਕੂਲ 'ਚ 20 ਨੇ ਮੇਰੇ ਖਿਆਲ ਇਸ ਵੇਲੇ ਪਬਲਿਕ ਸਕੂਲ 'ਚ, ਸ਼ਾਇਦ ਬਰੈਂਪਟਨ ਵਗੈਰਾ ਥੋੜ੍ਹੇ ਜ਼ਿਆਦਾ ਹੋਣ। ਹਾਂਜੀ ਅਸੀਂ ਇਹ ਪਹਿਲਾਂ ਡਿਸਕਸ ਵੀ ਕੀਤਾ ਸੀ ਜੋ ਸਾਹਿਬ ਤੁਹਾਨੂੰ ਯਾਦ ਹੋਣਾ, ਪਰ ਮੈਂ ਉਹ ਜਿਹੜੀ ਪਹਿਲੀ ਸੋਚ ਸੀਗੀ ਉਹਨੂੰ ਰਿਵਰਸ ਕਰਦਾ ਕਿ ਸਾਨੂੰ ਜ਼ੋਰ ਲਾਉਣਾ ਚਾਹੀਦਾ ਕਿ ਪਬਲਿਕ ਸਕੂਲਸ ਨੂੰ ਬੈਟਰ ਬਣਾਈਏ। ਹਾਂਜੀ ਉਹ ਕਰੀਏ, ਉਹ ਕਰ ਸਕਦੇ ਹਾਂ ਕਿਉਂਕਿ ਸਾਡੇ 'ਚ ਹੁਣ ਪੋਲੀਟੀਕਲ ਪਾਵਰ ਹੈ, ਸਭ ਕੁਛ ਹੈ, ਅਸੀਂ ਸਮਝਦੇ ਹਾਂ, ਉਹਨਾਂ ਨੂੰ ਬੈਟਰ ਬਣਾਈਏ ਰਾਦਰ ਦੈਨ ਪ੍ਰਾਈਵੇਟ ਸਕੂਲ ਹੋਰ ਖੁੱਲ੍ਹ ਜਾਣ ਜਿਹਦੇ ਨਾਲ ਕਿ ਉਹੀ ਪੰਜਾਬ ਦਾ ਮਿਰਰ ਇਮੇਜ ਨਿਕਲ ਆਏਗਾ। ਔਰ ਪ੍ਰਾਈਵੇਟ ਸਕੂਲ ਇੱਥੇ ਖੋਲ੍ਹਣਾ ਕੋਈ ਵੱਡੀ ਗੱਲ ਨਹੀਂ ਹੈਗੀ, ਚਲੋ ਗਵਰਨਮੈਂਟ ਨੇ ਇਹ ਰੱਖਿਆ ਹੋਇਆ ਜੀ ਵੀ ਹਰ ਇੱਕ ਪੇਰੈਂਟ ਜਿਹੜਾ ਨਾ, ਕਿਉਂਕਿ ਤੁਹਾਨੂੰ ਪਤਾ ਜੇ ਐਜੂਕੇਸ਼ਨ ਨੇ ਬਾਕੀ ਸਾਰੇ ਬਿਜ਼ਨਸ ਇੰਡੀਪੈਂਡੈਂਟਲੀ ਤੁਸੀਂ ਖੋਲ੍ਹ ਸਕਦੇ ਹੋ, ਇਹ ਬਿਜ਼ਨਸ ਵੀ ਖੋਲ੍ਹ ਸਕਦੇ ਹੋ, ਪਰ ਹਰ ਦੁਕਾਨ 'ਤੇ ਜਾਣ ਵਾਲੇ ਗਾਹਕ ਨੇ ਸੋਚਣਾ ਵੀ ਮੈਂ ਇੱਥੇ ਜਾਵਾਂ ਕਿ ਨਾ। ਹਾਂਜੀ ਇਸੇ ਤਰ੍ਹਾਂ ਹੀ ਪ੍ਰਾਈਵੇਟ ਸਕੂਲਾਂ 'ਚ ਬੱਚਿਆਂ ਨੇ ਆਪਣੇ ਜਿਹੜੇ ਪੇਰੈਂਟਸ ਨੇ ਵੀ ਉਹਨਾਂ ਨੇ ਆਪਣੇ ਬੱਚੇ ਪਾਉਣੇ ਨੇ ਕਿ ਨਹੀਂ, ਇਹ ਪੇਰੈਂਟਸ ਨੇ ਆਪਣੀ ਪ੍ਰੋਪਰ ਰਿਸਰਚ ਕਰਨੀ ਹੈ, ਆਪਣਾ ਬੁਰਾ ਭਲਾ ਤੁਸੀਂ ਆਪ ਸੋਚਣਾ। ਸੋ ਇਹ ਇੱਕ ਚੁਆਇਸ ਹੈ, ਲੇਕਿਨ ਜੋ ਸਾਹਿਬ ਆਪਣੇ ਜਿਹੜੇ ਕਮਿਊਨਿਟੀ ਦੇ ਵਿੱਚ ਇਹ ਇੱਕ ਸਟੇਟਸ ਸਿੰਬਲ ਮੂਰਖਤਾ ਹੀ ਜਾਂਦਾ, ਮੂਰਖਤਾ ਹੀ ਮੈਂ ਕਿ ਮੇਰਾ ਬੱਚਾ ਜੀ ਪ੍ਰਾਈਵੇਟ ਸਕੂਲ 'ਚ ਪੜ੍ਹਨ ਡਿਆ, ਵੱਡੀ ਮੂਰਖਤਾ, ਜਦੋਂ ਕਿ ਤੁਸੀਂ ਇੱਕ ਤਾਂ ਵੇਖੋ ਜੇਕਰ ਆਪਾਂ ਕੰਮ ਕਰਦੇ ਹਾਂ, ਟਰੱਕ ਚਲਾਉਂਦੇ ਹਾਂ ਜਾਂ ਜੋਬ ਕਰਦੇ ਹਾਂ, ਜਿਸ ਤਰ੍ਹਾਂ 10,000 ਤੋਂ ਲੈ ਕੇ 15,000 ਇਹ ਮਿਨੀਮਮ ਆ ਜਿਹੜੇ ਆਪਾਂ ਆਪਣੇ ਇੰਡੀਅਨ ਹੈਗੇ ਆ ਸਕੂਲ। ਹਾਂਜੀ ਹੁਣ ਤਾਂ ਜ਼ਿਆਦਾ ਵੀ ਫੀਸ ਕਈ ਸਕੂਲ ਲੈ ਰਹੇ ਹਨ, ਅਤੇ ਉੱਤੇ ਹੋਰ ਵੀ ਜੀ ਬੱਸ ਦਾ ਹੋ ਗਿਆ ਜੀ, ਵਰਦੀ ਦਾ ਹੋ ਗਿਆ ਜੀ, ਇਹਦੇ ਟੂਰ ਦਾ ਹੋ ਗਿਆ ਜੀ। ਸੋ ਜੇਕਰ ਐਂਡ ਅਪ ਕਰੀਏ ਇਹ 20 ਤੱਕ ਵੀ ਪਹੁੰਚ ਸਕਦਾ ਹੈ ਖਰਚਾ। ਬਿਲਕੁਲ ਜੇਕਰ ਇੱਕ ਮਾਂ ਬਾਪ ਟਰੱਕ ਉਹਦਾ ਲੜਕੇ ਜਾਂ ਲੜਕੀ ਦਾ ਚਲਾਉਂਦਾ ਹੈ ਤਾਂ ਉਹ ਲਗਭਗ 60,000 ਕਮਾਏਗਾ ਦਿਨ ਰਾਤ ਕਰਕੇ, ਅਤੇ ਜੇਕਰ ਉਹਦੇ 2 ਬੱਚੇ ਸਕੂਲ 'ਚ ਪੜ੍ਹ ਰਹੇ ਹਨ ਤਾਂ ਇਹਦਾ ਭਾਵ ਆ ਕਿ 40 ਤੋਂ 45,000 ਖਰਚਾ ਅਤੇ ਉਹ ਸਕੂਲ ਨੂੰ ਚਲੇ ਗਿਆ। ਹਾਂਜੀ ਫਿਰ ਜਿਸ ਘਰ ਦੇ ਵਿੱਚ ਰਹਿ ਰਿਹਾ ਉਹਦਾ ਵੀ ਉਹ ਖਰਚਾ ਹੈ ਜੀ, ਉਹ ਦਿਨ ਰਾਤ ਪੰਜਾਬੀ 'ਚ ਕੀ ਕਹਿੰਦੇ ਆ ਕਿ ਉਹਨਾਂ ਦੀ ਭੂਤ ਨਹੀਂ ਭੁੱਲੀ ਰਹੂਗੀ। ਅੱਛਾ ਫਿਰ ਘਰ ਨੂੰ ਚਲਾਉਣ ਵਾਸਤੇ $5,000 ਚਾਹੀਦਾ, ਅਤੇ ਤੁਹਾਡੇ ਬੱਚਿਆਂ ਦੇ ਖਰਚੇ ਜਿਹੜੇ ਆ ਉਹ ਦੂਜਿਆਂ ਬੱਚਿਆਂ ਦੇ ਜਾਂ ਹੋਰ ਕੋਈ ਖਰਚੇ। ਸੋ ਕਹਿਣ ਦਾ ਭਾਵ ਕਿ ਜਿਹੜਾ $40,000 ਤੁਸੀਂ ਡਾਲਰ ਉਹਨਾਂ ਬੱਚਿਆਂ ਦੇ ਲਈ ਪ੍ਰਾਈਵੇਟ ਸਕੂਲ 'ਚ ਪਾ ਰਹੇ ਹੋ ਉਹ ਸੇਵ ਕੀਤਾ ਜਾ ਸਕਦਾ ਹੈ, ਉਸ ਨੂੰ ਤੁਸੀਂ ਪਬਲਿਕ ਸਕੂਲੇ ਪਾਓ ਔਰ ਸ਼ਾਮ ਨੂੰ ਘੰਟਾ ਜਾਂ ਡੇਢ ਘੰਟਾ ਉਹ ਬੱਚੇ ਨਾਲ ਬਿਤਾਓ। ਬਿਲਕੁਲ ਵੈਰੀ ਗੁੱਡ। ਹਾਂਜੀ ਉਹਦੇ ਨਾਲ ਬੈਠੋ, ਉਹਨੂੰ ਬਾਹਰ ਲੈ ਕੇ ਜਾਓ, ਉਹਨੂੰ ਉਹਦੀਆਂ ਸਾਰੀਆਂ ਗੱਲਾਂ ਉਹਦੇ ਜਿੱਦਾਂ ਪੰਜਾਬੀ 'ਚ ਕਹਿੰਦੇ ਆ ਰਾਂਝੇ ਰਾਜੀ ਕਰੋ। ਜੇਕਰ 40,000 ਤੁਸੀਂ ਉਹਦੀ ਫੀਸ ਦੇ ਸਕਦੇ ਹੋ ਦੋ ਬੱਚਿਆਂ ਦੀ, ਤਾਂ ਤੁਸੀਂ ਕੀ ਉਹਨਾਂ ਦੇ $5,000-7,000 ਖਰਚ ਨਹੀਂ ਸਕਦੇ? ਜੋ ਚਾਹੁੰਦੇ ਹਨ ਉਹ ਉਹਨਾਂ ਨੂੰ ਦਿਓ। ਸਰਦਾਰ ਰਵਿੰਦਰ ਸਿੰਘ ਜੀ ਪੰਨੂ, ਮੈਨੂੰ ਇਹ ਬੇਯਕੀਨੀ ਲੋਕਾਂ ਦੇ ਮਨਾਂ ਦੀ ਸਮਝ ਨਹੀਂ ਆਈ। ਇੱਕ ਭਾਈ ਸਾਹਿਬ ਦਾ ਫੋਨ ਆਇਆ ਸੀ ਵੀ ਉਹ 25,000 ਫੀਸ ਦੇ ਰਿਹਾ ਸਾਲਾਨਾ, ਬਾਕੀ ਸਾਰੇ ਘਰਦੇ ਦੇ ਖਰਚੇ ਉਨੇ ਨਹੀਂ ਹੈਗੇ ਜਿੰਨੇ ਉਹ ਦੋ ਬੱਚਿਆਂ ਦੀ ਫੀਸ ਦੇ ਰਿਹਾ। ਮੈਂ ਕਹਿਣਾ ਚਾਹਾਂਗਾ ਕਿ ਮੇਰਾ ਸਕੂਲ ਸੀਗਾ 10ਵੀਂ ਦੇ ਵਿੱਚ ਫੀਸ ਸੀਗੀ 10 ਰੁਪਏ। ਹਾਂਜੀ
ਤੁਹਾਡਾ ਸਕੂਲ ਵੀ 10 ਰੁਪਏ ਇੰਨੇ ਦਾ ਜੀ ਬ੍ਰਿਗੇਡ ਸਾਹਿਬ, ਤੁਹਾਡਾ ਸਕੂਲ ਵੀ 10 ਰੁਪਏ, ਬਿਲਕੁਲ ਕੀ ਕਮੀ ਹੈ ਸਾਡੇ ਵਿੱਚ ਦੱਸੋ ਵੀ ਇਹ ਗੱਲ ਕਿੱਥੋਂ ਆ ਗਈ ਵੀ ਪ੍ਰਾਈਵੇਟ ਸਕੂਲ ਹੀ ਜਿਹੜੇ ਆ ਉਹ ਚੰਗੇ ਹੋ ਸਕਦੇ ਆ। ਅੱਜ ਵੀ ਤੁਸੀਂ ਜਾ ਕੇ ਉੱਥੇ ਮੈਟ੍ਰਿਕੁਲੇਸ਼ਨ ਦੇ ਰਿਜ਼ਲਟ ਜਾ ਕੇ ਚੁੱਕੋ, ਸਰਕਾਰੀ ਸਕੂਲਾਂ ਦੇ ਨਤੀਜੇ ਬਾ ਕਮਾਲ ਨੇ ਜੀ ਅੱਜ ਵੀ, ਹੈ ਨਾ। ਸੋ ਇਸ ਕਰਕੇ ਥੋੜ੍ਹਾ ਜਿਹਾ ਇਸ ਬਿਜ਼ਨਸ ਨੂੰ ਸਮਝਣ ਦੀ ਲੋੜ ਹੈ, ਇਸ ਕਾਰੋਬਾਰ ਨੂੰ ਇੱਕ ਤਰੀਕੇ ਦੇ ਨਾਲ ਆਪੋ ਆਪਣੇ ਤਰੀਕਿਆਂ ਦੇ ਨਾਲ ਸ਼ੁਰੂ ਕਰਕੇ। ਮੈਨੂੰ ਤਾਂ ਹੈਰਾਨੀ ਇਹ ਹੁੰਦੀ ਹੈ ਕਈ ਵਾਰੀ ਵੀ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹੇ ਲੋਕ ਇਹ ਐਜੂਕੇਸ਼ਨ ਦਾ ਕਾਰੋਬਾਰ ਕਰਨ ਦਾ ਰਾਹ ਅਪਣਾਉਂਦੇ ਹੈ, ਉਹ ਆਪਣੇ ਸਕੂਲ ਖੋਲ੍ਹ ਕੇ ਉੱਥੇ ਬਣ ਗਏ ਪ੍ਰਿੰਸੀਪਲ, ਅਤੇ ਫਿਰ ਭੰਡਣਾ ਉਹਨਾਂ ਨੇ ਉਹਨਾਂ ਸਕੂਲਾਂ ਨੂੰ ਆ ਜਿਹਨਾਂ 'ਚੋਂ ਖੁਦ ਪੜ੍ਹ ਕੇ ਪ੍ਰਿੰਸੀਪਲ ਬਣੇ ਨੇ ਜੀ। ਹੈਰਾਨੀ ਦੀ ਗੱਲ ਆ, ਆਪ ਸਰਕਾਰੀ ਸਕੂਲਾਂ 'ਚੋਂ ਪੜ੍ਹੇ ਹੈ, ਐਜੂਕੇਸ਼ਨ ਨੂੰ ਵਪਾਰ ਬਣਾ ਕੇ ਖੋਲ੍ਹ ਲਿਆ ਆਪਣਾ ਪ੍ਰਾਈਵੇਟ ਸਕੂਲ, ਹਾਂਜੀ, ਅਤੇ ਉਹਨਾਂ ਨੇ ਕਿਹਾ ਜੀ ਵੀ ਅਸੀਂ ਬੈਟਰ ਹਾਂ, ਅਤੇ ਜਿੱਥੇ ਅਸੀਂ ਪੜ੍ਹਦੇ ਰਹੇ ਇੱਕ ਪਾਸੇ ਤਾਂ ਅਸੀਂ ਪ੍ਰਿੰਸੀਪਲ ਹਾਂ, ਅਸੀਂ ਬਹੁਤ ਵਧੀਆ ਹਾਂ, ਅਤੇ ਨਾਲ ਜਿੱਥੋਂ ਅਸੀਂ ਪੜ੍ਹੇ ਹਾਂ ਸਕੂਲ ਮਾੜੇ ਆ ਜੀ ਜੀ। ਇਹ ਗੱਲ ਕੀ ਬਣੀ? ਜੋਤ ਸਾਹਿਬ, ਮੈਂ ਜੋ ਆਪਣਾ ਮੇਰੇ ਜਿੰਨਾ ਕੁ ਐਕਸਪੀਰੀਅੰਸ ਆ, ਮੈਂ ਬਹੁਤ ਵੱਡੀ ਗਲਤੀ ਕੀਤੀ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ 'ਚ ਪੜ੍ਹਾ ਕੇ। ਮੈਨੂੰ ਜਦੋਂ ਹੁਣ ਸੋਝੀ ਆਈ ਹੈ ਤਾਂ ਮੈਂ ਸਮਝਦਾ ਕਿ ਮੈਂ ਸਭ ਤੋਂ ਵੱਡੀ ਮਿਸਟੇਕ ਕੀਤੀ, ਨਾਲੇ ਤਾਂ ਉੱਥੇ ਇੰਨਾ ਪੈਸਾ ਖਰਚਿਆ, ਬੱਚਿਆਂ ਨਾਲ ਬਹਿਣ ਦਾ ਸਮਾਂ ਹੀ ਨਹੀਂ ਮਿਲਿਆ, ਅਤੇ ਪੈਸਾ ਉਹਨਾਂ ਦੀਆਂ ਫੀਸਾਂ ਦੇਣ ਵਾਸਤੇ ਤਿੰਨਾਂ ਬੱਚਿਆਂ ਦੀਆਂ ਲਗਭਗ 60-70 ਹਜ਼ਾਰ ਡਾਲਰ ਸਾਲ ਦੀ ਫੀਸ ਦੇਣੀ ਕੋਈ ਮਹਿਣਾ ਰਖਾਉਂਦੀ ਹੈ, ਅਤੇ ਜੇਕਰ ਮੈਂ ਉਹ ਹੀ 60-70 ਹਜ਼ਾਰ ਬੱਚਿਆਂ ਲਈ ਹਰ ਸਾਲ ਇੱਕ ਇੱਕ ਬੱਚੇ ਦੇ ਜਮ੍ਹਾਂ ਕਰਾਈ ਜਾਂਦਾ ਅਤੇ ਅੱਜ ਨੂੰ ਉਹਨਾਂ ਨੇ ਮਿਲੀਅਨਰ ਬਣੇ ਹੋਣਾ ਸੀ। ਹਾਂਜੀ, ਕੁਛ ਕਰਨ ਦੀ ਲੋੜ ਨਹੀਂ, ਚਲੋ ਕਰਨਾ ਤਾਂ ਜ਼ਰੂਰੀ ਆ, ਲੇਕਿਨ ਦੇਖੋ ਕਿਸੇ ਵੇਲੇ ਆਪਾਂ ਨੂੰ ਰਾਈਟ ਟਾਈਮ 'ਤੇ ਰਾਈਟ ਇਨਫੋਰਮੇਸ਼ਨ ਨਹੀਂ ਮਿਲਦੀ। ਹੋ ਸਕਦਾ ਕਿ ਜੇ ਉਦੋਂ ਮੈਨੂੰ ਕੋਈ ਰਾਈਟ ਇਨਫੋਰਮੇਸ਼ਨ ਦੇ ਦਿੰਦਾ। ਪਰ ਤੁਸੀਂ ਇਸ ਤਰ੍ਹਾਂ ਤੁਰੇ ਕਿਉਂ, ਇਹ ਦੱਸੋ ਪਹਿਲਾਂ। ਨਹੀਂ ਸਮਝ ਆਈ ਜੀ। ਸਕੂਲ ਤਾਂ ਇੱਥੇ ਬੜੇ ਸੋਹਣੇ ਅਵੇਲੇਬਲ ਸੀਗੇ। ਨਹੀਂ, ਠੀਕ ਆ, ਮੈਂ ਸਮਝਦਾ ਕਿਉਂਕਿ ਮੈਂ ਬੱਚੇ ਆਪਣੇ ਛੋਟੇ ਇੰਡੀਆ ਭੇਜੇ ਸੀਗੇ, ਉੱਥੇ ਵੀ ਪ੍ਰਾਈਵੇਟ ਸਕੂਲ 'ਚ, ਉੱਥੇ ਤਾਂ ਸਾਰੇ ਇਵੈਂਚੁਅਲੀ ਪ੍ਰਾਈਵੇਟ। ਜਦੋਂ ਇੱਥੇ ਆਏ ਉਹ ਹੀ ਇੱਕ ਦਿਮਾਗ ਨੇ ਕੰਮ ਨਹੀਂ ਕੀਤਾ, ਦਿਮਾਗ ਨੇ ਸੋਚਿਆ ਨਹੀਂ, ਸਮਝਿਆ ਨਹੀਂ, ਔਰ ਚੁੱਕ ਕੇ ਇੱਕ ਸਕੂਲ ਬ੍ਰੈਂਪਟਨ ਦੇ ਵਿੱਚ ਸੀਗਾ, ਬਾਅਦ ਦੇ ਵਿੱਚ ਉਹ ਮਿਸਿਸਾਗਾ, ਕਿਉਂਕਿ ਉਦੋਂ ਜੇਕਰ ਕੋਈ ਮੈਨੂੰ ਰਾਈਟ ਇਨਫੋਰਮੇਸ਼ਨ ਦੇ ਦਿੰਦਾ, ਜਿੱਦਾਂ ਅਜੇ ਵੀਰ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਭਾਜੀ ਤੁਸੀਂ ਕੰਮ ਗਲਤ ਕਰ ਰਹੇ ਹੋ, ਮੈਂ ਜਦੋਂ ਉਹਨਾਂ ਨੇ ਮੈਨੂੰ ਐਕਸਪਲੇਨ ਕੀਤਾ, ਬਿਲਕੁਲ ਮੈਂ ਸਮਝ ਗਿਆ। ਅੱਜ ਦੀ ਡੇਟ 'ਚ ਵੀ ਆਪਾਂ ਨੂੰ ਸੁਰਸਾਗਰ ਰੇਡੀਓ ਜਾਂ ਟੀਵੀ ਬਾਰੇ ਜਾਂ ਇੰਗਲਿਸ਼ ਰੇਡੀਓ ਸਟੇਸ਼ਨ ਬਾਰੇ ਕੋਈ ਐਡਵਾਈਸ ਕਰਦਾ, ਉਹ ਜੈਨੂਇਨ ਹੁੰਦੀ ਹੈ ਅਤੇ ਆਪਾਂ ਉਸ ਵੇਲੇ ਲਾਗੂ ਕਰ ਦਿੰਦੇ ਹਾਂ। ਹਾਂਜੀ, ਬਿਲਕੁਲ। ਜੋਤ ਸਾਹਿਬ, ਗੱਲ ਇੱਦਾਂ ਕਿ ਕਈ ਸੱਜਣ ਜਨ ਉਦੋਂ ਨਹੀਂ ਸਮਝ ਆਉਂਦੀ ਜਦੋਂ ਉਹਦੇ ਛੋਟੇ ਬੱਚੇ ਹੁੰਦੇ ਆ, ਆਪ ਬਿਜ਼ੀ ਆ ਪੈਸੇ ਕਮਾਉਣ 'ਚ, ਉਹ ਕਹਿੰਦਾ ਵੀ ਕੁਛ ਵੀ ਹੋਵੇ ਮੈਂ ਇੰਨਾ ਨਹੀਂ ਪੜ੍ਹਿਆ, ਆਪਣੇ ਬੱਚਿਆਂ ਨੂੰ ਮੈਂ ਵਧੀਆ ਪੜ੍ਹਾਉਣਾ, ਵਧੀਆ ਪੜ੍ਹਾਉਣ ਦਾ ਉਹਨੂੰ ਕੋਈ ਦੱਸ ਦਿੰਦਾ ਪ੍ਰਾਈਵੇਟ ਸਕੂਲ 'ਚ ਪੜ੍ਹਾ ਦੇ, ਉਹ ਸੋਚਦਾ ਕਿ ਮੈਂ ਸੈਕਰੀਫਾਈਸ ਕਰ ਰਿਹਾ, ਬੱਚਿਆਂ ਨੂੰ ਮੈਂ ਪ੍ਰਾਈਵੇਟ ਸਕੂਲ 'ਚ ਪਾ ਦਿੱਤਾ, ਉਹਨਾਂ ਦੇ ਨੰਬਰ ਵੀ ਠੀਕ ਆ ਰਹੇ ਆ, ਖੁਸ਼ ਹੈ, ਔਰ ਹੌਲੀ 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 ਕੀ ਹੈ ਕਿ 10-12 ਸਾਲ ਬੱਚਾ ਸ਼ਾਇਦ ਵਧੀਆ ਵੀ ਕਰੇ, ਸਕਾਲਰਸ਼ਿਪ ਵੀ ਲੈ ਜਾਏ, ਉਹ ਜਿਹੜਾ ਤੁਹਾਡਾ ਕਨੈਕਸ਼ਨ ਹੈ ਨਾ ਬੱਚੇ ਦਾ ਉਹ ਟੁੱਟ ਜਾਂਦਾ। ਫਿਰ ਕਈ ਵਾਰੀ ਕਈ ਲੋਕ ਬਾਅਦ 'ਚ ਕਹਿੰਦੇ ਜੀ ਮੈਂ ਬੱਚੇ ਤਾਂ ਮੇਰਾ ਉਹ ਉੱਥੇ ਚਲੇ ਗਿਆ, ਉੱਥੇ ਅੱਜ ਕੱਲ੍ਹ ਬੋਲਦਾ ਵੀ ਨਹੀਂ ਹੈ, ਆਉਂਦਾ ਵੀ ਨਹੀਂ ਹੈ, ਯੂਨੋ ਉਹ ਸਿਚੁਏਸ਼ਨ ਨੂੰ ਕਰਨਾ ਉਹਦੇ ਨਾਲੋਂ ਬੈਟਰ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਟਾਈਮ ਬਤੀਤ ਕਰੋ, 1.5 ਘੰਟਾ 2 ਘੰਟੇ ਰੋਜ਼ ਦੇ ਤੁਸੀਂ ਬੱਚੇ ਦੇ ਨਾਲ ਬੈਠੋ। ਕੋਈ ਵੀ ਬੱਚਾ ਇੱਥੇ ਇੰਨੇ ਮਾੜੇ ਬੱਚੇ ਨਹੀਂ ਹੈ, ਬਹੁਤ ਬੱਚੇ ਤਰੱਕੀ ਕਰ ਜਾਣਗੇ, ਔਰ ਇਹੋ ਜਿਹੇ ਦੇਸ਼ 'ਚ ਤਾਂ ਕੋਈ ਡਰਨ ਦੀ ਲੋੜ ਹੀ ਨਹੀਂ ਹੈ।
ਬ੍ਰਿਗੇਡੀਅਰ ਸਾਹਿਬ ਮੇਰਾ ਇਹ ਵੀ ਮੰਨਣਾ ਕਿ ਇੱਥੇ ਜਿਹੜੀ ਆਪਣੇ ਭਾਰਤੀ ਸੋਚ ਬੈਠੀ ਹੈ ਨਾ, ਸਾਡਾ ਬੱਚਾ ਵੱਧ ਤੋਂ ਵੱਧ ਨੰਬਰ ਲੈ ਕੇ ਆਵੇ, ਜਾਂ ਸਾਡਾ ਬੱਚਾ ਜੀ ਡਾਕਟਰ ਇੰਜੀਨੀਅਰ ਜਾਂ ਉਹ ਲੋਇਰ ਜਾਂ ਅਜਿਹਾ ਬਣੇ, ਇੱਥੇ ਉਹੋ ਜਿਹੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਆ। ਇੱਥੇ ਰੀਅਲ ਲਾਈਫ ਆ, ਇੱਥੇ ਤੁਹਾਨੂੰ ਜ਼ਰੂਰਤ ਨਹੀਂ ਗਾ ਕਿ ਬੱਚੇ ਨੂੰ ਹਰ ਇੱਕ ਨੂੰ ਆਪਾਂ ਡਾਕਟਰ ਬਣਾਉਣਾ, ਡੈਂਟਿਸਟ ਹੀ ਬਣਾਉਣਾ। ਇੱਥੇ ਹੋਰ ਕਈ ਇਹੋ ਜਿਹੇ ਕਿੱਥੇ ਹਨ ਜਿਨ੍ਹਾਂ ਦੇ ਵਿੱਚ ਬੱਚੇ ਉਹ ਖੁਸ਼ ਹੋ ਕੇ ਬਹੁਤ ਸਾਰੀ ਇਨਕਮ ਜਨਰੇਟ ਕਰਦੇ ਹਨ। ਬਿਲਕੁਲ ਜੀ, ਬਿਲਕੁਲ ਜੀ। ਆਪਾਂ ਏਅਰ 'ਤੇ ਕੋਲਸ ਲਈਏ 416-741-9600 ਜਾਂ 416-640-0200 'ਤੇ ਤੁਸੀਂ ਕੋਲ ਕਰਕੇ ਆਪਣੇ ਵਿਚਾਰ ਦੇ ਸਕਦੇ ਹੋ ਕਿ ਆਪਾਂ ਕੀ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਇਹ ਠੀਕ ਆ ਜਾਂ ਫਿਰ ਗਲਤ ਆ, ਜੇਕਰ ਪੜ੍ਹਾਉਂਦੇ ਹਾਂ ਤਾਂ ਇਹਦੇ ਕੀ ਕਾਰਨ ਹਨ, ਅਤੇ ਜੇਕਰ ਆਪਾਂ ਭਾਰਤ ਵਾਲੀ ਸੰਸਕ੍ਰਿਤੀ ਇੱਥੇ ਲੈਣ ਦੀ ਐਜੂਕੇਸ਼ਨ ਵਾਲੀ, ਅਤੇ ਉਸੇ ਤਰ੍ਹਾਂ ਆਪਾਂ ਡੁੱਬਾਂਗੇ ਜਿੱਦਾਂ ਪੰਜਾਬ ਅੱਜ ਦੀ ਡੇਟ ਦੇ ਵਿੱਚ ਡੁੱਬਿਆ। ਨਾ ਬੱਚਿਆਂ ਨੂੰ ਜੋਬਾਂ ਉੱਥੇ ਮਿਲਦੀਆਂ ਕਿਉਂਕਿ ਉਹ ਕੁਆਲੀਫਾਈਡ ਨਹੀਂ ਗੇ, ਚਾਹੇ ਉਹਨਾਂ ਨੇ ਬਹੁਤ ਜ਼ਿਆਦਾ ਨੰਬਰ ਲਏ ਹੁੰਦੇ ਹਨ, ਲੇਕਿਨ ਜਦੋਂ ਫੀਲਡ ਦੇ ਵਿੱਚ ਜਾਂਦੇ ਹਨ, ਜਦੋਂ ਉਹ ਖੇਤਰ ਦੇ ਵਿੱਚ ਜਾਂਦੇ, ਉੱਥੇ ਜਾ ਕੇ ਫੇਲ ਹੋ ਜਾਂਦੇ ਹਨ। ਮੈਂ ਇੱਥੇ ਇਹ ਵੀ ਇੱਕ ਗੱਲ ਕਰਨੀ ਚਾਹੂੰਗਾ, ਮੈਨੂੰ ਮੌਕਾ ਮਿਲਿਆ ਲੁਧਿਆਣੇ ਸੁਖਬੀਰ ਸਿੰਘ ਬਾਦਲ ਨਾਲ ਮਿਲਣ ਦਾ, ਔਰ ਉਹਨਾਂ ਨੂੰ ਮੈਂ ਕਿਹਾ ਵੀ ਇੱਕ ਕੰਪਨੀ ਆ, ਉਹ ਬੰਦੇ ਹਾਇਰ ਕਰ ਰਹੀ ਹੈ, ਤੁਸੀਂ ਉਹਨਾਂ ਨਾਲ ਪਹੁੰਚ ਕਰੋ। ਔਰ ਉਹਨਾਂ ਨੇ ਮੈਨੂੰ ਦੱਸਿਆ ਕਿ ਪੰਨੂ ਸਾਹਿਬ ਮੈਂ ਪਹੁੰਚ ਕੀਤੀ ਆ, ਉਹਨਾਂ ਨੂੰ 200 ਲੜਕਾ ਲੜਕੀਆਂ ਚਾਹੀਦੀਆਂ। ਉਹ ਕਹਿੰਦੇ ਵੀ ਅਸੀਂ ਹਾਇਰ ਕਰਾਂਗੇ, ਲੇਕਿਨ ਸਾਰੇ ਪੰਜਾਬ ਦੇ ਵਿੱਚੋਂ ਉਹਨਾਂ ਨੂੰ 20 ਬੱਚੇ ਜਿਹੜੇ ਕੁਆਲੀਫਾਈਡ ਨਹੀਂ ਗੇ ਮਿਲੇ। ਪਰ ਉਹਨੇ ਕੀਤਾ ਕੱਖ ਨਹੀਂ ਨਾ, ਸੁਖਬੀਰ ਬਾਦਲ ਕੋਲ 10 ਸਾਲ ਪਾਵਰ ਰਹੀ। ਹਾਂਜੀ, ਲੇਕਿਨ ਕੀ ਆ ਕਿ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਪੜ੍ਹੇ ਬੱਚੇ, ਠੀਕ ਆ ਕਿ ਮਾਰਕਸ ਉਹਨਾਂ ਦੇ ਬਹੁਤ ਜ਼ਿਆਦਾ ਦਿਖਾਈ ਦਿੰਦੇ ਆ, ਲੇਕਿਨ ਉਹ ਜਦੋਂ ਇੰਟਰਨੈਸ਼ਨਲ ਜਾਂ ਨੈਸ਼ਨਲ ਕੰਪੀਟੀਸ਼ਨ ਦੇ ਵਿੱਚ ਜਾ ਕੇ ਬਹਿੰਦੇ ਹਨ, ਉੱਥੇ ਫੇਲ ਹੋ ਜਾਂਦੇ ਹਨ, ਕਿਉਂਕਿ ਲੀਡਰਾਂ ਨੇ ਤਾਂ ਆਪਣੇ ਸਕੂਲ ਖੋਲ੍ਹੇ, ਵਪਾਰ ਤੇ ਹੋਰ ਚਲਾ ਰਹੇ। ਐਗਜੈਕਟਲੀ, ਉਹ ਸਰਕਾਰੀ ਸਕੂਲਾਂ ਨੂੰ ਡੁੱਬਣਗੇ ਕਿਉਂ ਨਾ। ਹਾਂਜੀ, ਸੁਰ ਸਾਗਰ। ਹੈਲੋ। ਹੈਲੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅਸੀਂ ਵੀ ਬੱਚੇ ਪੜ੍ਹਾਏ ਆ ਆਪਣੇ ਸਰਕਾਰੀ ਸਕੂਲ 'ਚ ਪੜ੍ਹਾਏ ਆ। ਇੱਥੇ ਜੀ ਕੈਨੇਡਾ 'ਚ? ਨਹੀਂ, ਕੈਨੇਡਾ 'ਚ ਨਹੀਂ, ਅਸੀਂ ਕਲਕੱਤੇ ਰਹਿੰਦੇ ਸੀਗੇ। ਅੱਛਾ ਜੀ। ਅਸੀਂ 5 ਰੁਪਏ ਫੀਸ ਹੁੰਦੀ ਸੀ ਉੱਥੇ। ਜੀ 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 ਜੀ। ਸਾਰੇ ਮੇਰੀਆਂ ਲੜਕੀਆਂ ਉੱਥੇ ਪੜ੍ਹੀਆਂ, ਉਹ ਤੋਂ ਬਾਅਦ ਫਿਰ ਕਾਲਜ 'ਚ ਪੜ੍ਹੀਆਂ। ਕਾਲਜ 11 ਰੁਪਏ ਫੀਸ ਹੁੰਦੀ ਸੀਗੀ। ਬਾਕੀ ਮੁੰਡਾ ਅਸੀਂ ਪਾਇਆ ਸੀ ਥੋੜ੍ਹਾ ਸੈਂਟਰ ਸਕੂਲ 'ਚ। ਅੱਛਾ ਜੀ। ਉਹ ਫੀਸ ਨਹੀਂ ਸੀ ਉੱਥੇ। ਅੱਛਾ, ਕੀ ਸਫਲ ਉਹ ਆਪਣੇ ਜੀਵਨ ਦੇ ਵਿੱਚ ਬੱਚੇ ਬੱਚੀਆਂ ਰਹੇ ਹਨ? ਸਾਡੇ ਬੱਚੇ ਸਾਰੇ ਸਫਲ ਜੀ ਹਨ। ਵੈਰੀ ਗੁੱਡ। ਇੱਕ ਨੇ BA ਕੀਤੀ ਹੋਈ ਹੈ, ਇੱਕ ਨੇ MA ਕੀਤੀ ਹੋਈ ਆ। ਕੰਮ ਕੀ ਕਰਦੇ ਅੱਜ ਕੱਲ? ਕੰਮ ਲੜਕੀਆਂ ਮੇਰੀਆਂ ਇੱਕ ਇੱਥੇ ਆ। ਹਾਂਜੀ। ਇੱਕ ਇਟਲੀ ਆ। ਹਾਂਜੀ। ਦੋ ਲੜਕੀਆਂ ਮੇਰੀਆਂ ਇੰਡੀਆ ਆ। ਵਾਹ ਜੀ, ਬਹੁਤ ਬਹੁਤ ਅੱਛਾ ਜੀ। ਹਾਂਜੀ। ਤੇ ਤੁਹਾਡੀ ਕੀ رائے ਲੋਕਾਂ ਨੂੰ? ਲੋਕਾਂ ਨੂੰ ਇਹੀ رائے ਆ, ਬੱਚੇ ਨੂੰ ਉਸ ਹਿਸਾਬ ਨਾਲ ਪੜਾਵੋ ਜਿਹੜੀ ਬੱਚਤ ਆਪਣੀ ਵੀ ਹੋਵੇ, ਬੱਚਾ ਵੀ ਸਹੀ ਰਹੇ। ਠੀਕ ਆ ਨਾ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ। ਅਜਿਹਾ ਨਾ ਹੋਵੇ ਕਿ ਆਪਾਂ ਦਿਨ ਰਾਤ ਕੰਮ ਕਰਦੇ ਰਹੀਏ ਅਤੇ $40-50,000 ਜਿਹੜਾ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਲਾ ਦਈਏ, ਜਦੋਂ ਕਿ ਇੱਥੇ ਸਰਕਾਰੀ ਸਕੂਲ ਹਨ, ਵਧੀਆ ਐਜੂਕੇਸ਼ਨ ਹੈ, ਅਤੇ ਆਪਾਂ ਦਿਨ ਰਾਤ ਉਹਨਾਂ ਲਈ ਮਰੀਏ, ਅਤੇ ਜਦੋਂ ਉਹ ਪੜ੍ਹ ਹਟਣ ਅਤੇ ਉਦੋਂ ਕਹਿਣ ਜੀ ਤੁਸੀਂ ਤਾਂ ਸਾਨੂੰ ਚੰਗੇ ਸਕੂਲ ਨਹੀਂ ਪੜ੍ਹਾਇਆ, ਅਤੇ ਨਾਲ ਜੇ ਤੁਸੀਂ ਕਹੋਗੇ ਮੈਂ ਤਾਂ ਤੈਨੂੰ ਇੰਨੀ ਫੀਸ ਦਿੰਦਾ ਰਿਹਾ, ਉਹਨੇ ਕਿਹਾ ਉਹਨੇ ਫਟ ਕਹਿ ਦੇਣਾ ਵੀ ਮੈਂ ਤੈਨੂੰ ਕਦੋਂ ਕਹਿ ਦੇ। ਐਕਚੁਲੀ ਜੋਬ ਸਾਹਿਬ, ਪੰਜਾਬ ਦੀ ਜਿਹੜੀ ਇਸ ਵੇਲੇ ਪ੍ਰੋਬਲਮ ਹੈ ਨਾ ਬੱਚਿਆਂ ਦੀ, ਪਹਿਲਾਂ ਪੰਜਾਬ ਦੇ ਵਿੱਚ 2 ਜਾਂ 3 ਇੰਜੀਨੀਅਰਿੰਗ ਕਾਲਜ ਹੁੰਦੇ ਸੀ ਜਦੋਂ ਅਸੀਂ ਯੰਗਸਟਰ ਸੀਗੇ। ਹਾਂਜੀ। ਹੁਣ ਹੈਗੇ 80-100 ਤੱਕ ਇੰਜੀਨੀਅਰਿੰਗ ਕਾਲਜ ਖੁੱਲ੍ਹ ਗਏ, ਔਰ ਜਿਹੜੇ ਲੋਕਾਂ ਨੇ ਖੋਲ੍ਹੇ ਉਹਨਾਂ ਨੇ ਪ੍ਰੋਫਿਟ ਵੀ ਬਹੁਤ ਬਣਾ ਲਏ। 4 ਏਕੜ ਜ਼ਮੀਨ ਲੈ ਕੇ ਇੰਜੀਨੀਅਰਿੰਗ ਕਾਲਜ ਕਰ ਲਿਆ, ਹਰੇਕ ਬੱਚੇ ਤੋਂ 5-8 ਲੱਖ, ਹੁਣ 10 ਲੱਖ ਤੱਕ ਫੀਸ ਹੋ ਗਈ ਹੈ। ਹਰ ਸਾਲ ਪੰਜਾਬ 40,000 ਇੰਜੀਨੀਅਰ ਪ੍ਰੋਡਿਊਸ ਕਰਦਾ। ਹਾਂਜੀ। ਹੁਣ 40,000 ਇੰਜੀਨੀਅਰ ਪ੍ਰੋਡਿਊਸ ਕਰਕੇ ਉਹਨਾਂ ਨੂੰ ਜਿਹੜੇ ਜੋਬ ਮਿਲਦੇ ਆ, ਕਿਉਂਕਿ ਇੱਕ ਹੈਗੇ ਇੰਜੀਨੀਅਰ ਪ੍ਰੋਡਿਊਸ ਕਰਨੇ, ਦੂਸਰੇ ਇੰਪਲਾਇਬਲ ਇੰਜੀਨੀਅਰ ਹੋਣੇ ਚਾਹੀਦੇ। ਹਾਂਜੀ।
ਉਹ ਇੰਪਲਾਈਬਲ ਇੰਜੀਨੀਅਰ ਉਹਨਾਂ 'ਚ 5,000 ਵੀ ਨਹੀਂ ਨਿਕਲਦੇ ਔਰ ਬਾਕੀਆਂ ਨੂੰ ਜੋਬ ਦਿੰਦੇ ਆ 4,000 5,000 ਜਾਂ 10,000 ਉਹ ਡਿਸਗ੍ਰੰਟਲ ਹੋ ਜਾਂਦੇ ਆ। ਡਿਗਰੀ ਉਹਨਾਂ ਕੋਲ ਇੰਜੀਨੀਅਰਿੰਗ ਦੀ ਹੈ, ਆਪਣੇ ਆਪ ਨੂੰ ਚਾਹੁੰਦੇ ਉਹ ਇੰਜੀਨੀਅਰ ਕਹਾਉਣਾ, ਪਰ ਉਹ 10,000 'ਤੇ ਨੌਕਰੀ ਨਹੀਂ ਕਰਦੇ, ਡਰੱਗ 'ਤੇ ਜਾਣਗੇ ਤਾਂ ਕਿੱਧਰ ਜਾਣਗੇ। ਇਹ ਪੂਰਾ ਸਿਸਟਮ ਢਾਂਚਾ ਉੱਥੇ ਦਾ ਖਰਾਬ ਹੋਇਆ, ਉਹ ਚੀਜ਼ ਇੱਥੇ ਨਾ ਆ ਜਾਏ ਅਸੀਂ ਉਹਦਾ ਡਰ ਸਾਨੂੰ ਬਿਲਕੁਲ। ਜਿਹਦੇ ਬਾਰੇ ਮੈਂ ਸਮਝਾਂਗਾ, ਲੋਕ ਜਿੰਨੇ ਵੱਧ ਤੋਂ ਵੱਧ ਬ੍ਰਿਗੇਡੀਅਰ ਸਾਹਿਬ ਜੀ ਜਾਗਰੂਕ ਹੋਣਗੇ ਨਾ, ਅਵੇਅਰ ਹੋਣਗੇ, ਅਤੇ ਭਈ ਉਹ ਮਹਿਸੂਸ ਕਰਨ ਇਸ ਬਿਜ਼ਨਸ ਦੀਆਂ ਬਰੀਕੀਆਂ ਨੂੰ ਵੀ, ਅਤੇ ਮਹਿਸੂਸ ਕਰਨ ਵੀ ਇਸ ਤਰੀਕੇ ਦੇ ਨਾਲ ਜੇ ਤੁਸੀਂ ਪੰਜਾਬ ਦੇ ਵਿੱਚ ਚੱਲ ਕੇ ਜਨਰੇਸ਼ਨਸ ਦਾ ਕੁਝ ਨਹੀਂ ਸਵਾਰ ਸਕੇ, ਅਤੇ ਨੈਚੁਰਲੀ ਆ ਵੀ ਇੱਥੇ ਜੇ ਅਪਰਚੁਨਿਟੀਜ਼ ਹੈਗੀਆਂ, ਚੰਗੇ ਭਲਾ ਸਕੂਲ ਸਿਸਟਮ ਹੈਗਾ, ਉਹਦਾ ਜੇ ਲਾਭ ਉਠਾਉਣ ਦੀ ਬਜਾਏ ਫਿਰ ਤੁਸੀਂ ਇਹ, ਹੁਣ ਕਈ ਪੇਰੈਂਟਸ ਸਾਨੂੰ ਜਦੋਂ ਫੋਨ ਕਰਦੇ ਆ ਨਾ, ਉਹ ਕਹਿੰਦੇ ਆ ਜੀ ਵੀ ਜਦੋਂ ਸਕੂਲੋਂ ਆਉਂਦੇ ਨਾ ਬੱਚੇ, ਅਤੇ ਫਿਰ ਸਾਡੇ ਕੋਲੋਂ ਨਹੀਂ ਉਹਨਾਂ ਦੇ ਨਾਲ ਕੁਛ ਵੀ ਟਾਈਮ ਹੁੰਦਾ, ਅਤੇ ਅਸੀਂ ਉਹਨਾਂ ਨੂੰ ਭੇਜ ਦਿੰਦੇ ਟਿਊਸ਼ਨ, ਰੋਟੀ ਖਾਓ ਅਤੇ ਟਿਊਸ਼ਨ ਚੱਲੋ, ਹੈ ਨਾ। ਸੋ ਇਹ ਜਿਹੜਾ ਐਟੀਚਿਊਡ ਹੈ, ਹੁਣ ਅਸੀਂ ਤੁਸੀਂ ਸਕੂਲਾਂ ਕਾਲਜਾਂ 'ਚ ਪੜ੍ਹੇ ਹਾਂ, ਮੈਂ ਤਾਂ ਆਪਣੇ ਜੀਵਨ 'ਚ ਅੱਜ ਤੱਕ ਕਦੀ ਕੋਈ ਟਿਊਸ਼ਨ ਨਹੀਂ ਪੜ੍ਹੀ ਜੀ, ਕੋਈ ਟਿਊਸ਼ਨ ਨਹੀਂ ਪੜ੍ਹੀ। ਜਿੰਨਾ ਸਕੂਲ ਕਾਲਜ ਦੇ ਵਿੱਚ ਇੱਕ ਵਾਰੀ ਪੜ੍ਹਾ ਦਿੱਤਾ, ਘਰ ਆ ਕੇ ਰਿਵਿਊ ਕਰ ਲਿਆ, ਇੰਨਾ ਹੀ ਕਾਫੀ ਹੈ। ਹਾਂਜੀ, ਇਕੱਲੀ ਐਜੂਕੇਸ਼ਨ ਹੀ ਬੱਚੇ ਨੂੰ ਸਫਲ ਨਹੀਂ ਕੀ ਬਣਾਉਂਦੀ, ਹਾਂਜੀ ਕਿਤਾਬ ਹੋਰ ਵੀ ਐਕਟੀਵਿਟੀ ਜਿਹੜੀਆਂ ਉਹ ਪੈਰਲਲ ਹੋਣੀਆਂ ਚਾਹੀਦੀਆਂ, ਬਹੁਤ ਜ਼ਰੂਰੀ ਹੈ। ਹਾਂਜੀ ਸੁਰਸਾਗਰ, ਸਟੂਡੀਓ ਤਮਾਮ ਵਿੱਚ ਹੈ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਇਸ ਵਿੱਚ ਕੋਈ ਸ਼ੱਕ ਨਹੀਂ, ਮੇਰੇ ਆਪਦੇ ਪੋਤੇ ਜੋ ਹੈ ਨਾ ਜੀ, ਇਹ ਸਾਰੇ ਦੇ ਸਾਰੇ ਪਬਲਿਕ ਸਕੂਲ ਜਾਂ ਸਰਕਾਰੀ ਸਕੂਲਾਂ 'ਚ ਪੜ੍ਹੇ ਹੈਗੇ ਆ। ਇੱਕ ਮੇਰਾ ਪੋਤਾ ਇਸ ਵੇਲੇ 92% ਨੰਬਰ ਲੈ ਕੇ ਰਾਏਫਲ ਯੂਨੀਵਰਸਿਟੀ ਜਾਂਦਾ ਜੀ, ਬਹੁਤ ਖੂਬ। ਔਰ ਇੱਕ ਵਾਰੀ ਦੋ ਤੀਂ ਬੜੇ ਚੰਗੇ ਨੰਬਰ ਲੈ ਕੇ ਏਅਰਪੋਰਟ ਦੇ ਉੱਤੇ ਕੰਮ ਵੀ ਕਰਤੀ, ਅਜੇ ਵੀ ਪੜ੍ਹੀ ਜਾ ਰਹੀ। ਜਾਣੀ ਤਿੰਨ ਮੇਰੇ ਬੱਚੇ ਜਿਹੜੇ 6 ਪੜ੍ਹੇ ਆ, ਟੋਪ ਦੇ ਨੰਬਰ ਲਏ ਆ। ਹੁਣ ਵੀ ਮੇਰੀ ਇੱਕ ਦੋਤੀ ਪੜ੍ਹ ਰਹੀ ਆ, ਉਹਦੇ 90% ਨੰਬਰ ਆ। 4 ਸਾਲ ਉਹਨੇ ਯੂਨੀਵਰਸਿਟੀ ਦੇ ਵਿੱਚ ਲਾਉਣੇ ਸੀ, ਕੋਈ ਸ਼ੱਕ ਨਹੀਂ। ਜਿਸ ਹਿਸਾਬ ਨਾਲ ਤੁਸੀਂ ਪ੍ਰਚਾਰ ਕਰ ਰਹੇ ਆ, ਇਸ ਹਿਸਾਬ ਨਾਲ ਤਾਂ ਇਹ ਪ੍ਰਾਈਵੇਟ ਸਕੂਲ ਬੰਦ ਹੋ ਜਾਣਗੇ, ਤੁਹਾਡਾ ਆਪਦਾ ਸਕੂਲ ਵੀ ਆ, ਉਹਦੇ 'ਤੇ ਵੀ ਅਸਰ ਪਊਗਾ। ਹਾਂਜੀ ਅਸੀਂ ਬਿਲਕੁਲ, ਤੁਸੀਂ ਠੀਕ ਕਿਹਾ, ਲੇਕਿਨ ਮੈਨੂੰ ਆਪਣੇ ਸਕੂਲ ਦੇ ਨਾਲ ਨਹੀਂ ਗਾ, ਮੈਨੂੰ ਪਬਲਿਕ ਦੇ ਨਾਲ ਆ ਜੀ। ਜਿਹੜੀ ਗੱਲ ਠੀਕ ਹੈ ਉਹ ਅਸੀਂ ਰੇਡੀਓ ਟੀਵੀ ਤੇ ਬੋਲਣ ਲੱਗੇ ਝਿਜਕਾਂਗੇ ਨਹੀਂ, ਚਾਹੇ ਉਹ ਮੇਰੇ ਵਿਰੋਧ ਚ ਕਿਉਂ ਨੀ ਜਾਂਦੀ ਹੋਵੇ ਜੀ, ਮੈਂ ਉਹ ਗੱਲ ਕਰੂੰਗਾ, ਜ਼ਰੂਰ ਕਰੂੰਗਾ ਜੀ। ਓਕੇ, ਸਤਿ ਸ਼੍ਰੀ ਅਕਾਲ ਜੀ। 416-741-9600 ਜਾਂ 416-640-0200 ਟੈਲੀਫੋਨ ਨੰਬਰ ਹੈ ਸੁਰਸਾਗਰ ਦਾ। ਸੁਰਸਾਗਰ, ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਭਾਅ ਜੀ, ਜਿੱਦਾਂ ਇਹ ਆਪਣੇ ਜੋਲ ਸਾਹਿਬ ਕਹਿ ਰਹੇ ਆ, ਇਹ ਗੱਲ ਸਹੀ ਆ। ਹੁਣ ਆਮ ਜਿਹੜੇ ਬੰਦਾ ਉਹਦੀ ਤੇ ਇੰਨੀ ਕਈ ਵਾਰ ਪਹੁੰਚ ਹੀ ਨਹੀਂ ਇੱਥੇ ਹੈਗੀ ਕਿ ਉਹ ਮਤਲਬ 20-30 ਜਾਂ 40 ਹਜ਼ਾਰ ਰੁਪਈਆ, ਜੇ ਕੋਈ ਬੰਦਾ ਚੰਗੀ ਜੋਬ ਵੀ ਇੱਥੇ 50,000 ਹੁਣ 50-60 ਦਿੰਦੀ ਆ, ਉਹਦੇ ਚੋਂ 30-40 ਹਜ਼ਾਰ ਕੱਢਣਾ ਬਹੁਤ ਮੁਸ਼ਕਿਲ ਹੈ। ਮੈਂ ਮਤਲਬ ਬ੍ਰਿਗੇਡੀਅਰ ਸਾਹਿਬ ਵੀ ਮੇਰੇ ਖਿਆਲ ਸਹਿਮਤ ਹੋਣਗੇ, ਜਿਹੜੇ ਇੱਥੇ ਜੇ ਬੱਚੇ ਨੇ ਪੜ੍ਹਨਾ ਨਾ, ਤੁਸੀਂ ਟਾਈਮ ਦਿਓ। ਬਹੁਤ ਬੱਚੇ ਪੜ੍ਹ ਜਾਂਦੇ ਨੇ, ਸਾਡੀ ਆਪਣੀ ਫੈਮਿਲੀ ਚੋਂ ਕਈ ਬੱਚੇ ਲਾਏ ਉਹਨਾਂ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਇੱਥੇ, ਮਤਲਬ ਤੇ ਉਹ ਕੁਛ ਵੀ ਨਹੀਂ, ਕਿਧਰੇ ਵੀ ਨਹੀਂ ਲੱਗ ਸਕੇ ਹੈਗੇ। ਤੇ ਜਿਨ੍ਹਾਂ ਨੇ ਪੜ੍ਹਨਾ ਆ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਬੱਚਿਆਂ ਨੇ ਕਈ ਰੈਕਸਡੇਲ ਸਾਡੇ ਸੀਗੇ ਰੈਲੇਟਿਵ ਕਿ ਇੱਥੇ ਜਾਂ ਜਿੱਥੇ ਵੀ ਕੋਈ ਮਿਸਾਗਾ ਸੀ, ਅਸੀਂ ਬ੍ਰੈਂਪਟਨ ਸੀਗੇ। ਜਿਨ੍ਹਾਂ ਬੱਚਿਆਂ ਨੂੰ ਆਪਾਂ ਥੋੜ੍ਹਾ ਜਿਹਾ ਨਾਲ ਪਿਆਰ ਨਾਲ ਨਾਲ ਮੋਟੀਵੇਸ਼ਨ ਦੇ ਕੇ ਚਲਾਉਂਦੇ ਹਾਂ, ਉਹ ਪੜ੍ਹ ਵੀ ਜਾਂਦੇ ਨੇ। ਮੇਰੇ ਆਪਦੇ ਬੱਚੇ ਦੋ ਜੀ ਹਾਈਲੀ ਕੁਆਲੀਫਾਈਡ ਬਣ ਗਏ, ਅਤੇ ਅਸੀਂ ਕੋਈ ਇਹ ਨਹੀਂ ਬਸ ਪਿਆਰ ਦਿੱਤਾ ਉਹਨਾਂ ਨੂੰ, ਮਤਲਬ ਨਾਲ ਇਹ ਹੈ ਕਿ ਉਹਨਾਂ ਨਾਲ ਗੱਲਬਾਤ ਕਰ ਲਈ, ਉਹਨਾਂ ਦੀਆਂ ਜਿਹੜੀਆਂ ਬੇਸਿਕ ਲੋੜਾਂ ਨੇ
ਜਿਵੇਂ ਕਦੇ ਉਹ ਕਰਨਾ। ਦੂਜੀ ਗੱਲ ਜੋ ਇਹਨਾਂ ਨੇ ਜੌਲ ਸਾਹਿਬ ਨੇ ਕਹੀ ਹੈ, ਸਾਨੂੰ ਬਹੁਤ ਹੁੰਦਾ ਸੀ, ਅਸੀਂ ਪੁੱਛਣਾ ਵੀ ਕਈਆਂ ਤੋਂ ਕਿਉਂਕਿ ਨਵੇਂ ਪਤਾ ਨਹੀਂ ਹੁੰਦਾ ਇਨਫੋਰਮੇਸ਼ਨ ਦਾ ਕਿ ਜੀ ਉਹਨਾਂ ਨੇ ਕਹਿਣਾ ਤੁਸੀਂ ਟਿਊਸ਼ਨ ਕਿਉਂ ਨਹੀਂ ਰੱਖਦੇ। ਬੱਚਿਆਂ ਨੂੰ ਅਸੀਂ ਪੁੱਛਿਆ, ਬੱਚਿਆਂ ਨੇ ਕਿਹਾ ਵੀ ਨਹੀਂ ਸਾਨੂੰ ਇੱਦਾਂ ਡੇਲੀ ਟਿਊਸ਼ਨ ਨਾਲ ਸਖਤ ਨੁਕਸਾਨ ਹੈ, ਜੇ ਕਦੇ ਲੋੜ ਪਏਗੀ ਤੇ ਅਸੀਂ ਤੁਹਾਨੂੰ ਦੱਸਾਂਗੇ ਵੀ ਇੱਕ ਦਿਨ ਦੋ ਦਿਨ। ਫਿਰ ਅਸੀਂ ਇੱਦਾਂ ਦਾ ਟੀਚਰ ਲੱਭਿਆ ਵੀ ਕਦੇ ਸਾਨੂੰ ਚਾਹੇ ਮਹੀਨੇ 'ਚ ਵੀ ਲੋੜ ਆ, ਜਿੰਨੇ ਪੈਸੇ ਲੈਣੇ ਹੋਣਗੇ ਲੈ ਲਈ, ਪਰ ਉੱਦਣ ਲੋੜ ਆ, ਜਿੱਦਣ ਲੋੜ ਆ ਉੱਦਣ ਤੇਰੇ ਕੋਲ ਅਸੀਂ ਆਵਾਂਗੇ। ਇੱਕ ਕੋਈ ਇੱਦਾਂ ਇੰਗਲਿਸ਼ ਵਾਸਤੇ ਸੀ, ਫਿਰ ਕਿਸੇ ਨੂੰ ਮੈਥ ਵਾਸਤੇ, ਉਹ ਇੱਕ ਦੋ ਵੀਕਾਂ ਵਾਸਤੇ ਲੋੜ ਪਈ, ਦੋ ਵੀਕਾਂ ਹੀ ਉਹ ਕੁੜੀ ਨੇ ਮਤਲਬ ਪੜ੍ਹਾ ਦਿੱਤਾ ਤੇ ਬਸ ਸੈੱਟ। ਇਹ ਕੋਈ ਇੱਦਾਂ ਦੀ ਗੱਲ ਨਹੀਂ ਹੈ ਕਿ ਬੱਚਾ ਜੇ ਉਹਦੀ ਬੱਚੇ ਦੀ ਪਲੱਸ ਪੇਰੈਂਟਸ ਦੀ ਜਿਹੜੀ ਐਫਰਟ ਹੈ ਉਹਨੇ ਟੋਟਲ ਰੰਗ ਲਿਆਉਣਾ ਹੁੰਦਾ ਤੇ ਤੁਸੀਂ ਤੁਹਾਡਾ ਆਪਦਾ ਤੇ ਤੁਸੀਂ ਦੇਖਦੇ ਰਹੋ, ਸਕੂਲ ਜਾਂਦੇ ਰਹੋ ਇਹਦੇ ਨਾਲ। ਫਿਰ ਚਾਹੇ ਤੁਸੀਂ ਮਤਲਬ ਹੁਣ ਹਰ ਇੱਕ ਬੰਦਾ ਇੱਥੇ ਚਾਹੁੰਦਾ। ਇੱਕ ਦੂਜੀ ਗੱਲ ਮੈਂ ਤੁਹਾਡੀ ਇਹਦੇ ਨਾਲ ਵੀ ਜਿਹੜੀ ਤੁਸੀਂ ਕਹੀ ਸੀ ਕਿ ਹੁਣ ਮੇਰੇ ਦੋ ਹੀ ਬੱਚੇ ਨੇ ਤੇ ਦੋ ਹੀ ਡਾਕਟਰ ਨੇ ਇੱਥੇ ਦੇ, ਪਰ ਉਹ ਮੈਂ ਇਹ ਦੱਸ ਦੇਖਦਾ ਕਿ ਉਹ ਬੱਚੇ ਹੁਣ ਕਹਿੰਦੇ ਨੇ ਕਿ ਇਹ ਇਹ ਬਹੁਤਾ ਵਧੀਆ ਫੀਲਡ ਨਹੀਂ ਹੈਗਾ। ਜਿਵੇਂ ਅਸੀਂ ਲੋਕਾਂ ਨੂੰ ਟੈਂਪਟੇਸ਼ਨ ਹੁੰਦੀ ਸੀ ਨਾ ਇੰਜੀਨੀਅਰ, ਵਕੀਲ, ਡਾਕਟਰ, ਜਿਵੇਂ ਤੁਸੀਂ ਕਿਹਾ ਪੰਨੂ ਸਾਹਿਬ ਕਿ ਹੋਰ ਬੜੇ ਹੈਗੇ ਨੇ, ਈਵਨ ਅਕਾਊਂਟਿੰਗ ਹੈਗੀ ਹੈ, ਬਹੁਤ ਆਈ ਟੀ ਦੇ ਕਈ ਫੀਲਡ ਨੇ ਜਿਹਨਾਂ 'ਚ ਬਹੁਤ ਘੱਟ ਮਿਹਨਤ ਨਾਲ ਬਹੁਤ ਉਹਦਾ ਫਲ ਕੱਟਣ ਨੂੰ ਬਹੁਤ ਜ਼ਿਆਦਾ ਆ ਉਹਦੇ ਉੱਤੋਂ। ਇਹਦੇ ਤੋਂ ਝਾੜਨ ਝੂੜਨ ਨੂੰ ਕੁਛ ਨਹੀਂ ਹੈਗਾ, ਲੋਕਾਂ ਨੂੰ ਹੁੰਦਾ ਪਤਾ ਨਹੀਂ ਇੰਡੀਆ ਵਾਲਾ ਕੰਮ ਹੈ, ਫੱਟਾ ਲਾ ਕੇ ਤੇ ਲੁੱਟੀ ਜਾਣਾ ਲੋਕ। ਵੈਸੇ ਆਪਾਂ ਇੰਡੀਆ ਵਾਲੀ ਸੋਚ ਜਦੋਂ ਇੱਥੇ ਲਿਆਣ ਕੇ ਲਾਗੂ ਕਰਦੇ ਹਾਂ ਤਾਂ ਅਸੀਂ ਕਿਸੇ ਵੇਲੇ ਸਫਲ ਨਹੀਂ ਹੁੰਦੇ, ਬੱਚਿਆਂ ਨੂੰ ਪੜ੍ਹਾ ਲੈਂਦੇ ਆ। ਉਹਨਾਂ ਨੂੰ ਕਿਹਾ ਨਹੀਂ ਸੀ ਕਿ ਤੁਸੀਂ ਇਹ ਕਰੋ, ਪਰ ਉਹਨਾਂ ਮਤਲਬ ਉਦਾਂ ਪੁੱਛ ਲਿਆ ਮਨ 'ਚ ਇੱਛਾ ਜੀ, ਜਿਵੇਂ ਇੰਡੀਆ 'ਚ ਹੁੰਦੀ ਸੀ। ਅਸੀਂ ਵੀ ਜਦੋਂ ਇੰਜੀਨੀਅਰਿੰਗ ਕਾਲਜ ਵੱਲ ਗਏ, ਹਾਲਾਂਕਿ ਉੱਥੇ ਦਾਖਲਾ ਨਹੀਂ ਮਿਲ ਸਕਿਆ ਇੰਜੀਨੀਅਰਿੰਗ ਕਿਉਂਕਿ ਮਾਰਕਸ ਘੱਟ ਗਏ ਸੀ, ਜਿਵੇਂ ਬ੍ਰਿਗੇਡੀਅਰ ਸਾਹਿਬ ਨੇ ਕਿਹਾ, ਉਦੋਂ ਤਿੰਨ ਹੀ ਹੁੰਦੇ ਸੀ ਕਿ ਜੀ ਐਨ ਈ ਹੁੰਦਾ ਸੀ, ਇੱਕ ਥਾਪਰ ਕਾਲਜ ਪਟਿਆਲੇ ਸੀ, ਇੱਕ ਅੰਮ੍ਰਿਤਸਰ ਸੀ, ਉਦੋਂ ਤਿੰਨ ਕੁ ਕਾਲਜ ਹੀ ਸੀਗੇ ਸਾਰੇ ਪੰਜਾਬ ਦੇ ਵਿੱਚ। ਉਦੋਂ ਔਖਾ ਸੀ ਬਹੁਤ ਦਾਖਲਾ ਮਿਲਣਾ। ਥੈਂਕ ਯੂ ਜੀ ਵੀਰ ਜੀ, ਥੋੜਾ ਜਿਹਾ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਜਿਸ ਤਰ੍ਹਾਂ ਇੱਥੇ ਜੇਕਰ ਮੈਂ ਆਪਣੀ ਬੇਟੀ ਨੂੰ ਜਿਹੜੀ ਵਕੀਲ ਆ ਉਹਨੂੰ ਪੁੱਛਿਆ, ਮੈਂ ਕਿਹਾ ਤੂੰ ਡਾਕਟਰ ਬਣਨਾ ਚਾਹੁੰਦੀ ਜਾਂ ਕੀ, ਕਹਿੰਦੀ ਜੇ ਡਾਕਟਰ ਬਣ ਗਈ ਸਾਰੀ ਉਮਰ ਮੈਨੂੰ ਖੁਦ ਹੀ ਕੰਮ ਕਰਨਾ ਪੈਣਾ। ਬਿਲਕੁਲ ਠੀਕ ਹੈ ਜੀ, ਜੇ ਤੁਸੀਂ ਬਿਜ਼ਨਸ ਕੋਈ ਕਰਦੇ ਹੋ ਤੁਸੀਂ ਹਾਇਰ ਕਰਕੇ ਵੀ ਕੰਮ ਕਰਵਾ ਸਕਦੇ ਹੋ। ਸੋ ਕਿਸੇ ਵੇਲੇ ਆਪਣੇ ਉਹ ਦਿਮਾਗ ਦੇ ਵਿੱਚ ਜਿਹੜਾ ਸਕਰੂ ਆ ਨਾ ਜੀ, ਅਸੀਂ ਸਮਝਦੇ ਹਾਂ ਭਈ ਇਹ ਜੇ ਜੀ ਸਾਡਾ ਬੱਚਾ ਡਾਕਟਰ ਜਾਂ ਵਕੀਲ ਜਾਂ ਅਕਾਊਂਟੈਂਟ ਜਾਂ ਇਹੋ ਜਿਹਾ ਨਾ ਬਣਿਆ ਤਾਂ ਉਹ ਜੀ ਸਫਲ ਹੀ ਨਹੀਂ ਗਾ। ਸੋ ਕਿਸੇ ਵੇਲੇ ਇਹ ਇਹ ਜਿਹੜੀਆਂ ਅਸੀਂ ਉੱਥੋਂ ਵਾਲੀਆਂ ਚੀਜ਼ਾਂ ਇੱਥੇ ਲੈ ਆਉਂਦੀਆਂ ਔਰ ਉਹ ਬਹੁਤ ਖਤਰਨਾਕ ਸਿੱਧ ਹੋਣਗੀਆਂ। ਅਤੇ ਨਾਲ ਦੀ ਨਾਲ ਇੱਥੇ ਟਿਊਸ਼ਨ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ, ਇੱਥੇ ਸਕੂਲਾਂ ਦੇ ਵਿੱਚ ਟਿਊਸ਼ਨ ਵਾਂਗੂ ਜੇਕਰ ਉਹ ਵੀਕ ਹੁੰਦਾ ਬੱਚਾ ਨਾ ਜੀ ਉਹਨੂੰ ਪੜ੍ਹਾ ਦਿੰਦੇ ਆ। ਹਾਂ, ਇੱਥੇ ਕਿੰਨੇ ਆਪਣੇ ਕੋਲ ਟੀਚਰ ਆਉਂਦੇ ਆ, ਉਹ ਕਹਿੰਦੇ ਜੀ ਜਿਹੜੇ ਬੱਚੇ ਨੂੰ ਲੋੜ ਆ ਸਾਨੂੰ ਦੱਸੇ। ਹਾਂਜੀ, ਅਸੀਂ ਕਹਿੰਦੇ ਵੀ ਜਿੰਨੀ ਵਾਰੀ ਮਰਜ਼ੀ ਪੁੱਛੋ। ਹਾਂਜੀ, ਟਿਊਸ਼ਨ ਦਾ ਵਕਤ ਇਹ ਪਤਾ ਨਹੀਂ ਪੇਰੈਂਟਸ ਨੇ ਕਿਉਂ ਸਹੇੜਿਆ ਹੋਇਆ। ਹਾਂਜੀ, ਲੋੜ ਨਹੀਂ ਜੀ ਐਜੂਕੇਸ਼ਨ ਸਿਸਟਮ ਤੇ। ਲਓ ਜੀ, ਨੈਕਸਟ ਕਾਲ ਤੇ ਚੱਲਦੇ ਹਾਂ। ਸੁਰ ਸਾਗਰ। ਹਾਂਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਤੇ ਜੋ ਸਾਹਿਬ ਸਤਪਾਲ ਜੀ, ਇਹ ਬੜਾ ਅੱਛਾ ਵਿਸ਼ਾ ਤੁਸੀਂ ਲਿਆਂਦਾ। ਪਰ ਇਹ ਗੱਲ ਆ ਕਿ ਜਿਹੜਾ ਤੁਸੀਂ ਕਹਿੰਦੇ ਆ ਨਾ ਵੀ ਰੈਬਿਟ ਇੱਥੇ ਪਹਿਲਾਂ ਪਹਿਲੇ ਬੰਦੇ ਕਹਿ ਗਏ ਆ ਤੇ ਫੋਰ ਦੇ ਕਾਰਨ ਬਹੁਤ ਮੁਸ਼ਕਲ ਆ, ਤੇ ਸਾਨੂੰ ਪਤਾ ਆ ਮੇਰਾ ਮੁੰਡਾ ਇੰਗਲੈਂਡ ਦਾ ਸੀ, ਉਹਨੇ ਉੱਥੇ ਸਕਾਲਰਸ਼ਿਪ ਲਿਆ, ਬੜਾ ਹਾਰਡ ਵਰਕ ਕਰ, ਉਹਨੂੰ ਉਠਾਲਣਾ ਪੈਂਦਾ ਸੀ ਕਿ ਤੂੰ ਉੱਠ ਆਪਣਾ ਖਾਣਾ ਖਾ ਲਾ। ਹੁਣ ਕਹਿੰਦਾ ਪਹਿਲਾਂ ਮੈਂ ਆਪਣਾ ਕੰਮ ਕਰਨਾ ਛੋਟੇ ਹੁੰਦੇ ਨੇ, ਕਿਉਂਕਿ ਮੇਰੇ ਘਰ ਵਾਲਾ ਚਾਲੂ ਸਿੰਘ ਸਰਦਾਰ ਜੀ ਆਪ ਪੜ੍ਹਦੇ ਲਿਖਦੇ ਸੀ, ਨਾਲੇ ਪੜ੍ਹਦੇ ਨਾਲੇ ਕੰਮ ਕਰਦੇ, ਤੇ ਉਹਨੂੰ ਆਦਤ ਪੈ ਗਈ ਬਹੁਤ ਜ਼ਿਆਦਾ। ਬੇਟੀ ਥੋੜੀ ਜਿਹੀ ਹੁਸ਼ਿਆਰ ਸੀ, ਉਹ ਟਾਈਮ ਥੋੜਾ ਦਿੰਦੀ ਸੀ, ਤੇ ਉਹਨਾਂ ਨੂੰ ਅਸੀਂ ਫਿਰ ਉੱਥੇ, ਮੇਰਾ ਬੇਟਾ ਕਹਿੰਦਾ ਮੰਮੀ ਅਸੀਂ ਮੈਥ ਚਲੇ ਗਏ ਸਕਾਲਰਸ਼ਿਪ ਲੈ ਕੇ ਅੱਛੇ ਸਕੂਲ 'ਚ, ਇਹਨੇ ਉੱਦਾਂ ਰਹਿਣਾ ਲਾਈ ਲੱਗ ਜੇ, ਇਹਨੂੰ ਉੱਥੇ ਪਾਇਆ
ਪ੍ਰਾਈਵੇਟ ਸਕੂਲ ਇੰਗਲੈਂਡ ਚ ਫਿਰ ਕਹਿੰਦੀ ਮੈਂ ਸਿੱਖਣਾ ਹੈਗਾ ਕਥਾਕਲੀ ਡਾਂਸ ਕੇ ਉਹ ਕਹਿੰਦੇ ਪੰਜ ਤੋਂ ਪੌਂਡ ਮੈਂ ਇੱਥੇ ਦੇਵਾਂ ਪੰਜ ਇੱਥੇ ਦੇਵਾਂ ਅਸੀਂ ਨਹੀਂ ਕਰ ਸਕਦੇ ਕਥਾਕਲੀ ਡਾਂਸ ਕੁੜੀ ਨੂੰ ਫਿਰ ਜਦ ਇੱਥੇ ਆਇਆ ਇੱਕ ਗ੍ਰੇਡ ਅੱਗੇ ਚੱਲ ਗਈ ਤੇ ਉੱਥੋਂ ਬੇਟਾ ਤਾਂ ਮੇਰਾ ਸਕਾਲਰਸ਼ਿਪ ਲੈ ਕੇ ਆ ਗਿਆ ਇੱਥੇ ਅਰੋੜਾ ਦੇ ਵਿੱਚ ਸਟੈਂਡਰਡ ਨੂੰ ਕਾਲਜ ਤੇ ਸਾਨੂੰ ਪਤਾ ਕਿੰਨਾ ਮੈਨੂੰ ਹਰੇਕ ਹਫ਼ਤੇ ਸੰਡੇ ਸੈਟਰਡੇ ਅਸੀਂ ਹੁਣ ਦੇਖਣ ਜਾਣਾ ਤੁਹਾਨੂੰ ਵਾਧੂ ਚੀਜ਼ ਦੇ ਕੇ ਆਈਏ ਸੂਟ ਐਂਡ ਚਾਰਜ ਉਹ ਜਿਹੜਾ ਵੋਟ ਕਰਨਾ ਇੰਨਾ ਔਖਾ ਹੈ ਜੇ ਅਜੇ ਫੀਸ ਦੇਣੀ ਤਾਂ ਬਿਲਕੁਲ ਰਹਿ ਗਏ ਫੀਸ ਤਾਂ ਦੇਣੀ ਨਹੀਂ ਸੀ ਕਹਿੰਦੀ ਤੇ ਉਹ ਤਾਂ ਉਹ ਗਵਰਨਮੈਂਟ ਉਹਦੇ ਸਕਾਲਰਸ਼ਿਪ ਲਈ ਸੀ ਸੋ ਇੱਥੇ ਜਿਹੜਾ ਹੁਣ ਮੇਰੇ ਬੇਟਾ ਕਹਿੰਦੇ ਆਪਣੇ ਉਹ ਲੋਇਰ ਹੈਗਾ ਤੁਹਾਨੂੰ ਪਤਾ ਹੀ ਪੰਜਾ ਮੈਂ ਦੱਸਣਾ ਕੀ ਹੈ ਮੇਰੀ ਬੇਟੀ ਆ ਉਹ ਬੜੇ ਅੱਛੇ ਹੁਣ ਮੇਰੀ ਦੋਹਤੀ ਨੇ ਕੰਮ ਵੀ ਕਰਦੀ ਆ ਨਾਲ ਉਹ ਪੜ੍ਹਾਈ ਵੀ ਕਰਦੀ ਹੁਣ ਉਹ ਦੋ ਵਿੱਚ ਚੱਲ ਗਈ ਹੈਗੀ ਸੁਰਸਾਗਰ ਹੈਲੋ ਜੀ ਜੀ ਸਤਿ ਸ੍ਰੀ ਅਕਾਲ ਪੰਨੂ ਸਾਹਿਬ ਜੀ ਸਤਿ ਸ੍ਰੀ ਅਕਾਲ ਮਹਾਰਾਜ ਇਹ ਵਿਸ਼ਾ ਬਹੁਤ ਵਧੀਆ ਤੁਸੀਂ ਚੁਣਿਆ ਜੀ ਤੇ ਮੈਂ ਤੁਹਾਨੂੰ ਆਪਣੀ ਮੈਂ ਖੁਦ ਇੱਕ ਟੀਚਰ ਹੈਗਾ ਜੀ ਤੇ ਮੈਂ ਆਪਣੀ ਤੁਹਾਨੂੰ ਰਾਏ ਦੱਸਣੀ ਚਾਹੁੰਦਾ ਇਹ ਨਹੀਂ ਮੈਂ ਕਹਿੰਦਾ ਮੈਂ ਇੰਪੋਜ਼ ਨਹੀਂ ਕਿਸੇ ਤੇ ਕਰਦਾ ਜੀ ਮੈਂ ਇਹ ਸੋਚ ਰਿਹਾ ਕਿ ਜੋ ਤੁਸੀਂ ਕੀਤਾ ਆਪਣੇ ਬੱਚਿਆਂ ਦੇ ਉਹ ਬੈਸਟ ਕੀਤਾ ਔਰ ਤੁਸੀਂ ਲੱਕੀ ਸੀ ਕਿ ਤੁਸੀਂ ਅਫੋਰਡ ਕਰ ਸਕਦੇ ਸੀ ਬਿਲੀਵ ਮੀ ਔਰ ਨੋਟ ਮੈਂ ਹੁਣ ਮੇਰੇ ਗ੍ਰੈਂਡ ਚਿਲਡਰਨ ਜਿੱਥੇ ਪੜ੍ਹਦੇ ਆ ਉਹ ਬਹੁਤ ਟੋਪ ਦਾ ਸਕੂਲ ਆ ਮੈਂ ਉੱਥੇ ਜਾਂਦਾ ਔਰ ਮੈਨੂੰ ਇੰਟੈਂਸਿਵਲੀ ਪਤਾ ਹੈ ਕਿ ਜਿਹੜੇ ਸਕੂਲਾਂ ਦਾ ਫਰਕ ਬਹੁਤ ਵੱਡਾ ਬਿਲੀਵ ਮੀ ਔਰ ਨੋਟ ਉੱਥੇ ਜਾ ਕੇ ਦੇਖਾ ਮੈਂ ਟੀਚਰਾਂ ਦੇ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਉਹ ਬੱਚੇ ਇੱਕ ਦੂਜੇ ਕਿੱਦਾਂ ਇੰਟਰੈਕਟ ਕਰਦੇ ਆ ਔਰ ਕਿੰਨਾ ਉਹ ਆਪਸ ਵਿੱਚ ਹਰ ਚੀਜ਼ ਦਾ ਬਹੁਤ ਸਿਸਟਮੈਟਿਕਲੀ ਯਾਨੀ ਸਿਸਟਮ ਚੱਲਦਾ ਔਰ ਮੈਂ ਇੰਡੀਆ ਦੇ ਚਲੋ ਕਦੇ ਦੇਖਿਆ ਨਹੀਂ ਲੇਕਿਨ ਇੱਥੇ ਮੈਂ ਕੰਪੈਰੀਟਿਵਲੀ ਮੇਰੇ ਦੋ ਬੱਚੇ ਪ੍ਰਾਈਵੇਟ ਵੀ ਆਪਣੇ ਸਧਾਰਨ ਸਕੂਲ 'ਚ ਵੀ ਪੜ੍ਹਦੇ ਆ ਇਹ ਫਰਕ ਹੈਗਾ ਜ਼ਰੂਰ ਪਰ ਜੇ ਤਾਂ ਤੁਸੀਂ ਅਫੋਰਡ ਕਰ ਸਕਦੇ ਹੋ ਭਾਜੀ ਤਾਂ ਜ਼ਰੂਰ ਕਰੋ ਜੇ ਨਹੀਂ ਕਰ ਸਕਦੇ ਤਾਂ ਮੈਂ ਇਹਦਾ ਇਹ ਸੁਜੈਸ਼ਨ ਤੁਹਾਨੂੰ ਹੱਲ ਦਿੰਦਾ ਤਾਂ ਤੁਸੀਂ ਇੱਦਾਂ ਕਰੋ ਕਿ ਹਮੇਸ਼ਾ ਹੀ ਤੁਸੀਂ 6 ਮਹੀਨੇ ਜ਼ਰੂਰ ਟਿਊਸ਼ਨ ਰੱਖ ਦਿਓ ਬੱਚਿਆਂ ਨੂੰ ਔਰ ਉਹਨਾਂ ਨੂੰ ਹਫ਼ਤਾ ਦੋ ਹਫ਼ਤੇ ਮੋਹਰੇ ਰੱਖੋ ਪੜ੍ਹਾਈ ਦੇ ਵਿੱਚ ਉਹ ਤਕਰੀਬਨ ਬਲੀਵ ਮੀ ਉਹ ਵੀ ਬਹੁਤ ਵਧੀਆ ਹੱਲ ਹੈਗਾ ਜੇ ਨਹੀਂ ਅਫੋਰਡ ਕਰ ਸਕਦੇ ਪਰ ਦੂਸਰੀ ਗੱਲ ਇੱਕ ਮੈਂ ਹੋਰ ਕਹਿਣੀ ਚਾਹੁੰਦਾ ਆ ਜਿਹੜੇ ਸਾਡੇ ਪੰਜਾਬੀ ਸਕੂਲ ਆ ਮੈਂ ਖੁਦ ਪੰਜਾਬੀ ਆ ਔਰ ਮੈਂ ਪੰਜਾਬੀ ਬੋਲਦਾ ਮੈਂ ਚਾਹੁੰਦਾ ਇਹਨਾਂ ਤੇ ਬਹੁਤਾ ਜ਼ਿਆਦਾ ਰਿਲਾਈ ਨਾ ਕਰੋ ਉਹਨਾਂ ਨੂੰ ਵੀ ਐਂ ਚੰਗੀ ਤਰ੍ਹਾਂ ਦੇਖ ਕੇ ਉਹਨਾਂ ਦਾ ਸਟੈਂਡਰਡ ਦੇਖ ਕੇ ਫਿਰ ਦਾਖਲਾ ਲਓ ਉੱਥੇ ਥੈਂਕ ਯੂ ਓਕੇ ਥੈਂਕ ਯੂ ਜੀ ਹਾਂਜੀ ਇਹ ਜ਼ਰੂਰ ਮੈਂ ਇੱਥੇ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਜਿਹੜੇ ਆਪਣੀ ਕਮਿਊਨਿਟੀ ਵੱਲੋਂ ਚਲਾਏ ਜਾਂਦੇ ਸਕੂਲ ਹਨ ਉੱਥੇ ਸਿਰਫ ਆਪਣੇ ਹੀ ਬੱਚੇ ਹੁੰਦੇ ਹਨ ਕਿਉਂਕਿ ਮੈਨੂੰ ਲਾਸਟ ਵੀਕ ਇੱਕ ਪੇਰੈਂਟ ਦਾ ਫੋਨ ਆਇਆ ਸੀਗਾ ਉਹ ਕਹਿੰਦੇ ਜੀ ਵੀ ਸਰਕਾਰੀ ਸਕੂਲਾਂ ਦੇ ਬੱਚੇ ਫਰਲ ਕਿਉਂਕਿ ਆਪਣੀ ਕਮਿਊਨਿਟੀ ਦਾ ਇੰਗਲਿਸ਼ ਨਾਲ ਬਹੁਤ ਵੱਡਾ ਲਗਾਓ ਹੈ ਇਹ ਇੰਗਲਿਸ਼ ਨਾਲ ਪੰਜਾਬੀਆਂ ਦਾ ਲਗਾਓ ਦੇਖ ਕੇ ਹੀ ਐਕਸਪਲੋਇਟ ਪੰਜਾਬ ਦੇ ਵਿੱਚ ਇਹ ਐਜੂਕੇਸ਼ਨ ਨੂੰ ਵਪਾਰ ਬਣਾਉਣ ਵਾਲੇ ਲੋਕਾਂ ਨੇ ਕੀਤਾ ਵੀ ਅਸੀਂ ਇੰਗਲਿਸ਼ ਵਧੀਆ ਸਿਖਾਵਾਂਗੇ ਸਾਡੇ ਲੋਕ ਉਹਨਾਂ ਦੇ ਮਗਰ ਲੱਗ ਗਏ ਸਰਕਾਰੀ ਸਕੂਲਾਂ ਨੂੰ ਮੁਫ਼ਤ ਦਿਆਂ ਨੂੰ ਛੱਡ ਕੇ ਸੈਂਕੜੇ ਫਿਰ ਹਜ਼ਾਰਾਂ ਰੁਪਏ ਫੀਸ ਭਰ ਕੇ ਬੱਚਿਆਂ ਨੂੰ ਆਈਡੈਂਟੀਫਾਈ ਉਹਨਾਂ ਨੇ ਲੈ ਕੇ ਸਰਕਾਰੀ ਸਕੂਲਾਂ 'ਚੋਂ ਕੱਢ ਕੇ ਉੱਧਰ ਪੜ੍ਹਾਇਆ ਅਤੇ ਜੋ ਅੱਜ ਸਥਿਤੀ ਆਪਣੇ ਸਾਹਮਣੇ ਆ ਸੋ ਉਹ ਪੇਰੈਂਟ ਕਹਿ ਰਿਹਾ ਸੀਗਾ ਫਿਕਰਮੰਦ ਵੀ ਅਸੀਂ ਅੰਗਰੇਜ਼ੀ ਸਕੂਲੇ ਕਹਿ ਲਓ ਵੀ ਪ੍ਰਾਈਵੇਟ ਸਕੂਲੇ ਬੱਚੇ ਜਿਹੜੇ ਲਾਏ ਆ ਇੱਥੇ ਬ੍ਰੈਂਪਟਨ 'ਚ ਹੀ
ਉਹਨਾਂ ਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਜੀ। ਹਾਂਜੀ, ਅਤੇ ਜਿਹੜੇ ਸਰਕਾਰੀ ਸਕੂਲ ਸਾਡੇ ਬੱਚੇ ਪੜ੍ਹਦੇ ਉਹ ਵਧੀਆ ਅੰਗਰੇਜ਼ੀ ਬੋਲਦੇ, ਕਿਉਂਕਿ ਜੋਲ ਸਾਹਿਬ ਇਹ ਆ ਕਿ ਜਿਹੜੇ ਟੀਚਰ ਹੁੰਦੇ ਹਨ ਉਹ ਭਾਰਤ ਤੋਂ ਆਏ ਹੋਏ ਹੀ ਐਵਰੇਜ ਇਹਨਾਂ ਪ੍ਰਾਈਵੇਟ ਸਕੂਲਾਂ 'ਚ ਰੱਖੇ ਜਾਂਦੇ ਹਨ। ਤਦ ਕਹਿੰਦਾ ਵੀ ਵਧੀਆ ਟੀਚਰ 2000 'ਤੇ ਕੰਮ ਕਿਉਂ ਕਰੂਗਾ? ਹਾਂਜੀ, ਜੋ ਵਧੀਆ। ਸੋ ਕਦੀ ਕਦੀ ਮੈਨੂੰ ਵੀ ਉਹਨਾਂ ਦਿਨਾਂ ਦੇ ਵਿੱਚ ਫੋਨ ਆਉਂਦਾ ਸੀਗਾ ਜਦੋਂ ਮੈਂ ਇਨਵੋਲਵ ਸੀ, ਸਾਡਾ ਤੁਸੀਂ ਰੱਖ ਲਿਓ ਜੀ। ਕਿਉਂ ਜੀ? ਕਿਉਂਕਿ ਉਹ ਭਾਰਤ ਤੋਂ ਆਇਆ ਜੀ। ਠੀਕ ਹੈ ਜੀ। ਸੋ ਐਵਰੇਜ ਕੀ ਆ, ਜਿਸ ਤਰ੍ਹਾਂ ਤੁਸੀਂ ਕਿਹਾ 2-2.5 ਹਜ਼ਾਰ ਤਨਖਾਹ ਦੇਣੀ ਹੈ ਅਤੇ ਉੱਥੇ ਫਿਰ ਜਿਹੜਾ ਕੁਆਲੀਫਾਈਡ ਟੀਚਰ ਆ ਉਹ ਕਾਹਦੇ ਲਈ ਲੱਗੂਗਾ ਜੀ? ਨਹੀਂ ਲੱਗੂਗਾ ਜੀ। ਹਾਂਜੀ, ਔਰ ਫਿਰ ਪ੍ਰੋਬਲਮ ਇਹ ਹੁੰਦੀ ਆ ਕਿ ਸਾਡੇ ਪਰਿਵਾਰ ਦੇ ਵਿੱਚ ਅਜਿਹਾ ਹੋਇਆ ਕਿ ਬੱਚੇ ਪ੍ਰਾਈਵੇਟ ਸਕੂਲ 'ਚ ਪੜ੍ਹੇ, ਭਾਰਤੀ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹੇ, ਉਹ ਯੂਨੀਵਰਸਿਟੀ ਜਾ ਹੀ ਨਹੀਂ ਸਕੇ ਕਿਉਂਕਿ ਉੱਥੇ ਜਾ ਕੇ ਸ਼ਾਹੀ, ਉੱਥੇ ਜਾ ਕੇ ਉਹ ਕੰਪੀਟ ਹੀ ਨਹੀਂ ਕਰ ਸਕੇ। ਜੇ ਉਹਨਾਂ ਨੂੰ ਪੁੱਛੋ ਜੀ ਉਹ ਪ੍ਰਾਈਵੇਟ ਸਕੂਲ ਦੇ ਪੜ੍ਹੇ, ਅਤੇ ਜੇਕਰ ਯੂਨੀਵਰਸਿਟੀ ਜਾ ਕੇ ਉਹ ਡਰੋਪ ਆਊਟ ਹੋ ਗਿਆ ਤਾਂ ਤੁਸੀਂ ਇਹ ਸੋਚੋ ਕਿ ਉਹ ਪ੍ਰਾਈਵੇਟ ਸਕੂਲ ਕੀ ਹੋਊਗਾ, ਕਿਉਂਕਿ ਉੱਥੇ ਇੱਕੋ ਨਸਲ ਦੇ ਲੋਕ ਹਨ, ਇੱਕੋ ਨਸਲ ਦੇ ਪੜ੍ਹਾਉਣ ਵਾਲੇ ਹਨ, ਇੱਕੋ ਕੈਟਾਗਰੀ ਦੇ ਬੱਚੇ ਹਨ, ਉਹ ਆਪਸ ਵਿੱਚ ਫਿਰ ਦੂਸਰੀ ਕਮਿਊਨਿਟੀ ਦੇ ਨਾਲ ਇੰਟਰੈਕਟ ਕਰਨ ਦੇ ਵਿੱਚ ਉਹ ਥੋੜ੍ਹੀ ਜਿਹੀ ਮੁਸ਼ਕਲ ਉਹਨਾਂ ਨੂੰ ਪੇਸ਼ ਆਉਂਦੀ ਆ। ਹਾਂਜੀ, ਸੋ ਬਾਲੇ ਮੇਰਾ ਖਿਆਲ ਨਹੀਂ ਜੀ ਵੀ ਸਾਨੂੰ ਤੇਜ਼ ਵਗਣ ਦੀ ਲੋੜ ਹੈ, ਵੀ ਸਾਨੂੰ ਬਹੁਤ ਜ਼ਿਆਦਾ ਪਹਾੜੇ ਇੱਕਦਮ ਆਉਣੇ ਚਾਹੀਦੇ ਆ, ਸਾਨੂੰ ਬਹੁਤ ਜ਼ਿਆਦਾ ਥਿਊਰਮਾਂ ਇੱਕਦਮ ਆਉਣੀਆਂ ਚਾਹੀਦੀਆਂ, ਸਾਨੂੰ ਅਲਜਬਰੇ ਦੇ ਫਾਰਮੂਲੇ ਬਹੁਤ ਪਤਾ ਹੋਣੇ ਚਾਹੀਦੇ ਆ, ਸਲੋ ਐਂਡ ਸਟੱਡੀ, ਇਹ ਐਜੂਕੇਸ਼ਨ ਨੂੰ ਕੋਈ ਵਕਤ ਬਣਾਉਣ ਦੀ ਤਾਂ ਲੋੜ ਹੀ ਨਹੀਂ ਹੈ। ਬ੍ਰਿਗੇਡੀਅਰ ਸਾਹਿਬ, ਜਿਹੜਾ ਸਟਰੀਟ ਸਮਾਰਟ ਬੱਚਾ ਹੁੰਦਾ ਹੈ ਅਤੇ ਦੂਜੇ ਬੰਨੇ ਬਹੁਤ ਜ਼ਿਆਦਾ ਨੰਬਰ ਲੈ ਕੇ ਪਾਸ ਹੋਇਆ ਹੁੰਦਾ ਹੈ, ਉਹਦੇ 'ਤੇ ਤੁਸੀਂ ਥੋੜ੍ਹਾ ਜਿਹਾ? ਮੈਨੂੰ ਤਾਂ ਇੰਨਾ ਯਾਦ ਹੈ ਜੋਲ ਸਾਹਿਬ, ਤੁਹਾਨੂੰ ਵੀ ਹੋਣਾ, ਕਿ ਜਦੋਂ ਅਸੀਂ, ਮੈਂ ਪਿੰਡ ਦੇ ਪ੍ਰਾਇਮਰੀ ਸਕੂਲ ਪੜ੍ਹਿਆ, ਫਿਰ ਸ਼ਿਮਲੇ ਪੜ੍ਹਿਆ, ਫਿਰ ਚੰਡੀਗੜ੍ਹ ਪੜ੍ਹਿਆ, ਤਿੰਨਾਂ ਸਕੂਲਾਂ 'ਚ ਪ੍ਰਾਇਮਰੀ ਹਾਇਰ ਸੈਕੰਡਰੀ, ਉਹ ਜਿਹੜੇ ਉਸ ਵੇਲੇ ਸਾਨੂੰ ਦੇਖਦੇ ਸੀ ਨਾ ਸਾਡੇ ਮੋਨੀਟਰ ਹੈ ਜਾਂ ਫਸਟ ਆਉਂਦੇ ਕਲਾਸ 'ਚ, ਉਹ ਵਿਚਾਰੇ ਕਿਤੇ ਲਾਈਫ 'ਚ ਬਹੁਤ ਪਿੱਛੇ ਰਹਿ ਗਏ। ਜਿਹੜੇ ਮਿਡਲ ਵਾਲੇ ਸੀਗੇ ਬੱਚੇ, ਜਿਹਨਾਂ ਦੀ ਓਵਰਆਲ ਡਿਵੈਲਪਮੈਂਟ ਹੋਈ ਹੈ, ਜਿਵੇਂ ਤੁਸੀਂ ਕਿਹਾ ਵੀ ਬੱਚੇ ਦੀ ਸਿਰਫ ਨੰਬਰ ਨਹੀਂ ਹੈ, ਓਵਰਆਲ ਡਿਵੈਲਪਮੈਂਟ ਹੈ। ਉਹ ਉੱਥੇ ਸਾਡੇ ਆ ਜਿਹੜੇ ਲੋਕਲ ਕਮਿਊਨਿਟੀ ਦੇ ਸਕੂਲ ਵੀ ਸ਼ੁਰੂ ਹੋਏ, ਡਿਊ ਰਿਸਪੈਕਟ ਟੂ ਦੈਮ, ਉਸ ਵੇਲੇ ਜ਼ਰੂਰਤ ਸੀਗੀ ਕਿਉਂਕਿ ਕਮਿਊਨਿਟੀ ਛੋਟੀ ਜਿਹੀ ਸੀ, ਲੋਕ ਚਾਹੁੰਦੇ ਸੀ ਵੀ ਬੱਚੇ ਆਪਣੇ ਸਿੱਖ ਦੇ ਨਾਲ ਜੁੜੇ ਰਹਿਣ, ਪੰਜਾਬੀ ਨਾਲ। ਹੁਣ ਤਾਂ ਕਮਿਊਨਿਟੀ ਐਡੀ ਵੱਡੀ ਹੋ ਗਈ ਹੈ ਅਤੇ ਮੇਰਾ ਖਿਆਲ ਉਹਨਾਂ ਦੀ ਰਿਕੁਆਇਰਮੈਂਟ ਘੱਟ ਗਈ ਹੈ ਸਰਕਾਰੀ ਸਕੂਲਾਂ 'ਚ, ਸਭ ਕੁਛ ਹੈ। ਹਾਂ, ਦੂਸਰਾ ਉਹ ਹੈ ਕਿ ਉਹ ਫਿਰ ਜਦੋਂ ਇੱਕਦਮ ਸਕੂਲ 'ਚੋਂ ਜਿੱਥੇ ਉਹਨਾਂ ਨੇ ਆਪਣੀ ਕਮਿਊਨਿਟੀ ਦੇ ਬੱਚੇ ਦੇਖਣੇ, ਉਹਨਾਂ ਨੂੰ ਮਿਲਣਾ, ਫਿਰ ਯੂਨੀਵਰਸਿਟੀ ਜਾਣਗੇ ਗੋਰਿਆਂ ਦੇ ਬੱਚਿਆਂ ਨਾਲ ਅੱਗੇ ਕੰਮ ਕਰਨਾ, ਹੋਰ ਇਨਵਾਇਰਮੈਂਟ ਨਾਲ ਉਹਨਾਂ ਦਾ ਇਨਵਾਇਰਮੈਂਟ, ਉਹ ਕਿਤੇ ਨਾ ਕਿਤੇ ਜ਼ਰੂਰ ਉਹਨਾਂ 'ਤੇ ਫਰਕ ਪੈਂਦਾ ਹੈਗਾ। ਚਲੋ, ਉਹ ਇਹ ਚੀਜ਼ ਵੀ ਸਾਨੂੰ ਧਿਆਨ 'ਚ ਰੱਖਣੀ ਚਾਹੀਦੀ। ਬਾਕੀ ਦੂਜਾ ਮੈਂ ਇਹ ਸੋਚਦਾ ਕਿ ਜਿੰਨੇ ਕਿ ਇੱਥੇ ਪਬਲਿਕ ਸਕੂਲ ਨੇ, ਮੈਂ 40 ਸਾਲ ਤੋਂ ਇੱਥੇ ਕੈਨੇਡਾ ਆਉਂਦਾ ਰਿਹਾ, ਪਹਿਲਾਂ ਤਾਂ ਸੁਣਦੇ ਸੀ ਜੀ ਬਹੁਤ ਅੱਛੇ ਸਕੂਲ ਨੇ, ਹਰੇਕ ਪੇਰੈਂਟ ਨੇ ਇਹੀ ਕਹਿੰਦਾ ਹੁੰਦਾ ਸੀ ਵੀ ਇੱਥੇ ਦੇ ਸਕੂਲ ਇੰਡੀਆ ਦੇ ਹਿਸਾਬ ਦੇ ਨਾਲ ਕੰਪੈਰੀਜ਼ਨ, ਮੇਰਾ ਖਿਆਲ ਇਸ ਵੇਲੇ ਵੀ ਕੋਈ ਕੰਪੈਰੀਜ਼ਨ ਨਹੀਂ ਹੈ। ਅੱਛਾ, ਹਰ ਕੋਈ ਪੇਰੈਂਟ ਚਾਹੁੰਦਾ ਬੈਟਰ ਹੋ ਜਾਏ। ਇੱਕ ਸਕੂਲ ਦੀ ਬਿਲਡਿੰਗ ਜਿਹੜਾ ਹੈਗਾ ਇੱਥੋਂ ਦੀ, ਮੇਰੇ ਖਿਆਲ 10-15 ਮਿਲੀਅਨ ਦੀ ਜੇ ਕਿਸੇ ਨੇ ਬਣਾਉਣੀ ਹੋਵੇ, ਵੱਡੀਆਂ ਵੱਡੀਆਂ ਗਰਾਊਂਡਾਂ, ਵੱਡੀਆਂ ਬਿਲਡਿੰਗ, ਉਹਨਾਂ ਦੇ ਜਿਹੜੇ ਸੇਫਟੀ ਹੈ, ਅੱਛਾ ਉੱਥੇ ਮੇਨਟੇਨੈਂਸ ਜਾਂ ਫੀਸ 'ਤੇ ਵੀ ਮੇਰੇ ਖਿਆਲ ਮਿਲੀਅਨ ਪਲੱਸ ਲੱਗਦਾ ਹੋਣਾ, ਫੰਡਿੰਗ ਹੋਏਗੀ। ਹਾਂਜੀ, ਅੱਛਾ, ਟੀਚਰ ਦੀ ਵੀ ਉਹਨਾਂ ਦੀ ਸਟ੍ਰਿਕਟ ਹੈ, ਸਰਟੀਫਿਕੇਸ਼ਨ ਉਹਨਾਂ ਦੀ ਚਾਹੀਦੀ ਆ, ਓਨਟੈਰੀਓ ਦੇ ਹਾਲਾਂਕਿ ਪ੍ਰਾਈਵੇਟ ਸਕੂਲਾਂ 'ਚ ਉਹ ਲਾ ਸਕਦੇ ਹੋ ਕਿਸੇ ਨੂੰ ਭਾਈਬੰਦੀ ਨਾਲ ਵੀ, ਟੀਚਰ ਥੋੜ੍ਹੀ ਜੀ ਇਹਨਾਂ ਦੀ ਸਟ੍ਰਿਕਟ ਹੈਗੀ ਹੈ। ਇਹਨਾਂ 'ਤੇ ਸਾਨੂੰ ਪਬਲਿਕ ਨੂੰ ਜ਼ੋਰ ਦੇਣਾ ਚਾਹੀਦਾ ਕਿ 5 ਲੱਖ ਅਸੀਂ ਇੱਥੇ ਜਾਂ 10 ਲੱਖ ਭਾਰਤੀਆਂ ਹੈ, ਕਿ ਇਹਨਾਂ ਨੂੰ ਇੰਪਰੂਵ ਕਰੀਏ ਥਰੂ ਆ ਸਿਸਟਮ। ਮੇਰਾ ਖਿਆਲ ਜੇ ਸਾਰਿਆਂ ਦੀ ਇੱਥੇ ਤਵੱਜੋ ਹੋ ਜੇ, ਸਾਰੇ ਬੱਚੇ ਕਹਿਣਗੇ, ਇਹ ਨਹੀਂ ਵੀ ਮੇਰੇ 2 ਬੱਚੇ ਚਲੋ ਮੈਂ ਅਫੋਰਡ ਕਰ ਸਕਦਾ, ਮੈਂ ਉੱਥੇ ਉਹਨਾਂ ਨੂੰ ਜ਼ਰੂਰ ਜਾਣ, ਉਹ ਤਾਂ ਉਹਨਾਂ ਦੀ ਪਰਸਨਲ ਚੋਇਸ ਹੈ। ਇਹ ਵੀ ਕਈ ਵਾਰੀ ਦੇਖਦਾ ਵੀ ਮੁੰਡਿਆਂ ਨੂੰ ਪ੍ਰਾਈਵੇਟ ਸਕੂਲੇ ਅਤੇ ਕੁੜੀਆਂ ਨੂੰ ਸਰਕਾਰੀ ਸਕੂਲੇ,
ਕਿਉਂਕਿ ਅਸੀਂ ਡਿਸਕ੍ਰਿਮੀਨੇਸ਼ਨ ਕਰਨ ਵਾਲੀ ਕਮਿਊਨਿਟੀ ਆ, ਸਾਨੂੰ ਇਹ ਗੱਲ ਮੰਨਣੀ ਪਏਗੀ। ਬਿਲਕੁਲ, ਲੜਕੇ ਲੜਕੀਆਂ ਚ ਅਸੀਂ ਪਰਿਵਾਰਾਂ ਦੇ ਵਿੱਚ ਡਿਸਕ੍ਰਿਮੀਨੇਸ਼ਨ ਕਰਦੇ ਹਾਂ, ਸੋ ਅਸੀਂ ਕਈ ਵਾਰੀ ਇੱਥੇ ਆ ਕੇ ਦੂਜੀਆਂ ਕਮਿਊਨਿਟੀਆਂ ਨੂੰ ਤਾਂ ਕਹਿੰਦੇ ਵੀ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋ ਗਿਆ, ਪਰ ਆਪ ਜਿਹੜਾ ਇੱਕ ਦੂਸਰੇ ਨਾਲ ਆਪਣੀ ਟੱਬਰ 'ਚ ਹੀ ਕਰੀ ਜਾਂਦੇ ਹਾਂ, ਲੜਕੇ ਅਤੇ ਲੜਕੀਆਂ ਦੇ ਵਿਚਕਾਰ ਡਿਸਕ੍ਰਿਮੀਨੇਸ਼ਨ, ਉਹ ਇੱਥੇ ਵੀ ਸਾਹਮਣੇ ਆਉਂਦਾ ਵੀ ਲੜਕੀਆਂ ਨੂੰ ਵਧੀਆ ਪੜ੍ਹਾ ਲਓ, ਲੜਕੀਆਂ ਨੇ ਤਾਂ ਕੋਈ ਗੱਲ ਨਹੀਂ, ਇਹਨਾਂ ਦਾ ਵਿਆਹ ਕਰ ਹੀ ਦੇਣਾ। ਸੋ ਮੈਂ ਸਮਝਾਂਗਾ ਵੀ ਇਸ ਸਬਜੈਕਟ 'ਤੇ ਵੈਸੇ ਬੜੀ ਇੰਟਰਸਟਿੰਗ ਤੁਸੀਂ ਵੀ ਸੁਣੀ ਹੋਣੀ ਹੈ। ਵੈਨਕੂਵਰ ਦੇ ਵਿੱਚ ਇੱਕ ਕੇਸ ਹੋਇਆ, ਕਿਸੇ ਸੱਜਣ ਨੇ ਆਪਣੀ ਵਿਲ ਲਿਖੀ ਮੁੰਡਿਆਂ ਦੇ ਨਾਂ, ਉਹਨੇ ਪੂਰੀ ਪ੍ਰਾਪਰਟੀ ਦੀ ਕੁੜੀਆਂ ਨੂੰ ਛੱਡ ਗਿਆ, ਜੱਜ ਨੇ ਵਿੱਚ ਉਹਨੂੰ ਚੰਗਾ ਲਾਇਆ। ਹਾਂਜੀ ਹਾਂਜੀ, 3 ਕੁੜੀਆਂ ਨੂੰ 7%, 2 ਮੁੰਡਿਆਂ ਨੂੰ 93%। ਹਾਂਜੀ, ਇਹ ਮਤਲਬ ਹੁਣ ਦੇਖੋ ਵੀ ਸਾਡੇ ਖੂਨ ਵਿੱਚ ਹੀ ਰਚੀ ਆ ਇਹ ਡਿਸਕ੍ਰਿਮੀਨੇਸ਼ਨ। ਅਸੀਂ ਇਹਨਾਂ ਨੂੰ ਤਾਂ ਕਹਿੰਦੇ ਵੀ ਸਾਡੇ ਨਾਲ ਵਿਤਕਰਾ ਕਰਦੇ ਆ, ਆਪ ਜਿਹੜਾ ਕਰਦੇ ਆ ਉਹਦੇ ਵੱਲ ਸਾਡਾ ਖਿਆਲ ਨਹੀਂ। ਹੁਣ ਉੱਥੇ ਜਾਤਾਂ ਪਾਤਾਂ ਅਤੇ ਬਾਕੀ ਸਭ ਕੁਝ, ਕਿੰਨੇ ਅਸੀਂ ਖੁਦ ਵਿਤਕਰੇ ਨਾਲ ਭਰੇ ਹੋਏ ਹਾਂ, ਅਤੇ ਇਹਨਾਂ ਨੂੰ ਆ ਕੇ ਫਿਰ ਕਹਿੰਦੇ ਸਾਡਾ। ਮੇਰਾ ਇੱਕ ਹੋਰ ਪੁਆਇੰਟ ਹੈ ਕਿ ਟਿਊਸ਼ਨ ਬਾਰੇ ਹਾਲਾਂਕਿ ਅਸੀਂ ਡਿਸਕਸ ਕੀਤਾ, ਮੇਰਾ ਪਰਸਨਲ ਵਿਚਾਰ ਹੈ ਯਸ, ਬੱਚੇ ਨੂੰ ਕਦੀ ਕਦੀ ਗਾਈਡੈਂਸ ਦੀ ਜ਼ਰੂਰਤ ਪੈਂਦੀ ਹੈ, ਉਹਨੂੰ ਲਿਮਿਟਿਡ ਗਾਈਡੈਂਸ, ਜਿੱਦਾਂ ਭਾਈ ਸਾਹਿਬ ਨੇ ਕਿਹਾ ਹਫ਼ਤੇ ਲਈ, 2 ਹਫ਼ਤੇ ਲਈ, ਜੇ ਅਸੀਂ ਉਹ ਟਿਊਸ਼ਨ 'ਚ ਪਾ ਦਿੱਤਾ, ਜਿੱਦਾਂ ਇੰਡੀਆ 'ਚ ਆ ਵੀ ਸਕੂਲ ਤੋਂ ਆਇਆ ਫਿਰ ਟਿਊਸ਼ਨ 'ਤੇ ਭੇਜ ਦਿਉ, ਫਿਰ ਇਹੋ ਜਿਹੀਆਂ ਦੁਕਾਨਾਂ ਹੋਰ ਖੁੱਲ੍ਹ ਜਾਣੀਆਂ, ਸਾਡੇ ਵਰਗਿਆਂ ਨੇ ਕਹਿਣਾ ਚਲੋ ਇਹ ਬੜਾ ਪ੍ਰੋਫਿਟ ਹੈ। ਉਹਨਾਂ ਨੂੰ ਸਿਰਫ ਗਾਈਡੈਂਸ ਨਹੀਂ ਰੱਖੋ, ਘੰਟੇ 2 ਘੰਟੇ ਜਿਹੜੀ ਚੀਜ਼ 'ਤੇ ਵੀਕ ਹੈ ਉੱਥੇ ਗਾਈਡੈਂਸ ਦਵਾ ਦਿਉ, ਇਹਨੂੰ ਫਾਰਮਲਾਈਜ਼ ਨਾ ਕਰੀਏ। ਹਾਂਜੀ, ਲਓ ਜੀ ਨੈਕਸਟ ਕਾਲ 'ਤੇ ਚੱਲਦੇ ਹਾਂ। 416-741-9900 ਜਾਂ 416-640-0200। ਸੁਰ ਸਾਗਰ ਸਟੂਡੀਓ ਦਾ ਨੰਬਰ ਹੈ, ਪਲੀਜ਼ ਤੁਸੀਂ ਦੱਸ ਸਕਦੇ ਹੋ ਜੇਕਰ ਤੁਹਾਨੂੰ ਵੀ ਕੋਈ ਅਜਿਹੀ ਆਡੀਓ ਦੀ ਪ੍ਰੋਬਲਮ ਆ ਰਹੀ ਹੈ ਤੇ ਅਸੀਂ ਕਰੈਕਟ ਕਰ ਸਕਦੇ ਹਾਂ। ਸੋ ਇਸ ਤੋਂ ਇਲਾਵਾ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ 'ਤੇ ਗੱਲਬਾਤ ਕਰਦੇ ਰਹਾਂਗੇ। ਪਲੀਜ਼ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਇੱਥੋਂ ਦੇ ਸਿਸਟਮ ਨੂੰ ਵਧੀਆ ਕਰਨ ਦੀ ਕੋਸ਼ਿਸ਼ ਕਰੀਏ, ਨਾ ਕਿ ਅਸੀਂ ਆਪਣਾ ਸਿਸਟਮ ਇੱਕ ਨਵਾਂ ਹੀ ਬਣਾਉਣ ਦੀ ਕੋਸ਼ਿਸ਼ ਕਰ ਲੱਗ ਪਈਏ। ਜੇਕਰ ਆਪਾਂ ਘਰਾਂ ਦਾ ਟੈਕਸ ਦਿੰਦੇ ਹਾਂ, ਘਰਾਂ ਦੇ ਟੈਕਸ ਦੇ ਵਿੱਚ ਆਲਰੇਡੀ ਜਿਹੜੀ ਬੱਚਿਆਂ ਨੂੰ ਫੀਸ ਦਿੰਦੇ ਹਾਂ ਉਹ ਇੰਕਲੂਡ ਹੁੰਦੀ ਹੈ, ਕਿਉਂਕਿ ਬਹੁਤ ਸਾਰੀ ਜਿਹੜੀ ਆ ਜਿਹੜੀ ਸਾਡੇ ਟੈਕਸ ਦੀ ਰੇਸ਼ੋ ਹੈ ਇਹ ਸਕੂਲ ਨੂੰ ਵੀ ਜਾਂਦੀ ਹੈ। 17%। ਹਾਂਜੀ, ਸੋ ਨਾਲੇ ਅਸੀਂ ਉਹ ਦਿੰਦੇ ਹਾਂ, ਫਿਰ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲੇ ਪਾਇਆ, ਉਹਦੀ ਫੀਸ ਦਿੱਤੀ, ਫਿਰ ਉੱਥੋਂ ਦੀਆਂ ਵਰਦੀਆਂ ਦੀ ਦਿੱਤੀ, ਫਿਰ ਬੱਸ ਦੀ ਫੀਸ ਦਿੱਤੀ, ਅਤੇ ਫਿਰ ਅਸੀਂ ਕਿਸੇ ਵੇਲੇ ਬੱਚਿਆਂ ਨੂੰ ਉਹ ਸਫਲ ਉਹ ਯੋਗ ਨਹੀਂ ਬਣਾ ਪਾਏ, ਈਵਨ ਚਾਹੇ ਅਸੀਂ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਾਇਆ, ਅਤੇ ਫਿਰ ਅਸੀਂ ਦੁਹੱਥੜੀ ਰੋਂਦੇ ਹਾਂ ਜੀ। ਹਾਂਜੀ, ਕਿ ਲਓ ਜੀ ਅਸੀਂ ਸਾਰਾ ਕੁਝ ਕੀਤਾ, ਸ਼ਾਇਦ ਇੰਨੇ ਕੁਝ ਦੀ ਲੋੜ ਹੀ ਨਹੀਂ ਸੀ। ਯੈਸ, ਸ਼ਾਇਦ ਤੁਸੀਂ ਉਹਨਾਂ ਨੂੰ ਨੋਰਮਲ ਜਾਣ ਦਿੰਦੇ, ਨੋਰਮਲ ਜਾਣ ਦਿੰਦੇ ਜਿਹੜਾ ਇੱਥੋਂ ਦਾ ਐਜੂਕੇਸ਼ਨਲ ਸਿਸਟਮ ਆ ਉਹਦੇ ਅਕੋਰਡਿੰਗਲੀ। ਹਾਂਜੀ, ਅਤੇ ਇੰਨਾ ਕੁਝ ਨਾ ਹੁੰਦਾ। ਔਰ ਜੇਕਰ ਆਪਾਂ ਪ੍ਰਾਈਵੇਟ ਸਕੂਲ 'ਚ ਬੱਚਿਆਂ ਨੂੰ ਪੜ੍ਹਾਉਣ ਦੀ ਗੱਲ ਕਰਦੇ ਹਾਂ, ਤਾਂ ਐਟਲੀਸਟ ਤੁਹਾਡੇ ਕੋਲ ਮਿਨੀਮਮ $40,000 'ਤੇ 2 ਬੱਚਿਆਂ ਨੂੰ ਪੜ੍ਹਾਉਣ ਦਾ ਖਰਚਾ ਆ ਜਾਂਦਾ। ਹਾਂਜੀ, ਸੋ ਜਿਹੜਾ ਕਿ ਬਹੁਤ ਜ਼ਿਆਦਾ ਹੈ, ਵੇਸਟੇਜ ਇੱਕ ਬੰਦੇ ਦੀ ਫੁੱਲ ਟਾਈਮ ਜੋਬ। ਹਾਂਜੀ, ਫਿਰ ਘਰ ਕੀ ਖਾਓਗੇ? ਸੋ ਵੇਸਟੇਜ ਆਫ ਮਨੀ, ਚਾਹੇ ਕੋਈ ਨਾ ਕੋਈ ਬਿਜ਼ਨਸਮੈਨ ਆ, ਚਾਹੇ ਉਹ ਅਫੋਰਡ ਕਰਦਾ, ਪਰ ਮੈਂ ਵੀ ਸਮਝਦਾ ਵਾਂ ਕਿ ਉਹ ਕਿਤੇ ਹੋਰ ਆਪਣੇ ਕੰਮ ਦੇ ਵਿੱਚ ਉਹ ਬੱਚੇ 'ਤੇ ਤੁਸੀਂ ਲਾ ਦਿਓ, ਬੱਚੇ ਨੂੰ ਕਿਤੇ ਵੈਕੇਸ਼ਨ ਭੇਜ ਦਿਓ, ਬੱਚੇ ਨੂੰ ਕਿਤੇ ਹੋਰ ਘੁੰਮਣ ਲੈ ਜਾਓ, ਉਹ ਬੱਚੇ ਦੀ ਜਿਹੜੀ ਆ ਡਿਵੈਲਪਮੈਂਟ ਹੋਏਗੀ, ਉਹਦੀ ਜਿਹੜੀ ਜਿਹੜੀ ਐਜੂਕੇਸ਼ਨ 'ਚੋਂ ਬਾਹਰ ਨਿਕਲ ਕੇ ਉਸਨੂੰ ਸਿੱਖਣ ਦਾ ਮੌਕਾ ਮਿਲੇਗਾ, ਕਿਸੇ ਇਹੋ ਜਿਹੇ ਸੈਮੀਨਾਰ 'ਤੇ ਉਸਨੂੰ ਲੈ ਜਾਓ। ਮੈਂ ਸਮਝਦਾ ਜੀ ਵੀ ਕਈ ਵਾਰੀ ਪੇਰੈਂਟਸ ਆਪਣੇ ਵੱਲੋਂ ਇਹ ਵੱਡੀਆਂ ਵੱਡੀਆਂ ਫੀਸਾਂ ਦੇ ਕੇ ਅਤੇ ਉਹ ਸਕੂਲਾਂ ਵਾਲੇ ਜਿਹੜੇ ਉਹਨੂੰ ਨੰਬਰ ਦੇ ਕੇ ਜਿਹੜੇ ਪੈਸੇ ਲੈ ਕੇ ਦਿੰਦੇ ਹੋਣਗੇ। ਹਾਂਜੀ, ਵੀ ਇਹ ਇਸ ਦੌੜ ਦੇ ਵਿੱਚ ਨੰਬਰਾਂ ਦੀ ਦੇ ਵਿੱਚ
ਪੇਰੈਂਟਸ ਇਹ ਤਾਂ ਪਤਾ ਕਰਨਾ ਭੁੱਲ ਜਾਂਦੇ ਆ ਵੀ ਸਾਡੇ ਬੱਚੇ ਨੇ ਕੋਈ ਨੌਲੇਜ ਵੀ ਗ੍ਰਹਿਣ ਕੀਤੀ ਹੈ, ਕੋਈ ਉਹ ਨੌਲੇਜੇਬਲ ਪਰਸਨ ਵੀ ਬਣਿਆ ਕਿ ਜਸਟ ਇਹ ਪੇਪਰ ਦੇ ਉੱਤੇ ਹੀ ਉਹਦੇ ਨੰਬਰ ਲਿਖੇ ਹੋਏ ਆ। ਪੇਪਰ ਦੇ ਉੱਤੇ ਲਿਖੇ ਹੋਏ ਨੰਬਰਾਂ ਦੇ ਕਰਕੇ ਉਸ ਬੱਚੇ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਜੀ, ਔਰ ਨਾਟ ਓਨਲੀ ਇਹ ਜੀ ਪੇਰੈਂਟਸ ਖੁਦ ਕਰ ਰਹੇ, ਕਿਉਂਕਿ ਜਿਹੜਾ ਬੱਚਾ ਪੇਪਰਾਂ ਦੇ ਨੰਬਰ ਲਿਆ ਰਿਹਾ ਯੂਨੀਵਰਸਿਟੀ ਜਾ ਕੇ ਡਰੋਪਆਊਟ ਹੋਊਗਾ, ਨਾ ਉਹ ਇੱਧਰ ਜੋਗਾ ਨਾ ਉੱਧਰ ਜੋਗਾ। ਔਰ ਜੋਲ ਸਾਹਿਬ ਇੱਕ ਹੋਰ ਤੁਹਾਨੂੰ ਪ੍ਰਾਈਵੇਟ ਸਕੂਲ ਦੀ ਗੱਲ ਦੱਸਦਾ, ਕਿਉਂਕਿ ਉੱਥੇ ਸਾਰੇ ਪੈਸੇ ਵਾਲਿਆਂ ਦੇ ਬੱਚੇ ਗਏ ਹੁੰਦੇ ਹਨ, ਜਦੋਂ ਉਹ ਤਾਂ ਪੂਰਾ ਖੁੱਲ੍ਹ ਕੇ ਖਰਚਾ ਕਰਦੇ ਹਨ, ਜਦੋਂ ਆਪਣੇ ਵੀਰਾਂ ਦੇ ਜਿਹੜੇ ਕਿ ਦਿਨ ਰਾਤ ਕੰਮ ਕਰਦੇ ਹਨ ਫੈਕਟਰੀਆਂ ਦੇ ਵਿੱਚ ਜਾਂ ਟਰੱਕ ਦੇ ਵਿੱਚ ਜਾਂ ਕਿਤੇ ਵੀ ਹੋਰ ਇੰਡਸਟਰੀ ਦੇ ਵਿੱਚ, ਉਹ ਥੋੜ੍ਹੇ ਥੋੜ੍ਹੇ ਕਮਾ ਕੇ ਬੱਚੇ ਦੀ ਫੀਸ ਭਰ ਰਹੇ ਹੁੰਦੇ ਹਨ, ਅਤੇ ਦੂਜੇ ਬੰਨੇ ਜਿਹੜੇ ਉਹਨਾਂ ਦੇ ਬੱਚਿਆਂ ਦੇ ਫਰੈਂਡ ਹੁੰਦੇ ਹਨ ਉਹ ਗੁਲਸ਼ਰੇ ਡਾਉਂਦੇ ਹਨ, ਫਿਰ ਗਲਤ ਬੱਚੇ ਨੂੰ ਆਦਤ ਪੈਂਦੀ ਹੈ। ਹਾਂਜੀ, ਨਹੀਂ ਦੇਖੋ ਜੀ, ਆਪਾਂ ਦੇਖ ਰਹੇ ਹਾਂ ਬਹੁਤ ਕੁਝ ਜੋ ਕੁਝ ਹੋ ਰਿਹਾ ਸੋਸਾਇਟੀ ਦੇ ਵਿੱਚ। ਹਾਂਜੀ, ਉਹ ਇਸੇ ਕਰਕੇ ਹੁਣ ਇੱਥੇ ਜਿਹੜੇ ਪ੍ਰਾਈਵੇਟ ਸਕੂਲ ਕਈ ਵਾਰੀ ਆਪਾਂ ਗੁਣਗਾਇਨ ਕਰਦੇ ਹਾਂ, ਹਾਂਜੀ ਜਿਹੜੇ ਚੰਗੇ ਹੋਣਗੇ ਹੋਣਗੇ, ਹਾਂਜੀ, ਪਰ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਵੀ ਬੱਚਿਆਂ ਦੀਆਂ ਉਹੀ ਕੰਪਲੇਂਟਸ ਆਉਂਦੀਆਂ ਜਿਹੜੀ ਸਰਕਾਰੀ ਸਕੂਲਾਂ 'ਚ ਆਉਂਦੀਆਂ। ਐਗਜੈਕਟਲੀ, ਲੇਕਿਨ ਉੱਥੇ ਉਹ ਜ਼ਿਆਦਾ ਤਾਂ ਨਹੀਂ ਮਿਲਦੀਆਂ ਕਿਉਂਕਿ ਉਹ ਕੰਟਰੋਲ ਰੱਖਦੇ ਹਨ, ਉਹ ਇਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਸਕੂਲ ਦਾ ਨਾਂ ਬਦਨਾਮ ਹੋਵੇ। ਜੇਕਰ ਸਕੂਲ ਦਾ ਨਾਂ ਬਦਨਾਮ ਹੋਊਗਾ ਤਾਂ ਉਹਨਾਂ ਦੇ ਗਾਂ ਬੱਚੇ ਨਹੀਂ ਆਏਗੀ, ਸੋ ਉਹ ਕੀ ਕਰਦੇ ਹਨ ਕਿ ਉੱਥੇ ਇੰਨੀ ਕੁ ਸਖਤਾਈ ਰੱਖਦੇ ਹਨ ਤਾਂ ਕਿ ਬੱਚੇ ਨੂੰ ਮੌਕਾ ਹੀ ਨਾ ਮਿਲੇ, ਉਹ ਇੰਨੇ ਕੁ ਇਸ ਤਰੀਕੇ ਨਾਲ ਬੱਚਿਆਂ ਨੂੰ ਰੱਖਿਆ ਜਾਂਦਾ, ਬੱਚੇ ਸਹਿਮੇ ਹੁੰਦੇ ਹਨ, ਦਬਾ ਲੈਂਦੇ ਸਾਰੀ ਘਟਨਾ, ਹਾਂ ਦਬਾਈ ਗਈ ਹੁੰਦੀ ਹੈ, ਬੱਚੇ ਸਹਿਮ ਦੇ ਵਿੱਚ ਉੱਥੇ ਤੁਰੇ ਫਿਰਦੇ ਵੇਖੇ ਜਾਂਦੇ ਹਨ ਜੀ। ਲਓ ਆਪਾਂ ਨੈਕਸਟ ਕਾਲ 'ਤੇ ਚੱਲਦੇ ਹਾਂ। ਸੁਰ ਸਾਗਰ, ਹਾਂਜੀ ਭਾਅ ਜੀ, ਸੋਰੀ ਮੈਂ ਦੁਬਾਰਾ, ਮੈਂ ਨਹੀਂ ਕੋਈ ਸਿਰਫ ਤੁਹਾਨੂੰ ਮਨੂ ਸਾਹਿਬ ਇਹੀ ਕਹਿਣਾ ਚਾਹੁੰਦਾ, ਜਿਵੇਂ ਆਪਣੇ ਜੋਲ ਸਾਹਿਬ ਕਹਿ ਰਹੇ ਆ ਕਿ ਅਸੀਂ ਨਾ ਕੀ ਕਰਦੇ ਹਾਂ, ਅਸੀਂ ਦਿਖਾਵੇ ਦੇ ਬਹੁਤ, ਮਤਲਬ ਸਾਡੀ ਜਿਹੜੀ, ਮੈਂ ਕਹਿਣਾ ਤਾਂ ਨਹੀਂ ਚਾਹੀਦਾ ਕਿਸੇ ਕੌਮ ਨੂੰ, ਜਿਹੜੀ ਜੱਟ ਸਿੱਖ ਕਮਿਊਨਿਟੀ ਆ ਖਾਸ ਕਰਕੇ, ਚਾਹੇ ਉਹ ਗੱਡੀਆਂ ਨੇ, ਚਾਹੇ ਉਹ ਗੱਡੀਆਂ 'ਤੇ ਪਿੱਛੇ ਲਿਖਿਆ ਹੋਇਆ ਕੁਛ ਹੈ, ਚਾਹੇ ਕੋਈ ਚੀਜ਼ ਆ, ਉਹ ਥੋੜ੍ਹਾ ਜਿਹਾ ਬਿਲੀਵ ਕਰਦੇ ਆ ਉਹਦੇ 'ਚ, ਚਾਹੇ ਘਰ ਮਤਲਬ ਜਿੰਨੀ ਲੋੜ ਆ ਉਦੋਂ 4-5 ਗੁਣੇ ਵੱਡਾ, ਫਿਰ ਦੇਖਣਾ ਨਹੀਂ ਵੀ ਕਿੰਨਾ ਇਹਦਾ, ਉਹ ਚੀਜ਼ਾਂ ਕਰਕੇ ਇਹ ਵੀ ਚੀਜ਼ ਇੱਕ ਸਟੇਟਸ ਸਿੰਬਲ ਬਣਾ ਲਿਆ ਸੀ, ਜਿਹੜੀਆਂ ਜਿੱਦਾਂ ਹੁਣ ਬੱਚੇ ਨੂੰ ਜਿਵੇਂ ਜੋਲ ਸਾਹਿਬ ਕਹਿ ਰਹੇ ਕਿ ਮਾਰਕਸ ਉਹਦੇ ਪੇਪਰ ਤੇ ਹੁਣ, ਚਾਹੇ ਉਦਾਂ ਇਲ ਤੇ ਕੁੱਕੜ ਦਾ ਆਉਂਦਾ ਹੋਵੇ, ਜਿਵੇਂ ਉੱਥੇ ਦੇ ਬੱਚੇ ਵੀ ਜਿਹੜੇ ਹੁਣ ਆ ਰਹੇ ਨੇ, ਜੇ ਉਹਨਾਂ ਨੂੰ ਤੁਸੀਂ ਕਹਿ ਦਿਓ ਕਿ ਵੀ ਤੂੰ ਆਪਦੇ ਬੌਸ ਨੂੰ ਦੱਸ ਦੇ ਕਿ ਕੱਲ੍ਹ ਨੂੰ ਮੈਂ ਆਉਣਾ ਨੀ, ਉਹ ਯਾਰ ਮੈਨੂੰ ਤੇ ਨੀ ਇਹ ਦੱਸਣਾ ਆਉਂਦਾ ਕੀ ਕਾਮ ਹੈ, ਕਿਵੇਂ ਕਰਾਂ, ਨਾ ਉਹਦੀ ਕਿਸੇ ਲੈਂਗੁਏਜ ਤੇ, ਨਾ ਕਿਸੇ ਸੈਂਟੈਂਸ ਤੇ, ਨਾ ਕਿਸੇ ਗੱਲ ਤੇ, ਨਾ ਵੈਸੇ ਵੀ ਤੁਸੀਂ ਉਹਨੂੰ ਜਨਰਲ ਨੌਲੇਜ ਵੀ, ਜਿਵੇਂ ਅੱਗੇ ਹੁੰਦਾ ਸੀ, ਅੱਗੇ ਕਿਹਾ ਜਾਂਦਾ ਜੀ ਇਲਮ ਜਿਹੜਾ ਹੈਗਾ, ਪੜ੍ਹਾਈ ਜਿਹੜੀ ਆ ਉਹ ਦਿਮਾਗ ਵਿਕਸਿਤ ਕਰਦੀ ਆ, ਤੁਹਾਡੀ ਸੋਚ ਦਾ ਦਾਇਰਾ ਵੱਡਾ ਕਰਦੀ ਆ। ਹੁਣ ਤੁਸੀਂ ਕਿਸੇ ਨੂੰ ਊਂ ਪੁੱਛ ਲਓ, ਪਤਾ ਹੀ ਨਹੀਂ ਉਹਨਾਂ ਨੂੰ ਕੀ ਗੱਲ ਹੈ, ਜਿਵੇਂ ਹੁਣ ਤੁਸੀਂ ਅਮੈਰੀਕਾ ਕਿੱਡਾ ਵੱਡਾ ਦੇਸ਼ ਹੈ, ਉੱਥੇ ਕਈਆਂ ਨੂੰ ਪੁੱਛ ਲਓ ਕੈਨੇਡਾ ਕੀ ਆ, ਉਹ ਕਹਿੰਦੇ ਪਤਾ ਨਹੀਂ। ਇਹ ਜਿਹੜੀਆਂ ਗੱਲਾਂ ਨੇ, ਜਿਹੜੇ ਆਹ ਸਟੇਟਸ ਬਣਾ ਲੈਣਾ ਸੀ ਪ੍ਰਾਈਵੇਟ ਸਕੂਲ ਦਾ, ਪ੍ਰਾਈਵੇਟ ਸਕੂਲ ਠੀਕ ਹੈ ਜੇ ਕੋਈ ਬੰਦਾ ਅਫੋਰਡ ਕਰਦਾ, ਭਾਈ ਜੇ ਕਿਸੇ ਨੇ ਕਰਨਾ ਹੀ ਆ ਕਰੋ। ਵੈਸੇ ਮੈਂ ਨਿੱਜੀ ਤੌਰ 'ਤੇ ਤਜਰਬਾ ਰੱਖਦਾ ਇਸ ਗੱਲ ਦਾ ਬਾਹਰ, ਕਿਉਂਕਿ ਘੁੰਮਦਾ ਰਹਿੰਦਾ, ਮੇਰਾ ਸਰਵਿਸ ਇੰਡਸਟਰੀ ਨਾਲ ਥੋੜ੍ਹਾ ਜਿਹਾ ਵਾਹ, ਉਹਦੇ ਕਰਕੇ ਹਰ ਤਰ੍ਹਾਂ ਦੇ ਬੰਦੇ, ਪ੍ਰਿੰਸੀਪਲਸ ਮਿਡਲ ਸਕੂਲਾਂ ਦੇ, ਹਾਈ ਸਕੂਲਾਂ ਦੇ, ਉਹਨਾਂ ਦੇ ਘਰੇ ਵੀ, ਪੁਲੀਸਮੈਨ ਉਹਨਾਂ ਦੇ ਘਰੇ ਵੀ ਕੰਮ ਕਰਨ ਦਾ, ਹੋਰ ਜਿਹੜੇ ਕਮਿਊਨਿਟੀ 'ਚ ਲੀਡਰ, ਸਭ ਕਿਸਮ ਦੇ। ਇੱਥੇ ਦੀ ਜਿਵੇਂ ਤੁਹਾਨੂੰ ਰਿਐਲਿਟੀ ਦੱਸ ਰਿਹਾ, ਤੁਹਾਨੂੰ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਤਿੰਨਾਂ ਨੂੰ ਰੱਖੇ ਕਿ ਲੋੜ ਨਹੀਂ ਹੈਗੀ, ਬਾਕੀ ਜੋ ਕੁਛ ਕਰਨਾ ਉਹ ਤਾਂ ਹਰੇਕ ਦੀ ਪ੍ਰਾਈਵੇਟ ਇੱਥੇ ਹੈਗਾ ਕਿ ਕਰ ਸਕਦਾ ਬੰਦਾ, ਪਰ ਐਕਚੁਲੀ ਮੈਂ ਦੱਸ ਰਿਹਾ ਕਿ ਲੋੜ ਨਹੀਂ ਹੈਗੀ। ਉਹ ਜੋ ਤੁਸੀਂ ਕਹਿੰਦੇ ਹੋ ਬੱਚਿਆਂ ਨੂੰ ਘੁਮਾ ਦਿਓ ਜਾਂ ਬੱਚਿਆਂ ਨੂੰ ਕਿਤੇ ਹੋਰ ਜਾਂ ਉਹਨਾਂ ਨਾਲ ਇੰਟਰੈਕਸ਼ਨ ਕਰ ਲਓ, ਉਸ ਚੀਜ਼ ਨਾਲ ਹੀ ਬੱਚੇ ਦਾ ਟੋਟਲ ਡਿਵੈਲਪਮੈਂਟ ਹੋਣੀ ਆ। ਜਿੰਨਾ ਚਿਰ ਬੱਚੇ ਦੀ ਟੋਟਲ ਡਿਵੈਲਪਮੈਂਟ ਨਹੀਂ, ਇਕੱਲੇ ਨੰਬਰ ਜਾਂ ਇਕੱਲੀ ਕੋਈ ਡਿਗਰੀ ਜਾਂ ਈਵਨ ਕੋਈ ਇਕੱਲਾ ਕੈਰੀਅਰ ਵੀ ਕੁਛ ਨਹੀਂ ਹੈਗਾ, ਇਹ ਐਵੇਂ ਆਪਾਂ ਨੂੰ ਹੈਗਾ,
ਪਰ ਅਸੀਂ ਸ਼ੋਅ ਆਫ 'ਚ ਬਿਲੀਵ ਕਰਦੇ ਹਾਂ, ਸਾਨੂੰ ਇਹ ਕਦੇ ਨਾ ਕਦੇ ਮੰਨਣਾ ਪਵੇਗਾ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਜੇਕਰ ਆਪਾਂ ਵੇਖੀਏ ਬੱਚੇ ਜੋ ਪੇਰੈਂਟਸ ਹਨ ਉਹ ਹੀ ਹਨ, ਜਿਹੋ ਜਿਹਾ ਪੇਰੈਂਟਸ ਜਿਹੋ ਜਿਹਾ ਘਰ ਦੇ ਵਿੱਚ ਉਹ ਤੀਰਾ ਵੇਖੂਗਾ ਉਹਨੇ ਉਸੇ ਤਰੀਕੇ ਨਾਲ ਡਿਵੈਲਪ ਹੋਣਾ। ਸੋ ਜੇਕਰ ਆਪਾਂ ਬੱਚਿਆਂ ਨਾਲ ਪਿਆਰ ਨਾਲ ਬੋਲਾਂਗੇ, ਘਰ ਦੇ ਵਿੱਚ ਪਿਆਰ ਨਾਲ ਬੋਲਾਂਗੇ, ਮਾਂ ਬਾਪ ਬਹੁਤ ਤਰੀਕੇ ਨਾਲ ਰਹੂਗਾ, ਜੇ ਕਿਤੇ ਗਲਤੀ ਇੱਕ ਦੂਜੇ ਨਾਲ ਹੁੰਦੀ ਹੈ ਉਹ ਬੱਚੇ ਨੂੰ ਬਾ ਕੇ ਐਕਸਪਲੇਨ ਕੀਤਾ ਜਾਏ, ਤਾਂ ਮੈਨੂੰ ਯਾਦਦਾ ਕਿ ਕੋਈ ਇਸ਼ੂ ਇਹੋ ਜਿਹਾ ਨਹੀਂ ਆਊਗਾ। ਅਤੇ ਭਾਈ ਸਾਹਿਬ ਨੇ ਬਿਲਕੁਲ ਸਹੀ ਕਿਹਾ, ਇੱਕ ਮਿੰਟ ਕਿ ਇੱਕ ਅਸੀਂ 550 ਸਾਲ ਗੁਰੂ ਨਾਨਕ ਸਾਹਿਬ ਦਾ ਮਨਾ ਰਹੇ ਹਾਂ, ਜਿਨ੍ਹਾਂ ਨੇ ਕਿਹਾ ਸੀ ਈਗੋ ਨੂੰ ਮਾਰੋ। ਹਾਂਜੀ, ਸਾਡੀ ਈਗੋ ਕਨਵਰਸਲੀ ਹੋਰ ਵਧੀ ਜਾ ਰਹੀ ਹੈ ਇੱਥੇ, ਜਿਉਂ ਜਿਉਂ ਥੋੜ੍ਹਾ ਜਿਹਾ ਪੈਸਾ ਹੋ ਗਿਆ, $8 ਲੈ ਕੇ ਆਏ ਸੀ ਜਿਹੜੇ, ਉਹਨੇ ਜਦੋਂ ਥੋੜ੍ਹਾ ਜਿਹਾ ਬਿਜ਼ਨਸ ਖੋਲ੍ਹ ਲਿਆ, ਫਿਰ ਉਹ ਕਹਿੰਦਾ ਵੀ ਹੁਣ ਮੈਂ ਦਿਖਾਵਾਂ $8 ਤੋਂ ਮੈਂ ਕੀ ਬਣਾ ਲਿਆ, ਵੱਡਾ ਕਾਰ ਵੱਡੀ ਕਾਰ ਦਿਖਾਉਣੀ ਹੈ, ਭੜਕੀਲੇ ਕੱਪੜੇ ਪਾਉਣੇ ਆ, ਵੱਡੀ ਮੈਰਿਜ ਕਰਨੀ ਆ, ਹੁਣ ਇਹ ਵੀ ਹੋ ਜਾਊਗਾ ਕਿ ਮੇਰੇ ਬੱਚੇ ਪ੍ਰਾਈਵੇਟ ਸਕੂਲ 'ਚ ਪੜ੍ਹਦੇ ਆ, ਤੁਹਾਡੇ ਬੱਚੇ ਉੱਥੇ ਪੜ੍ਹਦੇ ਆ ਜੀ, ਮੈਂ ਮਿਸਿਸ ਆ ਕਰ ਰਿਹਾ ਬਰੈਂਪਟਨ ਮਾੜਾ, ਜਦੋਂ ਇੱਕ ਦੂਜੇ ਨੂੰ ਉੱਪਰ ਦਿਖਾਉਣ 'ਚ ਵੀ ਅਸੀਂ ਇਹ 'ਤੇ ਆ ਜਾਂਦੇ ਹਾਂ। ਔਰ ਦੂਸਰਾ ਪੁਆਇੰਟ ਇਹ ਹੈ ਕਿ ਅਸੀਂ ਹੁਣੇ ਡਿਸਕਸ ਕੀਤਾ ਕਿ ਪ੍ਰਾਈਵੇਟ ਸਕੂਲ 'ਚ ਜੇ ਮੋਸਟਲੀ ਬੱਚੇ ਉਹਨਾਂ ਦੇ ਪੇਰੈਂਟਸ ਵੈਲ ਟੂ ਡੂ ਨੇ, ਹਾਂਜੀ, ਪਰ ਕੁਛ ਇੱਕ ਬੱਚੇ ਤੁਸੀਂ ਇੱਕ ਟਰੱਕ ਡਰਾਈਵਰ ਦੇ ਲੈ ਗਏ, ਉਹ ਬੱਚਾ ਕਈ ਵਾਰੀ ਕਹਿੰਦਾ ਵੀ ਤੁਸੀਂ ਮੇਰੇ ਸਕੂਲ ਨਹੀਂ ਆਉਣਾ, ਕਿਉਂਕਿ ਉਹਨੇ ਦੱਸਣਾ ਨਹੀਂ ਚਾਹੁੰਦਾ ਕਿ ਮੈਂ ਮੇਰਾ ਫਾਦਰ, ਉਹਨੂੰ ਉਹ ਹੀਣਤਾ ਦੀ ਜਿਹੜੀ ਆ ਜਾਏਗੀ ਨਾ, ਜੇ ਇਸ ਲੈਵਲ 'ਤੇ ਆ ਗਈ, ਹਾਂਜੀ, ਤਾਂ ਫਿਰ ਕਦੀ ਵੀ ਨਹੀਂ ਜਾਣੀ। ਉਹਦੇ ਨਾਲ ਉਹ ਬੈਟਰ ਹੈ ਕਿ ਤੁਸੀਂ ਪਬਲਿਕ ਸਕੂਲ 'ਚ ਜਿੱਥੇ ਬਾਕੀ ਬੱਚੇ ਜਾ ਰਹੇ, ਜਿੱਥੇ ਕੋਈ ਨਹੀਂ ਪੁੱਛਦਾ, ਸਿਰਫ ਇੱਕ ਦੋ ਬੱਚੇ ਜ਼ਰੂਰ ਕਹਿੰਦੇ ਵੀ ਗ੍ਰੈਂਡ ਮਦਰ ਤੁਸੀਂ ਮੇਰੇ ਸਕੂਲ ਨਹੀਂ ਆਉਣਾ ਬਿਕੋਜ਼ ਯੂ ਕਾਂਟ ਸਪੀਕ ਇੰਗਲਿਸ਼, ਉਹ ਅਲੱਗ ਗੱਲ ਹੈ। ਪਰ ਇਹ ਜਿਹੜੀ ਉਹ ਬੱਚੇ 'ਚ ਜੇ ਇਹ ਭਾਵਨਾ ਆ ਜਾਏ ਕਿਸੇ ਵੀ ਲੈਵਲ 'ਤੇ, ਉਹ ਵੀ ਕੰਪਲੈਕਸ। ਅੱਛਾ, ਇੱਕ ਜੋਲ ਸਾਹਿਬ ਔਰ ਬ੍ਰਿਗੇਡੀਅਰ ਸਾਹਿਬ, ਭਾਰਤ ਦੇ ਵਿੱਚ ਜਦੋਂ ਕਿਸੇ ਨਾਲ ਗੱਲ ਕਰੋ ਨਾ ਜੀ, ਆਮ ਪਿੰਡਾਂ ਦੇ ਵਿੱਚ, ਜੇ ਤੁਸੀਂ ਹੁਣ ਸ਼ਹਿਰ ਰਹਿੰਦੇ, ਆਹੋ ਯਾਰ ਸ਼ਹਿਰ ਤਾਂ ਕਿਉਂਕਿ ਬੱਚਿਆਂ ਨੂੰ ਪੜ੍ਹਾਉਣਾ ਸੀਗਾ, ਉਹ ਰਹਿਣਾ ਆਪ ਚਾਹੁੰਦੇ ਹਨ, ਲੇਕਿਨ ਉਹ ਬੱਚਿਆਂ ਦੇ ਕਰਕੇ ਉਹ ਆਪਣਾ ਉਜਾੜਾ ਕਰ ਰਹੇ ਹੁੰਦੇ ਹਨ। ਪਰ ਫਿਰ ਜਿਹੜੇ ਕਹਿੰਦੇ ਵੀ ਅਸੀਂ ਕੈਨੇਡਾ ਹੀ ਬੱਚਿਆਂ ਕਰਕੇ ਆਏ, ਉਹ ਵੀ ਝੂਠ ਬੋਲੋ, ਬਿਲਕੁਲ ਆਪਣੇ ਲਈ ਆਏ ਸੀ, ਆਪਣਾ ਹੁੰਦਾ। ਹਾਂਜੀ, ਬਿਲਕੁਲ ਸਹੀ ਹੈ, ਇੱਥੇ ਵੀ ਵੇਖੋਗੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਹੋਣਾ ਜੀ, ਬੱਚੇ ਕੈਨੇਡਾ ਪੜ੍ਹਨੇ ਪਾਏ ਤਾਂ ਕਰਕੇ ਅਸੀਂ ਉੱਥੇ ਰਹਿ ਰਹੇ। ਹਾਂਜੀ, ਲਓ ਨੈਕਸਟ ਕਾਲ, ਸੁਰਸਾਗਰ। ਪੰਨੂ ਸਾਹਿਬ, ਵਿਸ਼ਾ ਚੰਗਾ। ਇੱਕ ਵਿਸ਼ੇ ਵਾਸਤੇ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ, ਆਹ ਜਿਹੜੇ ਵਿਆਹ ਹੋ ਰਹੇ ਨਾ ਪੰਨੂ ਸਾਹਿਬ, ਪੰਜ ਦਿਨ ਵਿਆਹ ਹੋ ਰਿਹਾ, ਜੋ ਕੁਝ ਉੱਥੇ ਲੋਕ ਕਰਦੇ ਆ ਨਾ, ਦੇਖੋ ਦੇਖੀ ਇੱਕ ਦੂਜੇ ਨੂੰ, ਉੱਥੇ ਵੀ ਲੋਕ ਬੜੇ ਬਰਬਾਦ ਹੋਏ। ਇਸ ਵਿਸ਼ੇ ਤੇ ਤੁਸੀਂ ਜੋ ਸ਼ੁਰੂ ਕਰੋ ਤਾਂ ਕਿ ਲੋਕ ਘੱਟ ਖਰਚ ਕਰਨ, ਔਰ ਜਿਹੜੇ ਲੋਕ ਕਮਜ਼ੋਰ ਆ ਨਾ, ਵੀਹ ਡਾਲਰ ਆਏ, ਉਹ ਆ ਵੱਡੇ ਵੱਡੇ ਵਿਆਹ ਕਿਵੇਂ ਕਰਨਗੇ, ਇਹਦੇ ਤੇ ਜ਼ੋਰ ਬੋਲਿਆ ਕਰੋ। ਠੀਕ ਹੈ ਜੀ, ਲੇਕਿਨ ਕਿਉਂਕਿ ਇਹ ਤਾਂ ਜ਼ਰੂਰੀ ਹੈ, ਇਹ ਸਾਡੇ ਬੱਚੇ ਭਵਿੱਖ ਹਨ, ਇਸ ਕਰਕੇ ਇਹ ਗੱਲ ਕਰਨੀ ਬਹੁਤ ਜ਼ਰੂਰੀ ਹੈ। ਲੇਕਿਨ ਜਿਹੜੀ ਵਿਆਹ ਦੀ ਆ ਨਾ ਜੀ, ਮੈਂ ਤਾਂ ਸਮਝਦਾ ਜਿਹਦੇ ਕੋਲ ਚਾਰ ਪੈਸੇ ਹਨ, ਜੇ ਉਹ ਵਿਆਹ ਏਡਾ ਵੱਡਾ ਕਰਦਾ ਤੇ 10 ਬੰਦਿਆਂ ਨੂੰ ਜੋਬ ਮਿਲਦੀ ਹੈ ਜੀ। ਮੇਰੇ ਖਿਆਲ ਦੇ ਵੈਸੇ ਥੋੜ੍ਹੇ ਜਿਹੇ ਹੰਕਾਰ ਨੂੰ ਪੱਠੇ ਪਾਉਣ ਵਾਲੀ ਵੀ ਗੱਲ ਹੈ, ਕਿਉਂਕਿ ਬ੍ਰਿਗੇਡੀ ਸਾਹਿਬ ਗੱਲ ਕਰ ਰਹੇ ਸੀ ਵੀ ਹੰਕਾਰ ਗੁਰੂ ਨਾਨਕ ਦੇਵ ਜੀ, ਪਰ ਇਹ ਬਹੁਤ ਸਾਰੇ ਲੋਕ ਆਪਣਾ ਹੰਕਾਰ ਇਸ ਕਰਕੇ ਵੀ ਪਾਲੀ ਰੱਖਦੇ ਆ ਵੀ ਉਹਨਾਂ ਨੂੰ ਅਣਖ ਤੇ ਹੰਕਾਰ ਦੇ ਫਰਕ ਦਾ ਨਹੀਂ ਪਤਾ। ਹਾਂਜੀ, ਉਹ ਕਹਿਣਗੇ ਜੀ ਵੀ ਅਸੀਂ ਅਣਖ ਨਾਲ ਜੀਨੇ ਆ। ਹਾਂਜੀ, ਸੋ ਹੰਕਾਰ ਦੇ ਵਿੱਚ ਜੀਣ ਦਾ ਨਾਂ ਜਿਹੜਾ ਅਣਖ ਦੇ ਵਿੱਚ ਜੀਣਾ ਰੱਖਿਆ, ਮੈਂ ਸਮਝਾਂ ਕਿ ਬਹੁਤ ਵੱਡਾ ਭੁਲੇਖਾ ਜੀ। ਹਾਂਜੀ ਜ਼ਰੂਰ ਜੀ, ਔਰ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਕਾਲਰ ਨੇ ਕਿਹਾ ਕਿ ਬਹੁਤ ਇਸ ਵੇਲੇ ਬਰਬਾਦੀ ਕਰ ਰਹੇ ਨੇ, ਪੰਜ ਦਿਨ, ਸੱਤ ਦਿਨ ਵਿਆਹ ਹੁੰਦੇ ਹਨ, ਇਹ ਮਹਿੰਗੇ ਵਿਆਹਾਂ 'ਤੇ ਆਪਾਂ ਵਿਸ਼ਾ ਕਰਾਂਗੇ। ਹਾਂਜੀ, ਇਹ 'ਤੇ ਜ਼ਰੂਰ ਕਰਾਂਗੇ, ਲੇਕਿਨ ਦੂਜੇ ਬੰਨੇ ਇਹ ਝਾਤੀ ਮਾਰੀਏ, ਜੇਕਰ ਕਿਸੇ ਕੋਲ ਪੈਸੇ ਹਨ, ਹਾਂਜੀ, ਜੇਕਰ ਉਹ ਖਰਚਣਾ ਚਾਹੁੰਦੇ ਹਨ, ਵੈਲ ਜ਼ਰੂਰ ਖਰਚਣ, ਲੇਕਿਨ ਕਰਜ਼ਾ ਲੈ ਕੇ ਜਾਂ ਇਹੋ ਜਿਹੀਆਂ
ਆਪਣੇ ਆਪ ਨੂੰ ਤੰਗ ਕਰਕੇ ਉਹ ਨਾ ਐਕਸਪੈਂਡੀਚਰ। ਸਰਵਿੰਦਰ ਸਿੰਘ ਜੀ, ਮੈਨੂੰ ਦੁੱਖ ਤਾਂ ਉਦੋਂ ਹੁੰਦਾ ਵੀ ਜਦੋਂ ਉਹ ਪੰਜ ਪੰਜ ਦਸ ਦਸ ਦਿਨ ਲਗਾਤਾਰ ਵਿਆਹ ਕਰਕੇ ਅਤੇ ਪੰਜ ਹਫ਼ਤਿਆਂ ਬਾਅਦ ਕੁੜੀ ਮੁੰਡਾ ਆਪਾਂ ਆਪਣੇ ਘਰ ਬੈਠੇ ਹੁੰਦੇ, ਹਾਂਜੀ ਡਿਵੋਰਸ ਹੋ ਜਾਂਦਾ, ਲੋੜ ਤਾਂ ਉਸ ਚੀਜ਼ 'ਤੇ ਕੰਮ ਕਰਨ ਦੀ ਹੈ ਨਾ। ਚਲੋ ਜੀ, ਫਿਰ ਆਪਾਂ ਜਾਣ ਤੋਂ ਪਹਿਲਾਂ ਜ਼ਰੂਰ ਗੱਲ ਕਰ ਲਈਏ, ਆਪਾਂ ਅੱਜ ਜਿਹੜੇ ਲੜਕੇ ਨੂੰ ਰਾਹ ਪਾਉਣ 'ਚ ਸਫਲ ਰਹੇ, ਹਾਂਜੀ, ਜਿਹਨੇ ਗਲਤ ਪਾਰਕਿੰਗ ਕੀਤੀ ਸੀ, ਹਾਂਜੀ ਹਾਂਜੀ ਦੱਸੋ ਥੋੜ੍ਹਾ ਜਿਹਾ। ਹਾਂਜੀ ਜੀ, ਜਿਉਂ ਮੈਂ ਅਤੇ ਜੋਲ ਸਾਹਿਬ ਆਰੂੜੀ ਕਾਰ 'ਚ ਬੈਠੇ ਸਨ ਅਤੇ ਮੈਂ ਆਇਆ ਨੌਕ ਕੀਤਾ ਅਤੇ ਜੋਲ ਸਾਹਿਬ ਨੇ ਵੇਖਿਆ ਕਿ ਲਾਗੇ ਕਾਰ ਜਿਹੜੀ ਆ ਉਹ ਪ੍ਰੋਪਰ ਲਾਈਨਾਂ ਦੇ ਵਿੱਚ ਨਹੀਂ ਹੈ, ਉਹ ਦੋ ਪਾਰਕਿੰਗ ਉਹਨੇ ਘੇਰੀਆਂ ਸੀ ਅਤੇ ਉਹ ਵੀ ਬਿਲਕੁਲ ਸਟੂਡੀਓ ਦੇ ਸਾਹਮਣੇ, ਜਦੋਂ ਕਿ ਆਪਾਂ ਉੱਥੇ ਲਿਖ ਕੇ ਵੀ ਲਾਇਆ ਵੀ ਆਹ ਪਾਰਕਿੰਗ ਜਿਹੜੀ ਆ ਇਹ ਰਿਜ਼ਰਵ ਆ, ਅਤੇ ਅਸੀਂ ਗਏ ਗੁਆਂਢੀਆਂ ਦੇ, ਉਹਨਾਂ ਨੂੰ ਲੜਕੇ ਨੂੰ ਲੱਭਿਆ ਜਿਹਦੀਆਂ ਮੁੱਛਾਂ ਨਵੇਂ ਸਟਾਈਲ ਦੀਆਂ, ਹਾਂਜੀ ਕੁੰਡੀਆਂ ਹਨ, ਚੰਗੇ ਵੀ ਲੱਗਦੇ ਆ ਕਿਸੇ ਵੇਲੇ ਬੱਚੇ ਨਾ ਜੀ ਜਦੋਂ ਇਸ ਤਰੀਕੇ ਨਾਲ ਸੋਹਣੇ ਵੀ ਲੱਗਦੇ ਆ। ਮੈਂ ਇਹ ਨਹੀਂ ਕਹਿੰਦਾ ਕੁੜੀਆਂ ਹੋਣ ਬੱਚੇ ਹੋਣ ਅਤੇ ਆਪਾਂ ਨੂੰ ਆਪਣੀ ਵੀ ਜਵਾਨੀ ਯਾਦ ਆ ਜਾਂਦੀ ਆ, ਅਤੇ ਉਹ ਚੰਗਾ ਬਹੁਤ ਸੋਹਣਾ ਸੀਗਾ, ਉਸਨੂੰ ਕਿਹਾ ਬੇਟਾ ਭਈ ਤੂੰ ਕਾਰ ਗਲਤ ਕੀਤੀ ਆ ਪਾਰਕ, ਅਤੇ ਚੱਪਲਾਂ ਉਹਨੇ ਪਾਈਆਂ ਸਨ ਅਤੇ ਉੱਤੇ ਜੀਨ ਪਾਈ ਸੀ ਜਿਹੜੀ ਮਹਿੰਗੀ ਹੁੰਦੀ ਆ, ਲੇਕਿਨ ਥੱਲੇ ਉਹਨੇ ਚੱਪਲਾਂ, ਚਾਹੇ ਤੁਸੀਂ ਵੇਖੀਆਂ ਕਿ ਨਹੀਂ, ਸੋਹਣੀਆਂ ਕੱਪੜੇ ਸੋਹਣੇ ਹੀ ਲੇਕਿਨ ਥੱਲੇ ਚੱਪਲਾਂ ਸੀ, ਜਿਸ ਤਰ੍ਹਾਂ ਪਿਛਲੇ ਦਿਨ ਹੀ ਇੱਕ ਨੰਗੇ ਸਿਰ ਹੀ ਡਰਾਈਵਿੰਗ ਲਾਇਸੈਂਸ ਬਣਾਉਣ ਗਿਆ ਹੈਗਾ, ਉਸੇ ਤਰੀਕੇ ਨਾਲ ਜੋਲ ਸਾਹਿਬ ਨੇ ਕਿਹਾ ਵੀ ਆਪਣੀ ਇਹ ਕਾਰ ਤੂੰ ਜਿਹੜੀ ਆ ਪ੍ਰੋਪਰ ਪਾਰਕ ਕਰ। ਉਹ ਕਹਿੰਦਾ ਜੀ ਮੈਂ ਵੇਖੀ ਨਹੀਂ ਸੀਗੀ, ਮੈਂ ਦਵਾ ਦਵ ਖੜੀ ਕੀਤੀ ਗੱਡੀ ਦੇ ਚਲੇ ਗਿਆ। ਇਹ ਵੀ ਜ਼ਰੂਰਤ ਆ ਧਿਆਨ ਰੱਖਣ ਦੀ ਕਿ ਗੱਡੀ ਜਦੋਂ ਅਸੀਂ ਪਾਰਕ ਕਰਨੀ ਆ ਦੋ ਲੇਨ ਦੇ ਵਿਚਕਾਏ ਕਰੀਏ, ਕਿਉਂਕਿ ਲਾਗਲੀ ਪਾਰਕਿੰਗ ਜਿਹੜੀ ਆ ਉਹ ਖਰਾਬ ਨਾ ਕਰੀਏ, ਅਤੇ ਨਾਲ ਦੀ ਨਾਲ ਇਹ ਵੀ ਵੇਖਣ ਦੇ ਵਿੱਚ ਆ ਰਿਹਾ ਕਿ ਜਿੱਥੇ ਰੈਸਟੋਰੈਂਟ ਹਨ ਉੱਥੇ ਜਿਹੜੇ ਬੱਚੇ ਸਾਡੇ ਹਨ ਜਾਂ ਭਾਰਤੀ ਕੋਈ ਵੀ ਕਹਿ ਸਕਦੇ ਨਵੇਂ ਜਾਂ ਪੁਰਾਣੇ, ਉਹਨਾਂ ਨੇ ਗੰਦ ਬਹੁਤ ਪਾਇਆ ਹੁੰਦਾ। ਹਾਂਜੀ ਹਾਂਜੀ, ਬਾਹਰ ਹੀ ਗਲਾਸ ਕੱਪ ਅਤੇ ਖਾ ਕੇ ਉੱਥੇ ਹੀ ਸੁੱਟਿਆ ਹੁੰਦਾ, ਜਿਹੜਾ ਕਿ ਸਾਨੂੰ ਇਸ ਵੇਲੇ ਜ਼ਰੂਰਤ ਹੈ ਜਿੱਥੇ ਅਸੀਂ ਰਹਿੰਦੇ ਹਾਂ ਉਹ ਚਾਰ ਸਫੇਰਾ ਆਪਣਾ ਸਾਫ਼ ਸੁਥਰਾ ਰੱਖਣਾ ਚਾਹੀਦਾ। ਵੈਸੇ ਜੀ ਉਹ ਕੁੰਡੀਆਂ ਮੁੱਛਾਂ ਵਾਲੇ ਲੜਕੇ ਦੀ ਅਸੀਂ ਸਿਫਤ ਵੀ ਕਰਨੀ ਚਾਹਾਂਗੇ, ਹਾਂਜੀ, ਕਿ ਬੜਾ ਹੰਬਲ ਸੀ ਵਿਚਾਰਾ, ਹਾਂਜੀ, ਉਹਨੇ ਸੌਰੀ ਵੀ ਫੀਲ ਕੀਤੀ, ਹਾਂਜੀ, ਪਰ ਜਿਹੜੇ ਉਹਨੇ ਬਹਾਨੇ ਫਟੋਫਟ ਬਣੇ ਬਣਾਏ ਘੜਨੇ ਸ਼ੁਰੂ ਕੀਤੇ, ਹਾਂਜੀ, ਵੀ ਮੈਨੂੰ ਪਤਾ ਨਹੀਂ ਲੱਗਾ, ਮੈਂ ਦੇਖਿਆ ਨਹੀਂ ਫਲਾਣਾ, ਪਰ ਜਦੋਂ ਡਰਾਈਵਰ ਹੈ ਡਰਾਈਵਿੰਗ ਲਾਇਸੈਂਸ ਜੇਬ ਵਿੱਚ ਆ ਦੇਖਣਾ ਫਰਜ਼ ਹੈ, ਹਾਂਜੀ, ਦਿਸਣਾ ਚਾਹੀਦਾ ਸੀ, ਹਾਂਜੀ, ਇਹ ਨੇ ਉਹ ਨਹੀਂ ਕਹਿ ਨਹੀਂ ਸਕਦਾ ਮੈਂ ਦੇਖਿਆ ਨਹੀਂ, ਹਾਂਜੀ, ਕਿਉਂਕਿ ਉਹ ਡਰਾਈਵਰ ਹੈ, ਕੁਆਲੀਫਾਈਡ ਡਰਾਈਵਰ ਨੂੰ ਦਿਸਣਾ ਹੀ ਚਾਹੀਦਾ ਸੀ ਵੀ ਆਹ ਲਾਈਨਾਂ ਨੇ ਇੱਥੇ ਮੈਂ ਗੱਡੀ ਲਾਉਣੀ ਹੈ, ਬਜਾਏ ਇਸ ਦੇ ਕਿ ਪੰਜਾਬ ਸਟਾਈਲ 'ਚ ਮੈਂ ਦੋ ਪਾਰਕਿੰਗਾਂ ਘੇਰ ਲਵਾਂ, ਹਾਂਜੀ। ਸੋ ਉਹ ਲੜਕੇ ਨੂੰ ਸਮਝਾਇਆ ਜੀ, ਲੱਗਦਾ ਕਿ ਆਉਣ ਵਾਲੀ ਜ਼ਿੰਦਗੀ ਉਹਦੀ ਕੈਨੇਡਾ ਵਿੱਚ ਸਾਡੇ ਇਹ ਛੋਟੇ ਜਿਹੇ ਸਟੈਪ ਨਾਲ ਈਜ਼ੀ ਹੋਏਗੀ। ਸੋ ਜਿੱਥੇ ਕਿਤੇ ਇਹ ਸਿਚੁਏਸ਼ਨ ਦੇਖਦੇ ਹੋ, ਕਿਉਂਕਿ ਉਹ ਆਪਣੇ ਹੀ ਨੇ ਬੱਚੇ ਨੇ ਛੋਟੇ ਤੋਂ, ਆਪਾਂ ਉਹਨਾਂ ਨੂੰ ਸਮਝਾ ਸਕਦੇ ਹਾਂ, ਸਾਡੀ ਗੱਲ ਉਹ ਸੁਣਦੇ ਵੀ ਨੇ ਜਦੋਂ ਆਪਾਂ ਸਮਝਾਉਂਦੇ ਹਾਂ। ਸੋ ਜਿੱਥੇ ਕਿਤੇ ਥੋੜ੍ਹਾ ਬਹੁਤਾ ਤੁਸੀਂ ਦੇਖਦੇ ਹੋ ਜੋ ਉਹਨੂੰ ਕਰੈਕਟ ਕਰ ਸਕਦੇ ਹੋ, ਆਉਣ ਵਾਲੇ ਕੈਨੇਡਾ ਦੇ ਵਿੱਚ ਆਪਣੇ ਜੀਵਨ ਦੇ ਲਈ ਤੁਸੀਂ ਉਹਨੂੰ ਰਾਹ ਪਾ ਰਹੇ ਹੋਵੋਗੇ, ਜ਼ਰੂਰ ਇਸ ਤੋਂ। ਔਰ ਜੋ ਸਾਹਿਬ ਮੈਂ ਸਮਝਦਾ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਬੱਚੇ ਸੁਣਦੇ ਹੀ ਆ, ਪਿਆਰ ਦੇ ਨਾਲ ਸਮਝਾ ਦਿਉ ਨਾ ਜੀ ਉਹਨੂੰ, ਆਪਣੇ ਬੱਚੇ ਵਾਂਗੂ ਸਮਝਦੇ ਹੋਏ ਇਹ ਸਮਝਾ ਦਿਉ ਬੇਟਾ ਇੱਦਾਂ। ਵੈਸੇ ਆਪਾਂ ਥੋੜ੍ਹੇ ਰੋਅਬ 'ਚ ਹੀ ਸਮਝਾਇਆ, ਉਹ ਮੁੰਡਾ ਸਮਝ ਗਿਆ, ਹਾਂ ਸਮਝ ਗਿਆ। ਔਰ ਬ੍ਰਿਗੇਡੀਅਰ ਸਾਹਿਬ ਤੁਹਾਡਾ ਕੀ ਮੰਨਣਾ? ਨਹੀਂ ਬਿਲਕੁਲ, ਇਹ ਐਕਚੁਅਲੀ ਜੋ ਸਾਹਿਬ ਮੈਨੂੰ ਬਹੁਤ ਸੱਜਣਾ ਨੇ, ਹਾਂਜੀ, ਜਿਹੜੇ ਸੀਨੀਅਰ ਨੇ ਪਹਿਲਾਂ ਆਏ ਹੋਏ ਨੇ, ਉਹ ਇਹ ਕੰਪਲੇਂਟ ਕਰਦੇ ਯੰਗਸਟਰ ਦੀ। ਹੁਣ ਜੇ ਕਹੋ ਵੀ ਯੰਗ ਸਟੂਡੈਂਟ ਕਹਿ ਦਿਉ ਤਾਂ ਕਹੋਗੇ ਜੀ ਤੁਸੀਂ ਸਾਰੇ ਸਟੂਡੈਂਟ ਦੇ ਅਗੇਂਸਟ ਹੋ ਗਏ ਆ। ਅਸੀਂ ਕੁਛ ਇੱਕ ਪਰਸੈਂਟੇਜ ਜਿਹੜੇ ਜਿਹਨਾਂ ਨੂੰ ਨਹੀਂ ਪਤਾ, ਇਗਨੋਰੈਂਟ ਨੇ, ਉਹ ਵੀ ਸਟੂਡੈਂਟ ਹੀ ਹੋਣਾ, ਉਹ ਇਗਨੋਰੈਂਟ ਨੇ ਜਾਂ ਹਾਲੇ ਆਦਤਾਂ ਨਹੀਂ ਖਰਾਬ ਚੇਂਜ ਹੁੰਦੀਆਂ, ਬਾਰਿਸ਼ ਹਾਲ ਨਾਲ ਆਦਤਾਂ ਜਾਂਦੀਆਂ ਨੇ, ਉੱਪਰ ਉਹ ਟਾਈਮ ਲੱਗਦਾ, ਪਰ ਸਾਡਾ ਫਰਜ਼ ਸਾਰਿਆਂ ਦਾ ਬਣਦਾ। ਕਈਆਂ ਸੱਜਣਾਂ ਨੇ ਇਹ ਵੀ ਕਿਹਾ ਵੀ ਸਾਡਾ ਐਕਸਪੀਰੀਅੰਸ ਠੀਕ ਨਹੀਂ ਹੋਇਆ,
ਪਰ ਮੈਂ ਉਹਨਾਂ ਨੂੰ ਇਹੀ ਕਹਿੰਦਾ ਹੁੰਦਾ ਕੋਈ ਨਹੀਂ ਡਜ਼ਨਟ ਮੈਟਰ, ਪਰ ਤੁਸੀਂ ਕਿਸੇ ਨੂੰ ਕਰੈਕਟ ਕਰਨਾ ਨਾ ਛੱਡੋ। ਜੇ ਅਸੀਂ ਕਰੈਕਟ ਨਹੀਂ ਕਰਾਂਗੇ ਤਾਂ ਫਿਰ ਇਹ ਸਿਚੁਏਸ਼ਨ ਖਰਾਬ ਹੁੰਦੀ ਹੈ। ਅਸੀਂ ਤਾਂ ਟਿਮ ਹੋਟਨ 'ਚ ਵੀ ਉਹ ਕਹਿ ਦਈਦਾ ਹੁੰਦਾ, ਆਪਣਾ ਇੰਡੀਅਨ ਮੈਨੇਜਰ ਆ, ਵੀ ਦੇਖ ਬਈ ਤੂੰ ਗੋਰਿਆਂ ਵਾਲੇ ਟਿਮ ਹੋਟਨ ਦੇਖ ਲਾ, ਵੀ ਉਹਨੂੰ ਗੁੱਸਾ ਵੀ ਲੱਗਦਾ ਵੀ ਤੇਰਾ ਸਾਫ਼ ਨਹੀਂ ਹੈਗਾ, ਵਾਸ਼ਰੂਮ ਸਾਫ਼ ਨਹੀਂ ਹੈ। ਆ ਜਿਵੇਂ ਪੰਨੂ ਸਾਹਿਬ ਕਹਿੰਦੇ ਗਲਾਸ ਇੱਧਰ ਉੱਧਰ ਪਏ ਆ, ਤੁਸੀਂ ਵਾਲਮਾਰਟ ਹੀ ਦੇਖ ਲਓ ਇੱਥੇ ਜਿਹੜਾ ਬਵੇੜ 'ਤੇ ਹੈਗਾ, ਤੁਸੀਂ ਉੱਥੇ ਜੋਰਜ ਟਾਊਨ ਦਾ ਵਾਲਮਾਰਟ ਦੇਖੋ, ਬਵੇੜ ਵਾਲਾ ਵਾਲਮਾਰਟ ਦੇਖੋ, ਇੱਥੇ ਆਪਣੇ ਨੇ 90% ਕਿੱਦਾਂ ਸਮਾਨ ਖਿਲ ਰਿਹਾ ਪਿਆ ਉੱਧਰ ਪਏ ਆ, ਯੂਨੋ ਤੁਸੀਂ ਉੱਥੇ ਚਲ ਜਾਓ ਤਾਂ ਕਿੰਨਾ ਨੀਟਲੀ ਹੈ। ਇਹ ਚੀਜ਼ਾਂ ਨੂੰ ਸਾਨੂੰ ਸਾਰਿਆਂ ਨੂੰ ਕਰੈਕਟ ਕਰਨਾ ਪੈਣਾ। ਕੋਈ ਸਟਾਫ ਨਹੀਂ ਉਹਨਾਂ ਨੇ ਬੜਾ ਰੱਖਿਆ ਹੋਇਆ ਤਾਂ ਇਸ ਕਰਕੇ ਵੀ ਠੀਕ ਹੈ ਜਿੰਨੇ। ਅੱਛਾ ਚਲੋ ਜੀ, ਫਿਰ ਇਸ ਤਰ੍ਹਾਂ ਆ, ਸਾਡੇ ਅਮਰਪ੍ਰੀਤ ਸਿੰਘ ਜੀ ਢਿੱਲੋਂ ਆ, ਉਹ ਕਹਿੰਦੇ ਹੁੰਦੇ ਜੀ ਵੀ ਸਟੂਡੈਂਟਸ ਨੂੰ ਨਾ ਮਾੜਾ ਕਿਹਾ ਕਰੋ, ਪਰ ਅਸੀਂ ਇਹ ਬੇਨਤੀ ਕਰ ਰਹੇ ਹਾਂ ਸਦਾ ਪ੍ਰੋਗਰਾਮਾਂ ਦੇ ਵਿੱਚ ਵੀ ਮਾੜੇ ਕੰਮ ਕਰਨ ਵਾਲੇ ਅਤੇ ਵਾਲੀਆਂ ਨੂੰ ਹੀ ਮਾੜੇ ਕਿਹਾ ਜਾਂਦਾ, ਸਾਰਿਆਂ ਨੂੰ ਮਾੜੇ ਕੋਈ ਨਹੀਂ ਕਿਹਾ ਜਾਂਦਾ। ਸੋ ਇਸ ਕਰਕੇ ਸੁਹਿਰਦ ਸਟੂਡੈਂਟ ਸਾਰਿਆਂ ਨੂੰ ਆਪਣੇ ਕੋਲੋਂ ਹੀ ਨਾ ਜੋੜ ਲਿਆ ਕਰਨ ਵੀ ਸਾਰਿਆਂ ਨੂੰ ਕਹਿਤਾ ਜੀ, ਨੋ, ਸਾਰਿਆਂ ਨੂੰ ਕੋਈ ਕੁਛ ਨਹੀਂ ਕਹਿੰਦਾ ਜੀ, ਸਾਰਿਆਂ ਨੂੰ ਕੋਈ ਕੁਛ ਨਹੀਂ ਕਹਿੰਦਾ ਜੀ। ਜਿਹੜੇ ਇਹ ਚੰਦ ਚੜਾ ਰਹੇ ਹਨ ਉਹਨਾਂ ਨੂੰ ਸਿੱਧੇ ਰਾਏ ਪਾਉਣ ਦੀ ਮਨਸ਼ਾ ਦੇ ਨਾਲ ਹਾਂਜੀ ਅਸੀਂ ਕੋਈ ਗੱਲ ਕਰ। ਮੈਂ ਸਮਝਦਾ ਜੀ ਸਟੂਡੈਂਟ ਜਿਹੜੇ ਆ ਇੱਕ ਦੂਜੇ ਨਾਲ ਇਹ ਗੱਲ ਜ਼ਰੂਰ ਡਿਸਕਸ ਕਰਿਆ ਕਰਨ ਆਪਸ ਵਿੱਚ, ਤੁਹਾਨੂੰ ਜ਼ਰੂਰਤ ਹੀ ਨਾ ਪਵੇ ਕਿ ਤੁਹਾਨੂੰ ਕੋਈ ਹੋਰ ਸਮਝਾਵੇ। ਵੈਰੀ ਗੁੱਡ। ਤੁਹਾਡਾ ਸੱਜੇ ਖੱਬੇ ਭੈਣ ਭਾਈ ਜਿਹੜਾ ਨਾ ਤੁਹਾਡਾ ਯਾਰ ਦੋਸਤ ਮਿੱਤਰ, ਉਹ ਤੁਹਾਨੂੰ ਜੇਕਰ ਰਾਏ ਦਿੰਦਾ ਤਾਂ ਉਹਨੂੰ ਸੁਣ ਲਵੋ, ਹਾਂਜੀ, ਕਿਉਂਕਿ ਮੁਸ਼ਕਲ ਇਹ ਆ ਕਿ ਆਪਾਂ ਹਮੇਸ਼ਾ ਇਹ ਕਹਿੰਦੇ ਕਿ ਮੈਨੂੰ ਜੋ ਪਤਾ ਵਾ ਉਹ ਤਾਂ ਸਭ ਤੋਂ ਵੱਧ ਪਤਾ, ਦੂਜੇ ਨੂੰ ਕਿਸੇ ਨੂੰ ਪਤਾ ਹੀ ਨਹੀਂ। ਜਿਹੜੀ ਆਪਣੀ ਇਹ ਵੀ ਵੱਡੀ ਮੁਸ਼ਕਲ ਆ ਕਿ ਆਪਾਂ ਸਿੱਖਣਾ ਨਹੀਂ ਚਾਹੁੰਦੇ, ਸੁਣਨਾ ਨਹੀਂ ਚਾਹੁੰਦੇ ਜੇਕਰ ਇਹ ਧਾਰਨਾ। ਤਾਂ ਹੀ ਗੁਰੂ ਸਾਹਿਬ ਜੀ ਨੇ ਵੇਖੋ ਸੁਣਨ ਦੀ ਕਿੰਨੀ ਮਹੱਤਤਾ ਰੱਖੀ ਹੈ ਜਪਜੀ ਸਾਹਿਬ 'ਚ। ਜੇ ਸੁਣਨ ਦੀ ਲੋੜ ਨਾ ਹੁੰਦੀ, ਹਾਂਜੀ, ਜੇ ਸਿੱਖਣ ਦੀ ਲੋੜ ਨਾ ਹੁੰਦੀ ਤਾਂ ਸਕੂਲ ਕਾਲਜ ਕਿਉਂ ਖੁੱਲ੍ਹਣਾ? ਐਗਜੈਕਟਲੀ। ਸੋ ਮਨੁੱਖ ਨੂੰ ਸਿੱਖਣ ਦੀ ਲੋੜ ਹੈ, ਹਰ ਬੱਚਾ ਜਿਹੜਾ ਕਈ ਵਾਰੀ ਸਮਝਦਾ ਵੀ ਪੇਰੈਂਟਸ ਦੀ ਗੱਲ ਸੁਣਨ ਦੀ ਲੋੜ ਨਹੀਂ ਕਿਉਂਕਿ ਮੈਨੂੰ ਸਾਰਾ ਪਤਾ ਹੈ, ਜੇ ਉਹਨੂੰ ਸਾਰਾ ਪਤਾ ਤਾਂ ਉਹਨੂੰ ਸਕੂਲ ਕਾਲਜ ਜਾਣ ਦੀ ਲੋੜ ਨਹੀਂ ਨਾ। ਸਕੂਲ ਕਾਲਜ ਜਿਹੜਾ ਬੱਚਾ ਜਾਂਦਾ ਦੈਟ ਆਟੋਮੈਟਿਕਲੀ ਮੀਨਸ ਵੀ ਹੀ ਡਜ਼ ਨੋਟ ਨੋ ਐਵਰੀਥਿੰਗ, ਹਾਂਜੀ, ਹੈ ਨਾ ਜੀ, ਉਹਨੂੰ ਸਭ ਕੁਝ ਨਹੀਂ ਪਤਾ, ਸਿੱਖਣ ਜਾ ਰਿਹਾ ਸੋ ਨਹੀਂ ਪਤਾ ਹੁੰਦਾ। ਹਾਂਜੀ, ਬਰਗੇੜੀ ਸਾਹਿਬ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ, ਬਿਲਕੁਲ। ਸੋ ਅੰਤ ਤੇ ਕੀ ਕਹਿਣਾ ਚਾਹੋਗੇ? ਬਹੁਤ ਬਹੁਤ ਮਿਹਰਬਾਨੀ। ਇਹੀ ਕਹਿਣਾ ਚਾਹੁੰਦੇ ਹਾਂ ਕਿ ਇੱਥੇ ਜਿਹੜਾ ਮਿਰਰ ਇਮੇਜ ਆ ਪੰਜਾਬ ਦਾ, ਜਿਹੜਾ ਸ਼ੀਸ਼ਾ ਇੱਥੇ ਆ ਰਿਹਾ, ਉਹਨੂੰ ਅਸੀਂ ਗੁਰੇਜ ਕਰੀਏ, ਉਹਨੂੰ ਚੈੱਕ ਕਰੀਏ ਹਰ ਦਿਨ। ਹਾਲਾਂਕਿ ਅਸੀਂ ਥੋੜ੍ਹੇ ਲੇਟ ਹੋ ਗਏ ਹਾਂ, ਕਈ ਚੀਜ਼ਾਂ ਇਹੋ ਜਿਹੀਆਂ ਉੱਭਰ ਕੇ ਆ ਰਹੀਆਂ ਕਿ ਸਾਨੂੰ ਉਹਨਾਂ ਦਾ ਇਫੈਕਟ ਪੈਣਾ ਸ਼ੁਰੂ ਹੋ ਗਿਆ। ਤਾਂ ਚਾਹੇ ਅਗਲੀ ਇਲੈਕਸ਼ਨ ਹੈ ਉਹਦੇ ਵਿੱਚ, ਚਾਹੇ ਸਾਡੇ ਛੋਟੇ ਛੋਟੇ ਬਿਜ਼ਨਸ ਹੈ, ਇੱਕ ਦੂਜੇ ਨੂੰ ਐਕਸਪਲੋਇਟ ਕਰਨ ਦੀ, ਪੈਸਾ ਬਣਾਉਣ ਦੀ ਹੋੜ ਤੋਂ ਥੋੜ੍ਹਾ ਜਿਹਾ ਗੁਰੇਜ ਕਰੀਏ। ਹਰ ਕੋਈ ਬਹੁਤ ਬਹੁਤ ਖੁਸ਼ ਹੈ, ਐਨਫ ਹੈ ਹਰੇਕ ਦੇ ਕੋਲ। ਔਰ ਸਾਡੀ ਕੋਸ਼ਿਸ਼ ਹੈ ਜੀ ਵੀ ਪ੍ਰੋਗਰਾਮਾਂ ਦੇ ਵਿੱਚ ਇੱਥੋਂ ਦੇ ਲੋਕਲ ਇਸ਼ੂ ਅਸੀਂ ਲਗਾਤਾਰਤਾ ਦੇ ਨਾਲ ਡਿਸਕਸ ਕਰਦੇ ਰਹੀਏ। ਕੈਪਟਨ ਸਾਹਿਬ ਜੀ, ਵਿਰਕ ਸਾਹਿਬ, ਤੁਹਾਡਾ ਧੰਨਵਾਦ, ਤੁਸੀਂ ਸੁਝਾਅ ਦਿੰਦੇ ਹੋ, ਸਾਰੇ ਹੋਰ ਸਾਡੇ ਸਰੋਤੇ ਦਰਸ਼ਕ ਵੀ ਸੁਝਾਅ ਦੇਣ ਲੋਕਲ ਇਸ਼ੂਸ 'ਤੇ ਗੱਲ ਕਰੀਏ। ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਜੀ ਵੀ ਅਸੀਂ ਹੁਣ ਗੈਸਟ ਨੂੰ ਬਹੁਤਾ ਇੰਪੋਰਟੈਂਸ ਨਹੀਂ ਦਿੰਦੇ, ਐਜ਼ ਲੌਂਗ ਐਜ਼ ਵੀ ਸਾਨੂੰ ਕੋਈ ਪ੍ਰੋਫੈਸ਼ਨਲ ਵਿਅਕਤੀ ਦੀ ਕਿਸੇ ਪ੍ਰੋਫੈਸ਼ਨਲ ਇਸ਼ੂ 'ਤੇ ਲੋੜ ਨਹੀਂ ਹੈ। ਅਦਰਵਾਈਜ਼ ਮੈਂ ਸਰਦਾਰ ਰਵਿੰਦਰ ਸਿੰਘ ਜੀ ਪੰਨੂ, ਬ੍ਰਿਗੇਡੀਅਰ ਨਵਾਬ ਸਿੰਘ ਜਹੀਰ, ਅਸੀਂ ਲਗਾਤਾਰਤਾ ਦੇ ਨਾਲ ਕੋਸ਼ਿਸ਼ ਕਰਾਂਗੇ ਹਰ ਸੰਡੇ ਪੇਸ਼ ਹੋਈਏ ਅਤੇ ਲੋਕਲ ਇਸ਼ੂ 'ਤੇ ਗੱਲ ਕਰੀਏ। ਔਰ ਮੈਂ ਸਮਝਦਾ ਕਿ ਇੱਥੇ ਜਿਹੜਾ ਗਵਰਨਮੈਂਟ ਦਾ ਢਾਂਚਾ ਹੈ ਬਹੁਤ ਵਧੀਆ ਹੈ, ਹਾਂਜੀ, ਸਾਨੂੰ ਇਹਨੂੰ ਪ੍ਰੋਪਰ ਇਸਤੇਮਾਲ ਕਰਨਾ ਚਾਹੀਦਾ, ਯੂਜ਼ ਕਰਨਾ ਚਾਹੀਦਾ। ਆਪਾਂ ਭਾਰਤ ਵਾਲੀ ਸੋਚ, ਪੰਜਾਬ ਵਾਲੀ ਸੋਚ ਲਾਗੂ ਇੱਥੇ ਨਾ ਕਰਨ ਦੀ ਕੋਸ਼ਿਸ਼ ਕਰੀਏ, ਕਿਉਂਕਿ ਫੇਲ ਹੋ ਕੇ ਤਾਂ ਆਏ ਹਾਂ, ਹਾਂਜੀ, ਫੇਲ ਹੋ ਕੇ ਉੱਥੋਂ ਫੇਲ ਹੋ ਕੇ ਉਹ ਚੰਗੇ ਸਿਸਟਮ ਨੂੰ ਅਡੋਪਟ ਕਰੀਏ ਤਾਂ ਉਹ ਬੈਟਰ ਰਹੂਗਾ, ਨਾ ਕਿ ਅਸੀਂ ਉਸੇ ਨੂੰ ਇੱਥੇ ਲਾਗੂ ਕਰਨ ਦੀ ਕੋਸ਼ਿਸ਼ ਕਰੀਏ। ਮੈਂ ਆਪਣੀ ਗੱਲ ਦੱਸਦਾ ਜੀ, ਜਦੋਂ ਕੋਈ ਮੈਨੂੰ ਕਹੇ ਕਿ ਆਪਾਂ ਨਾ ਬਾਹਰਲੀ ਕਿਤੇ ਆਪਾਂ ਬਾਹਰ ਜਾਣਾ ਵਾ ਅਤੇ ਉੱਥੇ ਇੰਡੀਅਨ ਰੈਸਟੋਰੈਂਟ 'ਚ ਖਾਣਾ, ਅਤੇ ਮੈਂ ਕਿਹਾ ਯਾਰ ਇਹੋ ਘਰ ਵੀ ਇਹੋ ਖਾਈਦਾ, ਬਾਹਰ ਵੀ ਉਹੀ ਖਾਣਾ। ਜਦੋਂ ਆਪਾਂ ਬਾਹਰ ਜਾਂਦੇ ਹਾਂ ਉੱਥੋਂ ਦੇ ਤਰੀਕੇ ਨਾਲ ਰਹਿਣਾ, ਸਹਿਣਾ, ਖਾਣਾ
ਉੱਥੋਂ ਦੇ ਤਰੀਕੇ ਨਾਲ ਹੋਵੇ ਤਾਂ ਉਹ ਬੈਟਰ ਆ, ਅਤੇ ਇਹ ਅਤਿ ਜ਼ਰੂਰੀ ਆ ਕਿ ਆਪਾਂ ਇੱਥੋਂ ਦੇ ਸਿਸਟਮ ਨੂੰ ਅਡੋਪਟ ਕਰਦੇ ਹੋਏ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀਏ, ਨਾ ਕਿ ਅਸੀਂ ਭਾਰਤੀ ਸਿਸਟਮ ਨੂੰ ਇੱਥੇ ਲਿਆਈਏ, ਫਿਰ ਇੱਥੋਂ ਛੱਡ ਕੇ ਹੋਰ ਕਿੱਥੇ ਜਾਣਾ ਪਊਗਾ। ਔਰ ਬੱਚਿਆਂ ਲਈ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਗੀ ਕਿ ਆਪਾਂ ਮਿਲੀਅਨਸ ਆਫ ਡਾਲਰ ਬਣਾ ਕੇ ਰੱਖੀਏ ਉਹਨਾਂ ਨੂੰ ਦੇਣਾ, ਬੱਚਿਆਂ ਨੂੰ ਕਾਬਲ ਕਰ ਦਈਏ ਅਤੇ ਉਹਨਾਂ ਨੇ ਆਪਣੇ ਆਪ ਹੀ ਆਪਣਾ ਜੀਵਨ ਵਧੀਆ ਚਲਾ ਲੈਣਾ। ਔਰ ਬਹੁਤ ਵਧੀਆ ਚਲਾ ਰਹੇ ਹਨ, ਆਪਾਂ ਤਾਂ ਕਦੀ ਸੈਰ ਕਰਨੀ ਨਹੀਂ ਗਏ, ਕਦੀ ਆਪਾਂ ਜਹਾਜ਼ 'ਤੇ ਕਿ ਇਹਦਾ ਇੱਕ ਇੰਡੀਆ ਅਤੇ ਕਨੇਡਾ, ਇੰਡੀਆ ਅਤੇ ਕਨੇਡਾ, ਇੱਥੋਂ ਵਾਲੇ ਬੱਚੇ ਜਿਹੜੇ ਸਾਡੇ ਜੰਮਪਲ ਹਨ ਉਹ ਚਾਰ ਸਵੇਰੇ ਜਾਂਦੇ ਹਨ, ਉਹ ਭਾਰਤ ਨੂੰ ਘੱਟ ਜਾਂਦੇ ਹਨ, ਇੱਥੇ ਲਾਗੇ ਲਾਗੇ ਜ਼ਿਆਦਾ ਘੁੰਮ ਕੇ ਖੁਸ਼ ਰਹਿੰਦੇ ਹਨ। ਸੋ ਆਪਾਂ ਵੀ ਥੋੜ੍ਹਾ ਜਿਹਾ ਇੰਜੋਏ ਕਰੀਏ, ਅਤੇ ਜੇਕਰ ਪਹਿਲੋਂ ਸਮਝ ਆ ਜਾਏ ਚੰਗੀ ਗੱਲ ਆ, ਜੇਕਰ ਬੁਢਾਪੇ 'ਚ ਆਉਂਦੀ ਹੈ ਤਾਂ ਫਿਰ ਸਰੀਰ ਸਾਥ ਨਹੀਂ ਦਿੰਦਾ। ਬਿਲਕੁਲ ਜੀ, ਲੱਗਦਾ ਹੈ ਵੀ ਆਉਣ ਵਾਲਾ ਸਮਾਂ ਜਿਹੜਾ ਹੋਏਗਾ, ਸਰਦਾਰ ਰਵਿੰਦਰ ਸਿੰਘ ਜੀ ਪੰਨੂ ਆਪਣੇ ਸਰੋਤੇ ਦਰਸ਼ਕ ਬੜੇ ਸਮਝਦਾਰ ਆ, ਅਤੇ ਉਹ ਇੱਦਾਂ ਦਾ ਹੋਏਗਾ ਵੀ ਜੇ ਤੁਹਾਡੀ ਜੇਬ ਦੇ ਵਿੱਚ ਬਹੁਤ ਵੱਡੀ ਕੋਈ ਡਿਗਰੀ ਹੈ ਯੂਨੀਵਰਸਿਟੀ ਦੀ ਕੈਨੇਡਾ ਦੇ ਵਿੱਚ ਜਾਂ ਵੈਸੇ ਇੰਡੀਆ ਹੋਰ ਦੇਸ਼ਾਂ 'ਚ ਵੀ, ਉਹ ਸ਼ਾਇਦ ਕੰਮ ਨਾ ਆਵੇ ਨੌਕਰੀ ਦੇਣ ਲਈ। ਤੁਹਾਡੇ ਕੋਲ ਸਕਿੱਲ ਜੇ ਕੋਈ ਹੋਏਗੀ ਨਾ, ਕੋਈ ਕੰਮ ਕਰਨ ਦੀ ਕਲਾ ਸਕਿੱਲ ਹੋਏਗੀ, ਉਹ ਤੁਹਾਨੂੰ ਕੰਮ ਦੇਵੇਗੀ, ਉਹਦੇ ਬੇਸ 'ਤੇ ਤੁਹਾਨੂੰ ਜੋਬ ਮਿਲੇਗੀ, ਯੂਨੀਵਰਸਿਟੀ ਦੀ ਵੱਡੀ ਡਿਗਰੀ ਘੱਟ ਕੰਮ ਆਉਣੀ ਸ਼ੁਰੂ ਹੋ ਜਾਏਗੀ। ਜੋਲ ਸਾਹਿਬ, ਪਿਛਲੇ ਹਫ਼ਤੇ ਟਰਾਂਸਮੀਟਰ 'ਤੇ ਫੈਂਸ ਲਵਾਈ, ਹਾਂਜੀ, ਔਰ ਹਾਰਡਲੀ ਅੱਧੇ ਦਿਨ ਦੇ ਵਿੱਚ ਫੈਂਸ ਲਾ ਕੇ ਉਹ ਚਲੇ ਗਏ, ਅਤੇ ਲਗਭਗ $10,000 ਉਹਨਾਂ ਨੇ ਲਿਆ, ਜਿਹਦੇ ਵਿੱਚ ਮਟੀਰੀਅਲ ਹਾਰਡਲੀ 2,000 ਦਾ ਸੀ, 8,000 ਉਹਨਾਂ ਦੀ ਲੇਬਰ ਸੀ। ਹੁਣ ਤੁਸੀਂ ਅੰਦਾਜ਼ਾ ਲਾਓ ਮਹੀਨੇ ਬਾਅਦ 10,000 ਬਣਾਏਗਾ। ਸੋ ਕਿਸੇ ਵੇਲੇ ਕਈ ਇਹੋ ਜਿਹੇ ਕਿੱਤੇ ਹਨ ਜਿਨ੍ਹਾਂ ਦੇ ਵਿੱਚ ਬੇਇੰਤਹਾ ਪੈਸਾ, ਅਤੇ ਲੇਕਿਨ ਸਾਡੇ ਦਿਮਾਗ 'ਚ ਉਹ ਹੀ ਫਿਰਕੀ ਘੁੰਮਦੀ ਰਹਿੰਦੀ ਆ ਜਿਹੜੀ ਕਿ ਭਾਰਤ ਵਾਲੀ ਜੀ, ਡਾਕਟਰ, ਇੰਜੀਨੀਅਰ, ਜੇ ਉਹ ਉਹ, ਅਤੇ ਜਿਹੜੇ ਗਲਤੀ ਕਰ ਚੁੱਕੇ ਹਨ, ਇਹ ਨਹੀਂ ਕਹਿੰਦੇ ਵੀ ਨਾ ਪੜ੍ਹਾਓ, ਪੜ੍ਹਾਓ ਬੱਚਿਆਂ ਨੂੰ, ਲੇਕਿਨ ਉਹਨਾਂ ਨੂੰ ਇਹੋ ਜਿਹੀ ਐਜੂਕੇਸ਼ਨ ਦਿਓ ਕਿ ਉਹ ਸਫਲ ਹੋਣ, ਉਹ ਕਿਤੇ ਉਹਨਾਂ ਦੇ ਕੰਮ ਵੀ ਆਵੇ, ਹਾਂਜੀ ਹਾਂਜੀ, ਸਕਿੱਲ ਹੋਵੇ ਉਹਨਾਂ ਦੇ ਕੋਲ ਕੋਈ ਕੰਮ ਕਰਨ ਦੀ। ਮੈਂ ਸਮਝਦਾ ਜੀ ਬੇਰੁਜ਼ਗਾਰੀ ਦਾ ਰੋਣਾ ਹਾਰੇ ਹੋਏ ਵਿਅਕਤੀਆਂ ਦੇ ਪੱਲੇ ਹੈ, ਜਿਹੜੇ ਵਿਅਕਤੀ ਨੂੰ ਕੋਈ ਕੰਮ ਕਰਨਾ ਆਉਂਦਾ, ਕੋਈ ਉਹਨੂੰ ਰੋਜ਼ਗਾਰਾਂ ਦੀ ਘਾਟ ਨਹੀਂ, ਉਹਨੂੰ ਵਾਜਾਂ ਮਾਰਦੀਆਂ ਜੋਬਾਂ, ਹਾਂਜੀ, ਅਤੇ ਜਿਹੜਾ ਆਪਾਂ ਕਹਿੰਦੇ ਜੀ ਮੇਰੀ ਜੋਬ ਚੱਲ ਗਈ, ਮੈਨੂੰ ਜੋਬ ਨਹੀਂ ਮਿਲਦੀ, ਇਹ ਸਿਰਫ ਹਾਰੇ ਹੋਏ ਵਿਅਕਤੀ ਦਾ ਰੋਣਾ, ਕਿਉਂਕਿ ਉਹਨੂੰ ਕਰਨਾ ਕੁਛ ਨਹੀਂ ਆਉਂਦਾ। ਐਗਜੈਕਟਲੀ, ਲਓ ਜੀ ਅੱਗੇ ਚਾਹੁੰਦੇ ਹਾਂ, ਉਮੀਦ ਰੱਖਦੇ ਫਿਰ ਮਿਲਾਂਗੇ, ਮੇਰਾ ਨੰਬਰ ਹੈ 647-502-4800। ਜੇਕਰ ਤੁਸੀਂ 960 AM ਇੰਗਲਿਸ਼ ਰੇਡੀਓ 'ਤੇ ਪ੍ਰੋਗਰਾਮਿੰਗ ਕੋਈ ਕਰਨਾ ਚਾਹੁੰਦੇ ਹੋ, ਅਤੇ ਤੁਸੀਂ ਜੋਤੀ ਪੰਨੂ, ਮੇਰੀ ਡਾਟਰ ਆ, ਉਹਦੇ ਨਾਲ ਸੰਪਰਕ ਪੈਦਾ ਕਰ ਸਕਦੇ ਹੋ, 647-501-1700। ਸੁਰਸਾਗਰ ਰੇਡੀਓ 'ਤੇ, TV 'ਤੇ ਜੇਕਰ ਤੁਸੀਂ ਇਸ਼ਤਿਹਾਰ ਦੇਣਾ ਚਾਹੁੰਦੇ ਹੋ, ਤਾਂ ਰਣਧੀਰ ਰਾਣੇ ਨਾਲ ਜਾਂ ਫਿਰ ਮੇਰੇ ਨਾਲ ਸੰਪਰਕ ਪੈਦਾ ਕਰ ਸਕਦੇ ਹੋ। ਅਤੇ ਜਦੋਂ ਤੁਸੀਂ ਵੈਨਕੂਵਰ ਜਾਂਦੇ ਹੋ ਤਾਂ ਜ਼ਰੂਰ ਤੁਸੀਂ 106.9 ਸੁਣਿਆ ਕਰੋ, ਗੁਰਬਾਣੀ ਦਾ ਚੈਨਲ ਹੈ। ਤੁਸੀਂ ਐਪ ਵੀ ਡਾਊਨਲੋਡ ਕਰ ਸਕਦੇ ਹੋ ਐਂਡਰੋਇਡ ਦਾ, ਸੁਰਸਾਗਰ ਰੇਡੀਓ, ਉਹਦੇ 'ਤੇ ਵੀ ਇਹ ਸਾਰਾ ਕੁਝ ਤੁਹਾਨੂੰ ਇਕੱਠਾ ਮਿਲ ਜਾਂਦਾ ਹੈ, TV ਮਿਲ ਜਾਂਦਾ ਹੈ। ਅਤੇ ਲਓ ਅੱਗੇ ਚਾਹੁੰਦੇ, ਉਮੀਦ ਰੱਖਦੇ ਫਿਰ ਮਿਲਾਂਗੇ, ਹਾਂਜੀ, ਸਤਿ ਸ਼੍ਰੀ ਅਕਾਲ ਜੀ।